ਵਿਕ ਜਾਣਗੇ ਕੁਝ, ਲੇਕਿਨ ਜਿਹੜੇ ਵਿਕੇ ਹੋਣਗੇ ਉਹਨਾਂ ਦਾ ਪਤਾ ਵੀ ਲੱਗ ਜੂਗਾ। ਰਣਵੀਰ ਅਲਾਹਾਬਾਦੀ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਿਆ ਕਿ ਜਦੋਂ ਆਪਾਂ ਕੋਈ ਬਿਆਨ ਦੇ ਦਿੰਦੇ ਹਾਂ ਨਾ, ਜਿਸ ਬੰਦੇ ਦੇ ਉਲਟ ਆਪਾਂ ਬਿਆਨ ਦਿੰਦੇ ਹਾਂ, ਉਹਦੇ ਫੈਨਸ ਉਹ ਨਹੀਂ ਸੋਚਦੇ ਕਿ ਹਾਂ ਵੀ ਸਾਡਾ ਬਿਆਨ ਸਹੀ ਹੈ ਜਾਂ ਸਾਡਾ ਬਿਆਨ ਗਲਤ ਹੈ। ਯਾ ਟੋਟਲੀ ਬਸ ਅਟੈਕ, ਕਿਉਂਕਿ ਇੰਨਾ ਅਗਰੈਸਿਵ ਮਰਡਰ ਕਿਸੇ ਦਾ ਕਰਨਾ, ਮੰਨ ਲਓ ਵੀ ਤੁਸੀਂ ਵੀਡੀਓਜ਼ ਦੇਖੀ ਹੋਣੀ ਆ ਕਿ ਜਿਹੜੇ ਮਾਰਨ ਆਏ ਸੀ ਉਹਨੂੰ, ਉਹਨਾਂ ਦੇ ਕੋਲ ਬੰਬ ਤੱਕ ਸੀਗੇ ਵੀ ਅਸੀਂ ਗੱਡੀ ਦੇ ਥੱਲੇ ਬੰਬ ਸੁੱਟ ਦਾਂਗੇ ਜੇ ਭੱਜਣ ਦੀ ਕੋਸ਼ਿਸ਼ ਕਰੂਗਾ। ਪੰਜਾਬੀ ਇੰਡਸਟਰੀ ਇੱਕਦਮ ਨਾ ਰੂਲ ਕਰਦੀ ਪਈ ਹੈ ਐਂਟਰਟੇਨਮੈਂਟ ਦੀ ਇੰਡਸਟਰੀ ਨੂੰ, ਅਤੇ ਬੜੀ ਵਾਰੀ ਮੈਂ ਸੋਚਦਾ ਵਾਂ ਕਿ ਮੇ ਬੀ ਇਹ ਬਾਈ ਡਿਜ਼ਾਈਨ ਹੈ। ਹੁਣ ਦਿਲਜੀਤ ਦੁਸਾਂਝ ਦੀ ਮੈਂ ਗੱਲ ਕਰਨ ਦਿਆ ਸੀ, ਇਕੱਲੀ ਕ੍ਰੀਏਟੀਵਿਟੀ ਦਿਖਾਈ ਜਾਣਗੇ ਤਾਂ ਨੰਗ ਹੋ ਜਾਣਗੇ ਸਾਰੇ, ਪ੍ਰੋਡਕਸ਼ਨ ਹਾਊਸ ਨੰਗ ਹੋ ਜਾਊਗਾ। ਤੁਸੀਂ ਟ੍ਰੈਂਡ ਜਿਹਾ ਦੇਖੋ ਨਾ ਕਿ 10 ਸਾਲ ਪਹਿਲਾਂ ਗੇੜੀਆਂ ਗੂੜੀਆਂ ਬੜੀਆਂ ਹੁੰਦੀਆਂ ਸੀਗੀਆਂ, ਕਾਲਜ ਦੇ ਗਾਣੇ ਬੜੇ ਹੁੰਦੇ ਸੀਗੇ, ਉਸ ਤੋਂ ਬਾਅਦ ਫਿਰ ਗੰਨ ਵਾਲੇ ਇੱਕਦਮ ਜੇ ਗਾਣੇ ਆ ਗਏ। ਜਦੋਂ ਆਪਾਂ ਫੇਮਸ ਨਹੀਂ ਨਾ ਹੁੰਦੇ ਤਾਂ ਉਦੋਂ ਆਪਣੇ ਕੋਲ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ, ਆਪਾਂ ਖੁੱਲ੍ਹ ਕੇ ਬਿਆਨ ਦੇ ਸਕਦੇ ਹੁੰਦੇ ਹਾਂ। ਉਹ ਰਾਜੀਵ ਦੀਕਸ਼ਿਤ ਪਤਾ ਕਿੰਨਾ ਨਾਲ ਮੱਥਾ ਲਾ ਰਿਹਾ ਸੀ, ਕੋਕ ਨਾਲ, ਕੋਲਗੇਟ ਨਾਲ, ਫਾਰਮਾਸੂਟਿਕਲ ਹੋ ਗਿਆ। ਉਸ ਟਾਈਮ ਮੈਂ ਇਹ ਕਰ ਰਿਹਾ ਸੀ ਯੂਟਿਊਬ ਵਗੈਰਾ ਦਾ, ਅਤੇ ਤੁਸੀਂ ਮੰਨੋਗੇ ਨਹੀਂ ਜਦੋਂ ਮੈਂ ਫਾਈਲ ਲਾਈ ਹੋਈ ਸੀ ਉਦੋਂ ਵੀ ਮੇਰੀ ਇੱਕ ਮਹੀਨੇ ਦੀ ਸੈਲਰੀ ਯੂਟਿਊਬ ਤੋਂ, ਮਤਲਬ ਇਹ ਤੁਹਾਨੂੰ ਪਤਾ ਹੀ ਡਿਪੈਂਡ ਕਰਦਾ ਵਿਊਜ਼ ਦੇ ਉੱਪਰ, ਜਿੰਨੇ ਜ਼ਿਆਦਾ ਵਿਊਜ਼ ਉਹਨੇ ਜ਼ਿਆਦਾ ਪੈਸੇ। ਅਤੇ ਉਸ ਮਹੀਨੇ ਦੇ ਵਿੱਚ ਮੈਨੂੰ 70-80 ਇੰਨਾ ਕੁ 2-3 ਮਹੀਨੇ ਲਗਾਤਾਰ ਆਇਆ। ਦੈਨ ਮੈਂ ਕਿਹਾ ਚੱਲ ਹੋ ਗਈ ਰਿਫਿਊਜ਼ਲ ਤਾਂ ਠੀਕ ਹੈ, ਇਸੇ ਕਰਕੇ ਮੇਰੇ ਦਿਲ 'ਤੇ ਸੱਟ ਜੀ ਵੀ ਨਹੀਂ ਲੱਗੀ, ਆਈ ਹੈਵ ਅਨਦਰ ਆਪਸ਼ਨ ਸਮਥਿੰਗ, ਫਿਰ ਮੈਂ ਟਰਾਈ ਕੀਤਾ। ਅਤੇ ਹੁਣ ਇਹੀ ਸੋਚਦੇ ਹੋ ਕਿ ਯੂਟਿਊਬ ਹੀ ਮੇਰਾ ਹੁਣ ਮੇਨ ਕਰੀਅਰ ਹੋਣ ਵਾਲਾ, ਜਾਂ ਸੋਚਦੇ ਹੋ ਕਿ ਯੂਟਿਊਬ 'ਤੇ ਚੱਲ ਸਾਈਡ ਬਾਈ ਸਾਈਡ ਚੱਲਦਾ ਪਿਆ, ਮੈਨੂੰ ਮੇ ਬੀ ਕਰੀਅਰ ਵਜੋਂ ਕੁਛ ਹੋਰ ਕਰਨਾ ਚਾਹੀਦਾ, ਇੱਦਾਂ ਫੀਲ ਹੁੰਦਾ ਕਦੀ? ਅੱਗੇ ਸੋਚ ਰਹੇ ਹਾਂ ਲਾਈਕ ਮਰਚੈਂਡਾਈਜ਼ ਵਗੈਰਾ ਜਾਂ ਕਾਈਂਡ ਆਫ ਬਿਜ਼ਨਸ, ਹੈ ਨਾ ਯੂਟਿਊਬ, ਕਿਉਂਕਿ ਹਰ ਸਾਰੀ ਉਮਰ ਤਾਂ ਮੈਂ ਹੁਣ ਕਿਸੇ ਦੀ ਨਿਊਜ਼ ਜਾਂ ਕਿਸੇ ਦੇ ਟੌਪਿਕਸ ਕਵਰ ਕਰਕੇ ਮੈਂ ਨਹੀਂ ਸਰਵਾਈਵ ਕਰ ਸਕਦਾ। ਇੱਕ ਟਾਈਮ 'ਤੇ ਮੈਨੂੰ ਕੋਈ ਇੱਦਾਂ ਦਾ ਬਿਜ਼ਨਸ ਉੱਪਰ ਕਰਨਾ ਹੀ ਪੈਣਾ ਜਿੱਥੇ ਕਿ ਮੈਨੂੰ ਕੁਛ ਨਾ ਕਰਨਾ ਪਵੇ, ਲਾਈਕ ਵੀ ਇਨਕਮ ਆਉਂਦੀ ਰਹੇ, ਇੱਕ ਸੈਕਿੰਡ ਸੋਰਸ ਆਫ ਇਨਕਮ। ਅਤੇ ਉਦੋਂ ਮੈਂ ਟਰਾਈ ਕਰੂੰਗਾ, ਅਤੇ ਕਰੂੰਗਾ ਤਾਂ ਫਿਰ ਪ੍ਰੋਪਰ ਤਰੀਕੇ ਨਾਲ। ਹਜੇ ਮੇਰੇ ਕੋਲ ਹੈ ਹਜੇ 4-5 ਸਾਲ ਨੈੱਟ ਤੇ ਲਾ ਰਹੇ ਫੋਨ ਨੂੰ। ਨਹੀਂ ਮੈਨੂੰ ਤਾਂ ਲੱਗਦਾ ਕਿ ਤੁਸੀਂ ਬਹੁਤ ਯੰਗ ਹੋ ਹਜੇ, ਅਗਰ ਮੈਂ ਗੈਸ ਕਰਾਂ ਤਾਂ ਤੁਸੀਂ ਹੋਵੋਗੇ ਪ੍ਰੋਬਲੀ 23-24-25, ਇੰਨੀ ਉਮਰ ਦੇ 25, ਠੀਕ ਹੈ। ਫਿਰ ਤਾਂ ਬਹੁਤ ਟਾਈਮ ਪਿਆ। ਅਤੇ ਪਹਿਲੀ ਵਾਰੀ ਜਦੋਂ ਯੂਟਿਊਬ ਤੁਸੀਂ ਸ਼ੁਰੂ ਕੀਤਾ ਸੀਗਾ, ਕੀ ਸੋਚ ਕੇ ਸ਼ੁਰੂ ਕੀਤਾ ਹੈ ਕਿ ਉੱਦਾਂ ਹੀ ਫਨ ਸ਼ਾਨੀ, ਜਾਂ ਕਿ ਦਿਸ ਇਜ਼ ਦਾ ਮਾਰਕੀਟ, ਕਿ ਇੱਥੇ ਟੋਟਲੀ ਮਨੀ ਮਾਈਂਡਡ, ਓਨਲੀ ਬਿਕੋਜ਼ ਆਫ ਮਨੀ, ਕਿ ਅਸਲ 'ਚ ਨਾ ਮੈਂ 2015-16 ਤੋਂ ਲੱਗਿਆ ਹੋਇਆ ਜੀ ਅਤੇ ਯੂਟਿਊਬ 'ਤੇ, ਜਦੋਂ ਜੀਓ ਤੋਂ ਪਹਿਲਾਂ ਜਦੋਂ ਹੁੰਦਾ ਸੀ ਉਸ ਟਾਈਮ ਮੇਰਾ ਫਿਟਨੈਸ ਦੇ ਵਿੱਚ ਬਹੁਤ ਸ਼ੌਂਕ ਹੁੰਦਾ ਸੀਗਾ, ਅਤੇ ਉਸ ਟਾਈਮ ਸਿਰਫ ਇੱਕ ਬੰਦੇ ਨੂੰ ਫੋਲੋ ਕਰਦਾ ਹੁੰਦਾ ਸੀ ਮੈਂ, ਗੁਰੂ ਮਾਨ ਨੂੰ, ਅਤੇ 2-3 ਹੋਰ ਫਿਟਨੈਸ ਇਨਫਲੂਐਂਸਰ ਸੀਗੇ ਜਿਵੇਂ ਬੀਰਾ ਦਮਨ ਸਿੰਘ ਹੋ ਗਿਆ, ਅਤੇ 2-4 ਹੋਰ ਜਿਹੜੇ ਫੇਕ ਇਨਫੋ ਵਗੈਰਾ ਦਿੰਦੇ, ਉਹਨਾਂ ਨੂੰ ਦੇਖਦਾ ਹੁੰਦਾ ਸੀਗਾ। ਯਾਰ ਮੇਰਾ ਵੀ ਇੰਟਰਸਟ ਫਿਟਨੈਸ ਦੇ ਵਿੱਚ ਹੈ, ਮੈਂ ਮੋਟੇ ਤੋਂ ਪਤਲਾ ਹੋਇਆ ਵਾਂ, ਮੈਂ ਵੀ ਇਨਫੋ ਦੇ ਸਕਦਾ ਵਾਂ, ਵੋਨਾ ਵੀ ਫਿਟਨੈਸ ਜਿਹੜੇ ਹੁੰਦੇ ਜਿਹੜੇ ਆਪ ਇੱਕ ਟ੍ਰਾਂਸਮਿਸ਼ਨ ਕਰ ਲੈਂਦੇ ਆ ਅਤੇ ਕੋਚ ਸਮਝਣ ਲੱਗ ਜਾਂਦੇ ਆ ਆਪਦੇ ਆਪ ਨੂੰ। ਸੋ ਮੈਂ ਵੀ ਉਹਦੇ 'ਚ ਇੱਕ ਸੀ, ਮੈਂ ਉਹ ਚੈਨਲ ਓਪਨ ਕੀਤਾ, ਚਲਾਇਆ, ਨਹੀਂ ਬਣੀ ਗੱਲ, ਦੈਨ ਆਈ ਮੂਵ ਟੂ ਸਮਥਿੰਗ ਐਲਸ, ਅਤੇ ਮੈਂ ਹਿੰਦੀ ਚੈਨਲ ਵੀ ਕਰ ਚੁੱਕਿਆ ਵਾਂ, ਅਤੇ ਈਵਨ ਕਿ ਮੇਰੇ ਕੋਲ ਹੁਣ ਵੀ, ਮੈਂ ਤੁਹਾਨੂੰ ਸਕਰੀਨਸ਼ੋਟ ਭੇਜ ਦੂੰਗਾ, 3-4 ਲੱਖ ਫੋਲੋਅਰਸ ਵਾਲੇ ਪੇਜ ਮੇਰੇ ਕੋਲ ਹਜੇ ਵੀ ਪਏ ਨੇ ਫੇਸਬੁੱਕ 'ਤੇ, 3 ਲੱਖ ਫੋਲੋਇੰਗ, ਜਾਂ ਯੂਟਿਊਬ 'ਤੇ ਇੰਨੇ ਸਬਸਕ੍ਰਾਈਬਰ 5 ਲੱਖ ਵਾਲੇ, ਜਿਹੜੇ ਚੈਨਲ 2016-17 ਦੇ ਬਣੇ ਹੋਏ ਨੇ। ਅਤੇ ਉਹ ਫਿਰ ਐਕਟਿਵਲੀ ਯੂਜ਼ ਨਹੀਂ ਕਰਦੇ ਤੁਸੀਂ? ਦੇਖੋ ਜਦੋਂ ਆਪਾਂ ਬਿਹਾਈਂਡ ਦਾ ਵੀਡੀਓ, ਮੰਨ ਲਓ ਵੀ ਫੇਸਲੈਸ ਚੈਨਲ ਜਿਹੜੇ ਹੁੰਦੇ ਆ ਨਾ, ਉਹ ਇੱਕ ਨਾ ਇੱਕ ਦਿਨ ਆ ਕੇ ਡੈੱਡ ਹੋਣੇ ਹੁੰਦੇ ਆ, ਉਹਨਾਂ ਦੀ ਫਿਤਰਤ ਹੀ ਹੈ। ਬਹੁਤ ਰੇਅਰ ਹੁੰਦਾ ਕੋਈ 100 ਦੇ ਵਿੱਚੋਂ ਸਿਰਫ 5 ਆਪਦੀ ਪ੍ਰੈਜੈਂਸ ਬਣਾਈ ਰੱਖਣ, ਨਹੀਂ ਤਾਂ ਫੇਸਲੈਸ ਚੈਨਲ ਡੈੱਡ ਹੋ ਹੀ ਜਾਂਦੇ ਨੇ। ਅਤੇ ਉਸੇ ਤਰੀਕੇ ਨਾਲ ਕਿਉਂਕਿ ਟਰੱਸਟ ਨਹੀਂ ਬਣ ਪਾਉਂਦਾ ਆਡੀਅੰਸ ਦਾ, ਅਤੇ ਉਹ ਯਕੀਨ ਵੀ ਨਹੀਂ ਕਰਦੇ,
ਇਸ ਕਰਕੇ ਫਿਰ ਉਹ ਵਿਊਜ਼ ਵਗੈਰਾ ਦੇ ਡ੍ਰੌਪ ਹੋਏ ਅਤੇ ਆਪਾਂ ਉਹ ਚੈਨਲ ਵੀ ਡ੍ਰੌਪ ਕਰਤਾ ਅਤੇ ਕਦੀ ਵੀ ਰਿਵਾਈਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਯਾਰ ਇੰਨਾ ਫੋਲੋਅਰ ਹੈ ਮੇਰਾ ਅਤੇ ਉਹ 'ਤੇ ਮੈਂ ਕੋਈ ਨਾ ਕੋਈ ਜਾਂ ਸ਼ੋਰਟ ਪਾਉਂਦਾ ਰਹਾਂ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਰਿਵਾਈਵ ਕਰਦਾ ਰਹਾਂ। ਯਾਰ 5 ਲੱਖ ਫੋਲੋਅਰ, 3 ਲੱਖ ਫੋਲੋਅਰ ਬਹੁਤ ਤਗੜੀ ਜਨਤਾ ਆ, ਬਹੁਤ ਤਗੜੀ ਕੁਆਂਟਿਟੀ ਮੈਂ ਕਹਿ ਲਵਾਂ, ਜਨਤਾ ਤੁਹਾਨੂੰ ਸੁਣਦੀ ਆ, ਦੇਖਦੀ ਹੈ ਜਾਂ ਇੰਟਰਸਟਿਡ ਹੈ ਉਹ ਚੈਨਲ ਦੇ ਉੱਤੇ, ਅਤੇ ਮੇਰੇ ਨਾਲ ਇੱਦਾਂ ਹੋ ਜਾਵੇ ਤਾਂ ਮੈਨੂੰ ਹਾਰਟ ਅਟੈਕ ਆ ਜਾਵੇ ਕਿ ਯਾਰ ਇੰਨੀ ਜਨਤਾ ਮੈਨੂੰ ਸੁਣਦੀ ਅਤੇ ਮੈਂ ਕੁਛ ਕੀਤਾ ਹੀ ਨਹੀਂ ਉਹਦੇ ਵਾਸਤੇ। ਜਾਂ ਇੱਕ ਚੀਜ਼, ਜਾਂ ਉੱਦਾਂ ਹੀ ਬੰਦਾ ਨੇ ਪੰਗੇ ਇੰਨੇ ਜ਼ਿਆਦਾ ਲਏ ਹੋਏ ਨੇ ਕਿ ਯਾਰ ਠੀਕ ਹੈ ਹੁਣ ਮੈਂ ਇੱਥੇ ਹੀ ਫੋਕਸ ਕਰਨਾ, ਉਹਨਾਂ ਵਾਸਤੇ ਮੇਰੇ ਕੋਲ ਟਾਈਮ ਨਹੀਂ, ਇੱਦਾਂ ਫੀਲ ਹੁੰਦਾ। ਹਾਂ, ਸੈਕਿੰਡ ਜਿਹੜੀ ਤੁਸੀਂ ਚੀਜ਼ ਕਹੀ ਹੈ ਇਹ ਵੀ ਹੈ, ਇਹ ਰਾਈਟ ਨਾ ਹੁਣ ਮੇਰੇ ਕੋਲ ਇੱਕ ਚਾਚਾ ਸਨਰੀ ਅਤੇ ਇੱਕ ਪੰਜਾਬ ਟੂ ਵਰਲਡ, ਇਹਨਾਂ ਨੂੰ ਮੈਂ ਪ੍ਰਾਇਮਰੀ ਬੇਸਿਸ 'ਤੇ ਮੈਨੇਜ ਕਰ ਰਿਹਾ ਵਾਂ, ਅਤੇ ਜਿਹਦੇ ਕਰਕੇ ਮੈਨੂੰ ਹੋਰ ਚੈਨਲ ਅਪਰੇਟ ਕਰਨ ਦਾ ਟਾਈਮ ਨਹੀਂ ਲੱਗ ਰਿਹਾ। ਅਤੇ ਤੁਹਾਨੂੰ ਦੱਸਾਂ, 5 ਲੱਖ ਜਾਂ 3 ਲੱਖ ਫੋਲੋਅਰ ਇਹ ਅੱਜ ਤੋਂ 8-9 ਸਾਲ ਪਹਿਲਾਂ ਕਰਨੇ ਬਹੁਤ ਸੌਖੇ ਸੀ, ਕੰਪੀਟੀਸ਼ਨ ਨਹੀਂ ਸੀ, ਤੁਸੀਂ ਮੰਨੋਗੇ ਨਹੀਂ। ਉਸ ਟਾਈਮ ਜਿਹੜੀਆਂ ਵੀਡੀਓ ਪਾਈਆਂ ਹੋਈਆਂ ਸੀ ਉਹ ਸਿੰਪਲ, ਉਹ ਗੰਦੀ ਜਿਹੀ ਜਿਹੜੀ ਟ੍ਰਾਂਜੈਕਸ਼ਨ ਹੁੰਦੀ ਹੈ, ਹੈ ਨਾ, ਟੈਕਸਟ ਚੱਲਦਾ ਹੁੰਦਾ, ਨਾ ਕੋਈ ਵੋਇਸ ਓਵਰ ਹੈ, ਸਿਰਫ ਥੱਲੇ ਟੈਕਸਟ ਚੱਲ ਰਿਹਾ ਜਿਹਦਾ ਕੋਈ ਵਧੀਆ ਫੋਰਮੈਟ ਵੀ ਨਹੀਂ ਹੈ, ਅਤੇ ਫੋਟੋਆਂ ਬਸ ਇੱਕ ਜਿਵੇਂ ਉਹ ਵਿਆਹ ਵਾਲੀ ਸੀਡੀਆਂ 'ਚ ਹੁੰਦੀਆਂ ਸੀਗੀਆਂ ਮੂਵੀਜ਼, ਉਹੋ ਜਿਹੀ ਟ੍ਰਾਂਜੈਕਸ਼ਨ ਲੱਗ ਕੇ ਚੱਲ ਰਹੀਆਂ, ਇੱਕ ਇੱਕ ਦੋ ਦੋ ਮਿੰਟ ਦੀ ਵੀਡੀਓ। ਅਤੇ 2016-17 ਦੇ ਵਿੱਚ ਉਹ 6-6 ਮਿਲੀਅਨ ਤੱਕ ਗਈ ਹੋਈਆਂ ਨੇ, ਅਤੇ ਆਡੀਅੰਸ ਦਾ ਟੇਸਟ ਚੇਂਜ ਹੋਇਆ, ਲੋਕ ਬੰਦਿਆਂ 'ਤੇ ਯਕੀਨ ਕਰਨ ਲੱਗ ਗਏ। ਉਹ ਫਿਟਨੈਸ ਚੈਨਲ ਦੀ ਸੀ ਨਾ ਜਿਹਦੀ ਮੈਂ ਗੱਲ ਕਰ ਰਿਹਾ, 4-5 ਲੱਖ ਸਬਸਕ੍ਰਾਈਬਰ ਵਾਲਾ। ਠੀਕ ਹੈ, ਅਤੇ ਹੁਣ ਜਿੰਨੀ ਜਨਤਾ ਆ ਗਈ ਹੈ ਯੂਟਿਊਬ ਦੇ ਉੱਤੇ, ਤੁਹਾਨੂੰ ਲੱਗਦਾ ਇਹ ਇੱਕ ਵਧੀਆ ਚੀਜ਼ ਹੈ ਜਾਂ ਇਹ ਮਾੜੀ ਚੀਜ਼ ਹੈ ਕਿ ਹਰੇਕ ਬੰਦਾ ਮੇਰੇ ਵਰਗਾ ਮਾਇਕ ਚੁੱਕਿਆ, ਚੱਲ ਵੀ ਪੋਡਕਾਸਟ, ਇਹ ਵਧੀਆ ਚੀਜ਼ ਮੰਨਦੇ ਹੋ ਤੁਸੀਂ ਜਾਂ ਮਾੜੀ ਚੀਜ਼ ਮੰਨਦੇ ਹੋ? ਅਸਲ 'ਚ ਦੇਖੋ, ਇਹਦੇ ਨਾਲ ਨਾ ਥੋੜ੍ਹਾ ਜਿਹਾ ਫਿਲਟਰ ਕਰਨਾ ਮੁਸ਼ਕਿਲ ਹੋ ਗਿਆ ਵਾ। ਅੱਜ ਕੱਲ੍ਹ ਕੰਟੈਂਟ ਇੰਨਾ ਵਾ, ਕਿਹੜਾ ਬੰਦਾ ਸਹੀ ਕੰਟੈਂਟ ਪਾ ਰਿਹਾ ਵਾ ਅਤੇ ਕਿਹੜਾ ਬੰਦਾ ਗਲਤ ਪਾ ਰਿਹਾ। ਹੋਇਆ ਇੱਦਾਂ ਕਿ ਕੁਛ ਬੰਦੇ ਸਿਰਫ 3-4 ਵੀਡੀਓ ਸਹੀ ਪਾ ਕੇ ਪਿੱਛੇ ਉਹਨਾਂ ਨੇ ਪੂਰਾ ਖਰਾਬ ਕੀਤਾ ਹੁੰਦਾ ਕੰਮ, ਅਤੇ ਉਹਨਾਂ 3-4 ਦੇ ਕਾਰਨ ਉਹ ਪਿਛਲੀਆਂ 'ਤੇ ਵੀ ਉਹਨਾਂ ਦੀ ਗੱਲਾਂ 'ਤੇ ਯਕੀਨ ਕਰ ਲੈਂਦੇ ਨੇ। ਦਮਨ ਵੀਰਾ ਕਹਿੰਦਾ ਹੁੰਦਾ, ਕਹਿੰਦਾ ਕਹਿੰਦਾ ਇੰਟਰਨੈਟ ਸਸਤਾ ਨਹੀਂ ਹੋਣਾ ਚਾਹੀਦਾ ਸੀਗਾ। ਨਹੀਂ, ਸਹੀ ਹੈ, ਸਹੀ। ਹਾਂ, ਇੱਕ ਚੀਜ਼ ਮੈਂ ਜ਼ਰੂਰ ਮੰਨਦਾ ਵਾਂ ਕਿ ਇੱਕ ਬੜੀ ਨਾ ਤਗੜੀ ਪਾਵਰ ਹੈ ਇੰਟਰਨੈਟ, ਕਿ ਹਰੇਕ ਬੰਦਾ ਹੁਣ ਪਹਿਲੀ ਗੱਲ ਤਾਂ ਇਨਫੋਰਮੇਸ਼ਨ ਨੂੰ ਐਕਸੈਸ ਕਰ ਸਕਦਾ, ਫਿਰ ਇਨਫੋਰਮੇਸ਼ਨ ਡਿਸਟ੍ਰੀਬਿਊਟ ਵੀ ਕਰ ਸਕਦਾ। ਬਟ ਉਹਨਾਂ ਚੀਜ਼ ਇਹ ਹੁੰਦੀ ਹੈ ਕਿ ਇੱਕ ਤਗੜਾ ਹਥਿਆਰ ਹੈ ਜੋ ਹੁਣ ਹਰੇਕ ਬੰਦੇ ਦੇ ਹੱਥ ਆ ਗਿਆ, ਹੁਣ ਹਰੇਕ ਬੰਦਾ ਲੱਗਾ ਹੋਇਆ ਬੋਲਣ, ਅਤੇ ਮੈਂ ਉੱਥੇ ਥੋੜ੍ਹਾ ਫੀਲ ਕਰਦਾ ਕਿ ਮੇ ਬੀ ਯਾਰ ਹਰੇਕ ਬੰਦੇ ਕੋਲ, ਕਿਉਂਕਿ ਪਾਵਰ ਬਹੁਤ ਤਗੜੀ ਹੈ, ਮੇ ਬੀ ਹਰੇਕ ਬੰਦੇ ਕੋਲ ਪਾਵਰ ਨਹੀਂ ਹੋਣੀ ਚਾਹੀਦੀ, ਅਤੇ ਆਮ ਜਨਤਾ ਵਾਸਤੇ ਜੋ ਜਨਤਾ ਦੇਖਣ ਦੀ ਹੈ ਉਹਦੇ ਵਾਸਤੇ, ਜਿੱਦਾਂ ਨਾ ਬੜਾ ਪਰਫੈਕਟ ਪੁਆਇੰਟ ਤੁਸੀਂ ਕਿਹਾ ਕਿ ਫਿਲਟਰ ਕਰਨਾ ਬੜਾ ਔਖਾ। ਹੁਣ ਫੋਰ ਐਗਜ਼ਾਮਪਲ, ਇੱਕ ਬੰਦਾ ਲੱਗਿਆ ਹੋਇਆ ਬੜੀ ਵਧੀਆ ਵੀਡੀਓ ਬਣਾ ਕੇ, ਠੀਕ ਹੈ, ਬੜਾ ਇੱਕ ਵਿਜੂਅਲ ਇਫੈਕਟ ਪਾ ਕੇ, ਅਤੇ ਉਹ ਭਾਵੇਂ ਝੂਠ ਹੀ ਬੋਲੀ ਜਾਵੇ, ਜਾਂਦੇ ਨੇ ਕਹਿਣਾ ਕਿ ਯਾਰ ਵੇਖੋ ਇਹਦਾ ਚੈਨਲ ਵਧੀਆ ਆਇਆ, ਵਿਜੂਅਲ ਇਫੈਕਟ ਵਧੀਆ ਆਇਆ, ਤਾਂ ਕਿਉਂ ਨਾ ਅਸੀਂ ਇਹਨੂੰ ਸੁਣੀਏ, ਠੀਕ ਹੈ। ਅਤੇ ਉਹਨਾਂ ਵਾਸਤੇ ਫੈਕਟ ਚੈੱਕ ਕਰਨਾ ਬਹੁਤ ਔਖਾ ਆ ਬੇਸਿਕਲੀ। ਅਤੇ ਤੁਹਾਡੇ ਹੁਣ ਦੋ ਨੇ, ਇੱਕ ਤਾਂ ਚਾਚਾ ਸਿਨਰੀ ਵਾਲਾ ਹੋ ਗਿਆ ਜਿੱਥੇ ਤੁਸੀਂ ਗਾਣੇ ਬਹੁਤ ਜ਼ਿਆਦਾ ਰਿਵਿਊ ਕਰਦੇ ਹੋ, ਅਤੇ ਆਪਣਾ ਪੋਡਕਾਸਟ ਹੋ ਗਿਆ। ਚਾਚਾ ਸਿਨਰੀ 'ਤੇ ਆਪਾਂ ਬਾਅਦ 'ਚ ਆਉਂਦੇ ਹਾਂ, ਪਹਿਲਾਂ ਗੱਲ ਕਰਦੇ ਹਾਂ ਆਪਣਾ ਆਪਣਾ ਪੋਡਕਾਸਟ ਦਾ, ਕਿ ਉਹ ਤੁਹਾਡਾ ਆਈਡੀਆ ਕਿੱਦਾਂ ਆਇਆ ਸੀ, ਕਿ ਤੁਸੀਂ ਦਮਨ ਵੀਰੇ ਨੂੰ ਅਪਰੋਚ ਕੀਤਾ ਸੀ ਜਾਂ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਕਿ ਇੱਥੇ ਆਪਾਂ ਇਹ ਚੀਜ਼ ਕਰ ਸਕਦੇ ਹਾਂ? ਆਪਣਾ ਪੋਡਕਾਸਟ ਇੱਦਾਂ ਸੀ ਕਿ ਦਮਨ ਵੀਰੇ ਦਾ ਮੈਂ ਉਹੀ ਮੈਂ ਤੁਹਾਨੂੰ ਦੱਸਿਆ ਨਾ, ਮੈਂ ਸ਼ੁਰੂ ਤੋਂ ਦੇਖਦਾ ਆ ਰਿਹਾ, ਫਿਟਨੈਸ ਚੈਨਲ ਦੇ ਵਿੱਚ ਉਹ ਸੀਗੇ, ਦੈਨ ਉਹਨਾਂ ਦੀ ਵੀ ਕਿਤੇ ਨਾ ਕਿਤੇ ਪ੍ਰੈਜੈਂਸ ਥੋੜ੍ਹੀ ਜਿਹੀ ਗਾਇਬ ਹੋ ਗਈ ਸੀਗੀ, ਜਸਟ ਬਿਕੋਜ਼ ਕਿ ਹੋਰ ਬਹੁਤ ਆ ਗਏ ਸੀ ਫਿਟਨੈਸ ਵਾਲੇ, ਹੈ ਨਾ। ਅਤੇ 2019, 2020, 2021, 2022 ਇੱਦਾਂ 3-4 ਸਾਲ ਉਹਨਾਂ ਨੂੰ ਮੈਂ ਨਹੀਂ ਦੇਖ ਪਾਇਆ,
ਕਿਉਂਕਿ ਮੇਰਾ ਫਿਟਨੈਸ ਦੇ ਵਿੱਚ ਇੰਟਰਸਟ ਲੂਜ਼ ਹੋ ਚੁੱਕਿਆ ਸੀਗਾ ਕਿਉਂਕਿ ਮੇਰਾ ਹੁਣ ਸ਼ੌਂਕ ਨਹੀਂ ਸੀ ਅਤੇ ਨਾ ਹੀ ਮੈਨੂੰ ਉਦੋਂ ਦੀ ਵੀਡੀਓ ਸ਼ੋਅ ਹੋ ਰਹੀਆਂ ਸੀ, ਇਸ ਕਰਕੇ ਉਹ ਕਨੈਕਸ਼ਨ ਟੁੱਟ ਗਿਆ। 2022-23 ਦੇ ਵਿੱਚ ਮੈਨੂੰ ਇੰਸਟਾ ਦੇ ਉੱਪਰ ਉਹਨਾਂ ਦਾ ਕੈਨੇਡਾ ਟੂ ਪੰਜਾਬ ਜਿਹੜਾ ਸੀਗਾ ਪੇਜ, ਉਹਦੀਆਂ ਫਨੀ ਵੀਡੀਓ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਵੀ ਵੀਡੀਓਜ਼, ਉਹ ਮੈਨੂੰ ਸ਼ੋਅ ਹੋਈਆਂ। ਅਤੇ ਮੈਂ ਕਿਹਾ ਇਹ ਬਾਈ ਤਾਂ ਮੈਂ ਪਹਿਲਾਂ ਵੀ ਦੇਖਦਾ ਹੁੰਦਾ ਸੀਗਾ, ਅਤੇ ਫਿਰ ਮੈਨੂੰ ਆਦਤ ਆ ਕਿ ਜਿਹਦਾ ਕੰਟੈਂਟ ਮੈਨੂੰ ਵਧੀਆ ਲੱਗਦਾ ਮੈਂ ਜ਼ਰੂਰ ਉਹਨਾਂ ਨੂੰ ਉਹਨਾਂ ਨਾਲ ਉਹ ਕੰਟੈਂਟ 'ਤੇ ਗੱਲਬਾਤ ਕਰਦਾ ਵੀ ਇੱਦਾਂ ਉਹਦੇ ਬਾਰੇ ਹੋਰ ਇਨਫੋ ਦਿੰਦਾ ਜਾਂ ਉਹਦੇ ਲਈ ਐਪਰੀਸ਼ੀਏਟ ਕਰਦਾ। ਸੋ ਇੱਦਾਂ ਮੈਂ ਡੀ ਐੱਮ ਦੇ ਵਿੱਚ ਉਹਨਾਂ ਨੂੰ ਐਪਰੀਸ਼ੀਏਟ ਵਗੈਰਾ ਕਰਦਾ ਰਹਿੰਦਾ ਸੀਗਾ। ਅਤੇ ਦੈਨ ਉਸ ਤੋਂ ਬਾਅਦ ਗੱਲਾਂ ਕਰਦੇ ਕਰਦੇ ਇੱਕਦਮ ਸਲਾਹ ਬਣ ਗਈ। ਹੁਣ ਇਹ ਐਗਜੈਕਟਲੀ ਮੈਨੂੰ ਯਾਦ ਨਹੀਂ ਹੈ ਕਿ ਮੈਂ ਉਹਨਾਂ ਨੂੰ ਕਿਹਾ ਜਾਂ ਉਹਨਾਂ ਨੇ ਮੈਨੂੰ ਕਿਹਾ, ਮਤਲਬ ਪੁਸ਼ ਜ਼ਿਆਦਾ ਉਹ ਕਰ ਰਹੇ ਨੇ, ਉਹ ਥੋੜ੍ਹਾ ਜਿਹਾ ਜ਼ਿਆਦਾ ਸੀਰੀਅਸ ਨੇ। ਹੁਣ ਦਮਨ ਦੇ ਗੱਲ ਕਰਦੇ ਹਾਂ ਕਿ ਦੋ ਪੋਡਕਾਸਟ ਮੈਂ ਕੀਤੇ ਨੇ ਭਾਜੀ ਨਾ, ਸਕੈਜੂਲ ਮੈਚ ਕਰਦੇ ਕਰਦੇ ਚਲੋ ਹੋ ਗਿਆ ਪੋਡਕਾਸਟ। ਮੈਂ ਨਾ ਦਮਨ ਨੂੰ ਕਦੀ ਕਦੀ ਸਮਝ ਨਹੀਂ ਪਾਉਂਦਾ ਕਿ ਇਹ ਬੰਦਾ ਯਾਰ ਇੰਨਾ ਸੀਰੀਅਸ ਹੈ ਜਾਂ ਇਹ ਬੰਦਾ ਥੋੜ੍ਹਾ ਫਨੀ ਬੰਦਾ। ਠੀਕ ਹੈ, ਹੁਣ ਤੁਸੀਂ ਰੈਗੂਲਰਲੀ ਉਹਨਾਂ ਨਾਲ ਡੀਲ ਕਰਦੇ ਹੋ, ਤੁਸੀਂ ਕੀ ਫੀਲ ਕਰਦੇ ਹੋ ਕਿ ਯਾਰ ਬੰਦਾ ਬਹੁਤ ਸੀਰੀਅਸ ਹੈ ਜਾਂ ਇਹ ਬੰਦਾ ਬਹੁਤ ਜ਼ਿਆਦਾ ਫਨੀ ਹੈ? ਉਹ ਬੰਦਾ ਟਾਈਮ ਦੇ ਹਿਸਾਬ ਨਾਲ ਹੈ ਜਾਂ ਬੰਦੇ ਦੇ ਹਿਸਾਬ ਨਾਲ ਹੈ, ਸਾਹਮਣੇ ਵਾਲਾ ਬੰਦਾ ਕਿੱਦਾਂ ਦਾ ਵਾ ਟਾਈਮ ਦੇ ਹਿਸਾਬ ਨਾਲ। ਤੁਸੀਂ ਮੈਂ ਬਾਈ ਨਾਲ ਬੜੀ ਵਾਰੀ ਨੋਟਿਸ ਕੀਤਾ, ਤੁਸੀਂ ਉਹਨਾਂ ਨੂੰ ਪੁੱਛੋਗੇ ਨਾ ਹੋਰ ਵੀਰੇ ਕੀ ਹਾਲ ਹੈ, ਉਹ ਤੁਹਾਨੂੰ ਚੱਜ ਨਾਲ ਜਵਾਬ ਨਹੀਂ ਦੇਣਗੇ, ਹਾਂ ਠੀਕ ਹੈ ਵਧੀਆ। ਹਾਂ ਮਤਲਬ ਜੇ ਤੁਸੀਂ ਕੰਮ ਦੀ ਗੱਲ ਕਰਕੇ ਸਿੱਧਾ ਮੈਸੇਜ ਕਰ ਰਹੇ ਹੋ, ਫੋਨ ਕਰਕੇ ਸਿੱਧੀ ਗੱਲ ਬੋਲ ਰਹੇ ਹੋ ਕੰਮ ਦੀ ਵੀ ਇੱਦਾਂ ਕਰੀਏ, ਹਾਂ ਹਾਂ ਤੁਸੀਂ ਕਰੋ, ਫਿਰ ਬੜੇ ਬੜੇ ਪਿਆਰ ਨਾਲ ਗੱਲ ਕਰਨਗੇ। ਜਸਟ ਜਿਵੇਂ ਉਹ ਕਹਿੰਦੇ ਸੀ ਵੀ ਇੰਸਟਾ ਦੇ ਉੱਪਰ ਵੀ ਮੈਨੂੰ ਬਲੈਸਿੰਗ ਨਹੀਂ ਚਾਹੀਦੀ ਆ ਕਿ ਰਿਕਵਰੀ ਸਪੀਡੀ ਰਿਕਵਰੀ ਵੀ ਮੈਂ ਆਲਰੇਡੀ ਸਟਰੋਂਗ ਹੈ। ਯਾ ਸੋ ਉਸ ਟਾਈਪ ਦੇ ਆ ਥੋੜ੍ਹੇ ਜਿਹੇ ਉਹ। ਠੀਕ ਹੈ, ਉਹ ਨਾ ਚਾਚਾ ਸਿਨਰੀ ਤੇ ਆਉਂਦੇ ਆ, ਤੇ ਪਹਿਲੀ ਗੱਲ ਤੇ ਨਾਮ ਤਾਂ ਮੈਨੂੰ ਦੱਸੋ ਕਿ ਨਾਮ ਕਿੱਦਾਂ ਇਹ ਪਿਆ? ਉਹੀ ਮੈਂ 2019 'ਚ ਸ਼ੁਰੂ ਕੀਤਾ ਸੀ ਮੇਰੇ ਖਿਆਲ ਨਾਲ ਚੈਨਲ, ਅਤੇ ਉਦੋਂ ਚਾਚਾ ਬਾਓ ਜਾਂ ਚਾਚਾ ਇੱਦਾਂ ਬੜੇ ਡਾਇਲੋਗ ਚੱਲਦੇ ਹੁੰਦੇ ਸੀਗੇ। ਠੀਕ ਹੈ, ਹੈ ਨਾ, ਗੱਡੀਆਂ ਦੇ ਪਿੱਛੇ ਲੋਕਾਂ ਨੇ ਲਿਖਾਇਆ ਹੋਇਆ ਸੀਗਾ। ਅਤੇ ਅਸਲ 'ਚ ਇਹ ਪੰਜਾਬੀ ਮੈਂ ਸੋਚ ਰਿਹਾ ਸੀ ਵੀ ਮੈਂ ਰੋਸਟਿੰਗ ਸ਼ੁਰੂ ਕਰਾਂ, ਮੈਂ ਕੈਰੀ ਮਰਾਠੀ ਨੂੰ ਦੇਖਦਾ ਹੁੰਦਾ ਸੀ, ਮੈਂ ਕਿਹਾ ਚੱਲ ਹਿੰਦੀ 'ਚ ਕਰ ਰਿਹਾ, ਪੰਜਾਬੀ 'ਚ ਕਰ ਦਿੰਦੇ ਆਪਾਂ। ਮੈਂ ਪਹਿਲਾਂ ਰੋਸਟਿੰਗ ਵਾਲੀ ਵੀਡੀਓ ਪਾਈ ਹਾਂ ਆਪਾਂ, ਦੱਸ ਨਹੀਂ ਬਣੀ ਗੱਲ, ਹੈ ਨਾ, ਓਬੀਅਸ ਗੱਲ ਆ ਕੰਟੈਂਟ ਮਾੜਾ ਸੀ। ਸੋ ਮੈਂ ਨਾਂ ਵੀ ਉੱਦਾਂ ਦਾ ਰੱਖਣਾ ਸੀਗਾ, ਅਤੇ ਚਾਚਾ ਸਿਨਰੀ, ਅਸਲ 'ਚ ਮੇਰਾ ਨਾਂ ਰਿੱਕੀ ਸਿੰਘ ਹੈ, RICKY ਸਪੇਸ ਸਿੰਘ। ਸੋ ਮੈਂ ਸਿੰਘ ਦਾ SIN ਚੱਕ ਲਿਆ ਅਤੇ ਰਿੱਕੀ ਦਾ ਰੀ ਚੱਕ ਲਿਆ, ਉਹਨੂੰ ਮੈਂ ਕ੍ਰੋਸ ਕਰਕੇ ਸਿਨਰੀ ਇੱਦਾਂ ਬਣਾਤਾ। ਦੈਨ ਮੈਂ ਕਾਇੰਡ ਆਫ ਰੋਸਟਰ ਨਾਮ ਰੱਖਣਾ ਸੀਗਾ ਅਤੇ ਮੈਂ ਰੱਖਿਆ। ਉਸ ਤੋਂ ਬਾਅਦ ਪਤਾ ਹੀ ਲੱਗਿਆ ਕਦੋਂ ਮੈਂ ਪਹਿਲੀ ਵੀਡੀਓ ਪੰਜਾਬੀ ਇੰਡਸਟਰੀ ਵਗੈਰਾ 'ਤੇ ਪਾਈ, ਹੈ ਨਾ, ਅਤੇ ਉਹ ਵਾਇਰਲ ਚਲੀ ਗਈ। ਮੈਂ ਕਿਹਾ ਯਾਰ ਇੱਧਰ ਨੂੰ ਹੈ ਥੋੜ੍ਹਾ ਜਿਹਾ ਰਾਹ ਜਿਹਾ ਚੱਲ ਗਿਆ, ਇੱਧਰ ਨੂੰ ਜਾਂਦੇ ਆਪਾਂ। ਠੀਕ ਹੈ, ਅਤੇ ਪਹਿਲੀ ਵੀਡੀਓ ਜਦੋਂ ਤੁਸੀਂ, ਤੁਹਾਨੂੰ ਕਦੋਂ ਰੀਅਲਾਈਜ਼ ਹੋਇਆ ਕਿ ਯਾਰ ਕਿ ਆਹ ਵੀਡੀਓ ਤੋਂ ਬਾਅਦ ਹੁਣ ਇਹੀ ਮੇਰਾ ਕੰਟੈਂਟ ਹੋਣ ਵਾਲਾ? ਉਹ ਪਹਿਲੀ ਕਿਹੜੀ ਵੀਡੀਓ ਸੀ ਤੁਹਾਡੀ? ਐਲੀ ਮੰਗਟ ਅਤੇ ਰਮੀ ਰੰਧਾਵਾ ਹੁਣੀ ਬਹੁਤ ਲੜੇ ਸੀ ਉਦੋਂ ਜਦੋਂ ਮੈਂ ਆਇਆ ਸੀ। ਹਾਂ ਠੀਕ ਹੈ, ਯਾ ਉਹਨਾਂ ਦੀ ਕੰਟਰੋਵਰਸੀ ਐਨ ਅਸਲ ਲੜਾਈ ਸੀ, ਨਾਟ ਲਾਈਕ ਟੂਡੇ ਜਿਵੇਂ ਰਜਤ ਹੋਣੀ ਜਾਂ ਕੁਛ ਹੋਰ, ਹੈ ਨਾ, ਕਰ ਰਹੇ ਨੇ ਜਿਹੜੇ ਸੱਚੀ 'ਚ ਮਿਲੇ ਸੀ ਉਹਨਾਂ। ਅਤੇ ਉਹ ਵੀਡੀਓ ਪਾਈ ਸੀ ਅਤੇ ਉਹਦੇ ਉੱਪਰ ਆ ਗਏ ਸੀ 6-7 ਲੱਖ ਵਿਊਜ਼, ਅਤੇ ਵੀਡੀਓ ਵੀ ਸੀਗੀ ਉਹ 14-15 ਮਿੰਟ ਦੀ। ਸੋ 10 ਉਸ ਟਾਈਮ ਨਾ, ਹੁਣ 8 ਮਿੰਟ ਤੋਂ ਉੱਪਰ ਦੀ ਵੀਡੀਓ 'ਤੇ ਐਡ ਲੱਗਦੀਆਂ ਨੇ ਵੱਧ, ਉਦੋਂ 10 ਮਿੰਟ ਤੋਂ ਉੱਪਰ ਦੀ ਵੀਡੀਓ 'ਤੇ ਐਡ ਆਪਾਂ ਐਕਸਟਰਾ ਲਾ ਸਕਦੇ ਹੁੰਦੇ ਸੀਗੇ। ਫਿਰ ਉਹਦੇ ਵੀ ਐਡਾਂ ਵਗੈਰਾ ਬਹੁਤ ਲੱਗੀਆਂ ਸੀ, ਅਤੇ ਉਹ ਇਕੱਲੀ ਵੀਡੀਓ ਨੇ ਮੈਨੂੰ $200-$300 ਇੰਨੇ ਦਿੱਤੇ ਸੀ। ਸੋ ਉਹੀ ਮੇਰੀ ਪਹਿਲੀ ਵੀਡੀਓ ਵਾਇਰਲ ਗਈ ਸੀਗੀ। ਅਤੇ ਹੁਣ ਇੱਦਾਂ ਹੀ ਹੈ ਕਿ ਇਸੇ ਗਾਣਿਆਂ 'ਤੇ ਜਾਂ ਪੰਜਾਬੀ ਇੰਡਸਟਰੀ ਦੇ ਰਿਵਿਊ 'ਤੇ ਰਹਿਣਾ ਅਤੇ ਲੋਕਾਂ ਦਾ ਰੁਝਾਨ ਉਹਦੇ ਵਿੱਚ ਜ਼ਿਆਦਾ। ਅਤੇ ਇੱਕ ਕੁਝ ਮੈਂ ਪੁੱਛਣਾ ਸੀ ਕਿ ਯਾਰ ਇੰਨੇ ਲੋਕ ਕਿਉਂ ਜ਼ਿਆਦਾ ਇੰਟਰਸਟਡ ਨੇ, ਕਿਉਂਕਿ ਹੁਣ ਨਾ ਤੁਸੀਂ ਪੰਜਾਬੀ ਇੰਡਸਟਰੀ ਨੂੰ ਬੜਾ ਡੀਪਲੀ ਰਿਵਿਊ ਕਰਦੇ ਹੋ, ਜਿੱਦਾਂ ਤੁਸੀਂ 4-10 ਹੁਣ ਗਾਣਾ ਤੁਸੀਂ ਰਿਵਿਊ ਕੀਤਾ ਨਾ, ਕਿ ਨਿੱਕੀ ਨਿੱਕੀ ਗੱਲ ਤੁਸੀਂ ਦੱਸੀ ਕਿ ਇੱਦਾਂ, ਕਿ ਤੁਹਾਨੂੰ ਕਿਉਂ ਲੱਗਦਾ ਕਿ ਲੋਕਾਂ ਦਾ ਰੁਝਾਨ ਇਹਨਾਂ ਚੀਜ਼ਾਂ ਵੱਲ ਕਿਉਂ ਜ਼ਿਆਦਾ?
ਕਿਉਂਕਿ ਤੁਸੀਂ ਵਿਚਰਦੇ ਹੋ, ਲੋਕਾਂ ਨਾਲ ਗੱਲਬਾਤ ਕਰਦੇ ਹੋ, ਗਾਣਿਆਂ ਨੂੰ ਵੀ ਸੁਣਦੇ ਹੋ, ਕਿ ਲੋਕ ਨਾ ਹਰੇਕ ਚੀਜ਼ ਜਾਣਨਾ ਚਾਹੁੰਦੇ ਨੇ, ਜਿੱਦਾਂ ਲੜਾਈ ਤੁਸੀਂ ਗੱਲ ਕੀਤੀ ਕਿ ਇਹਦਾ ਪੇਚਾ ਪੈ ਗਿਆ ਬਈ, ਠੀਕ ਹੈ, ਅਤੇ ਲੋਕ ਬੜੇ ਇੰਟਰਸਟਡ ਨੇ ਇਹ ਚੀਜ਼ਾਂ ਵੱਲ, ਕੀ ਫੀਲ ਕਰਦੇ ਹੋ ਕਿ ਕਿਉਂ ਆਡੀਅੰਸ ਇੱਦਾਂ ਫੀਲ ਕਰਦੀ ਹੈ? ਮੈਂ ਨਾ ਸਾਧਾਂ ਦੇ ਵਿੱਚ ਵੀ ਬੈਠਾ ਵਾਂ, ਅਤੇ ਇੱਕ ਤਰੀਕੇ ਨਾਲ ਸ਼ੈਤਾਨ ਦੇ ਰੂਪ ਦੇ ਵਿੱਚ ਬੰਦਿਆਂ ਨਾਲ ਹੀ ਬੈਠਾ ਵਾਂ, ਅਤੇ ਜਿਹੜੇ ਉਹ ਸ਼ੈਤਾਨ ਦੇ ਰੂਪ 'ਚ ਬੰਦੇ ਆ ਨਾ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਆਪ ਇੱਕ ਇਹ ਬਿਲਕੁਲ ਅਲੱਗ ਹੀ, ਇਹਨਾਂ ਦੀ ਅਲੱਗ ਦੁਨੀਆ ਵਾ। ਜਿਹੜੇ ਸਮਝਦਾਰ, ਜਿਹੜੇ ਵਧੀਆ ਗੱਲਾਂ ਕਰਦੇ, ਜਿਵੇਂ ਮੈਂ ਤੁਹਾਡੀ ਵੀਡੀਓਜ਼ ਦੇਖੀਆਂ ਨੇ, ਤੁਸੀਂ ਬੜੀਆਂ ਇੰਟਲੈਕਚੁਅਲ ਗੱਲਾਂ ਕਰਦੇ ਵਧੀਆ, ਹੈ ਨਾ, ਇਹ ਵਾਲੀ ਅੱਡ ਦੁਨੀਆ ਵਾ। ਸੋ ਵੀ ਹੈਵ ਟੂ ਚੂਜ਼ ਕਿ ਆਪਾਂ ਕਿਸ ਵੱਲ ਜਾਣਾ ਵਾ। ਹੁਣ ਮੇਰੇ ਦੋ ਚੈਨਲ ਬਿਲਕੁਲ ਡਿਫਰੈਂਟ ਨੇ, ਇੱਕ ਦੇ ਉੱਪਰ ਪੰਜਾਬ ਟੂ ਵਰਲਡ, ਇੱਕ ਦੇ ਉੱਪਰ ਚਾਚਾ ਸਨਰੀ। ਚਾਚਾ ਸਨਰੀ ਮੈਂ ਪਿਓਰ, ਮੈਂ ਕਹਿੰਦਾ ਇੰਟਰਟੇਨਮੈਂਟ ਬੇਸਿਸ 'ਤੇ ਚਲਾਉਣਾ ਉਹਨੂੰ, ਕਿ ਇੰਟਰਟੇਨਮੈਂਟ ਕਰਵਾਉਣਾ ਲੋਕਾਂ ਦਾ। ਅਤੇ ਜਿਹੜਾ ਪੰਜਾਬ ਟੂ ਵਰਲਡ ਆ, ਉਹਦੇ ਵਿੱਚ ਮੈਂ ਥੋੜ੍ਹੀ ਜਿਹੀ ਡੀਪ ਗੱਲਾਂ ਵੀ ਕਰ ਦਿੰਦਾ ਵਾਂ, ਕੋਈ ਡੂੰਘੀ ਜਿਹੜੀ ਹੁਣ ਥੋੜ੍ਹੀ ਬਹੁਤ ਕੀ ਨੌਲੇਜ ਮਿਲੇ। ਅਤੇ ਦੋਵਾਂ ਵਿੱਚੋਂ ਜ਼ਿਆਦਾ ਲੋਕਾਂ ਦਾ ਰੁਝਾਨ ਚਾਚਾ ਸਨਰੀ ਵੱਲ, ਕਿਉਂਕਿ ਇਹਦੇ ਵਿੱਚ ਮੇ ਬੀ ਐਂਟਰਟੇਨਮੈਂਟ ਜ਼ਿਆਦਾ। ਉਹੀ ਪੰਜਾਬ ਟੂ ਵਰਲਡ ਦੇ ਉੱਪਰ ਜਿਹੜੀਆਂ ਵੀਡੀਓਜ਼ ਮੈਂ ਬਹੁਤ ਜ਼ਿਆਦਾ ਇਨਫੋਰਮੇਟਿਵ ਪਾਈਆਂ ਹੋਈਆਂ ਨੇ ਨਾ, ਉਹ ਇੰਨੀਆਂ ਨਹੀਂ ਚੱਲੀਆਂ। ਪਰ ਜਿਹੜੀਆਂ ਥੋੜ੍ਹੀਆਂ ਜੇ ਉਹਦੇ ਵਿੱਚ ਐਂਟਰਟੇਨਮੈਂਟ ਪਲੱਸ ਨਿਊਜ਼ ਕੀਤਾ ਹੋਇਆ, ਭਾਅ ਜੀ 4 ਮਿਲੀਅਨ, 5 ਮਿਲੀਅਨ, 6 ਮਿਲੀਅਨ, ਐਂਟਰਟੇਨਮੈਂਟ ਇੰਡਸਟਰੀ ਆਲਵੇਜ਼ ਰੂਲ ਕਰੂਗੀ, ਇਹ ਤੁਸੀਂ ਲਿਖਵਾ ਲਓ। ਅਤੇ ਇੱਕ ਹੋਰ ਚੀਜ਼ ਮੈਂ ਰੀਅਲਾਈਜ਼ ਕੀਤੀ ਹੈ, ਜਿੱਦਾਂ ਤੁਸੀਂ ਕਿਹਾ ਨਾ ਕਿ ਐਂਟਰਟੇਨਮੈਂਟ ਵਾਲੀਆਂ ਚੀਜ਼ਾਂ ਹਮੇਸ਼ਾ ਰੂਲ ਕਰਨ ਵਾਲੀਆਂ ਨੇ, ਬਟ ਮੈਂ ਥੋੜ੍ਹਾ ਜਿਹਾ ਓਪੋਜ਼ਿਟ ਸੋਚਦਾ ਵਾਂ ਕਿ ਹੁਣ ਜਨਤਾ ਥੋੜ੍ਹੀ ਜਿਹੀ ਸੂਝਵਾਨ ਹੁੰਦੀ ਪਈ ਹੈ। ਜਿੱਦਾਂ ਜਨਤਾ ਆ ਜਾਂਦੀ ਨਾ 30+, ਚਲੋ ਤੁਸੀਂ 25 ਦੇ ਹੋ, ਮੇ ਬੀ ਹਜੇ ਖੂਨ ਗਰਮ ਹੈ ਕਹਿ ਸਕਦੇ ਹਾਂ, ਬਟ ਮੈਂ ਰੀਅਲਾਈਜ਼ ਕੀਤਾ ਜਿਹੜੇ 30-31, ਹੁਣ ਮੈਂ 33 ਦਾ ਵਾਂ, ਕਿ ਖੂਨ ਥੋੜ੍ਹਾ ਠੰਡਾ ਹੋ ਜਾਂਦਾ ਸਾਡਾ। ਉਹ ਤੋਂ ਬਾਅਦ ਅਸੀਂ ਪਿਕਅਪ ਚੀਜ਼ਾਂ ਕਰਨ ਲੱਗ ਪੈਂਦੇ ਹਾਂ, ਜਿੱਦਾਂ ਤੁਹਾਡਾ ਦੂਜਾ ਚੈਨਲ ਹੈ ਜਿੱਥੇ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ, ਜਿੱਥੇ ਤੁਸੀਂ ਨਿਊਜ਼ ਦਿੰਦੇ ਹੋ। ਹੁਣ ਆਈ ਥਿੰਕ ਪੋਡਕਾਸਟਾਂ ਦਾ ਜ਼ਿਆਦਾ ਰੁਝਾਨ ਲੋਕਾਂ ਦਾ ਵਧਣ ਲੱਗ ਪਿਆ, ਕਿ ਜਨਤਾ ਹੁਣ ਸਿਆਣੀ ਹੋਣ ਲੱਗ ਪਈ ਹੈ ਮੇ ਬੀ। ਅਤੇ ਇਹ ਹੋ ਸਕਦਾ ਕਿ ਹਾਂ, ਕੱਲ੍ਹ ਨੂੰ ਜਿਹੜਾ ਦੂਜਾ ਚੈਨਲ ਹੈ ਤੁਹਾਡਾ ਚਾਚਾ ਸਿੰਘ ਨਾਲੋਂ, ਉਹ ਉਹਨੂੰ ਆਊਟ ਪਰਫੋਰਮ ਕਰ ਜਾਵੇ, ਕਿਉਂਕਿ ਜਨਤਾ ਸਿਆਣੀ ਹੁੰਦੀ ਪਈ ਹੈ, ਜਾਂ ਗਾਣੇ ਦੇ ਹਮੇਸ਼ਾ ਚੱਲਣੇ ਹੀ ਚੱਲਣੇ ਆਪਣੇ। ਇੱਦਾਂ ਫੀਲ ਕਰਦੇ ਹੋ ਕਿ ਪੰਜਾਬੀਆਂ ਦਾ ਜੋ ਇੱਕ ਦਬਦਬਾ ਹੈ ਗਾਣਿਆਂ ਦੇ ਵਿੱਚ, ਉਹ ਹਮੇਸ਼ਾ ਰਹਿਣ ਵਾਲਾ? ਡਿਫਰੈਂਟ ਗਰੁੱਪਸ ਨੇ, ਮੈਂ ਨਹੀਂ ਕਹਿ ਰਿਹਾ ਕਿ ਹਾਂ ਸਿਆਣੇ, ਸਿਆਣਾ ਕੰਟੈਂਟ ਦੇਖਣ ਵਾਲੇ ਲੋਕ ਹੀ ਹੈ ਨਹੀਂ, ਉਹ ਹੈ ਗਰੁੱਪ, ਲੇਕਿਨ ਐਂਟਰਟੇਨਮੈਂਟ ਦੇਖਣ ਵਾਲਾ ਗਰੁੱਪ ਉਹ ਜ਼ਿਆਦਾ ਵੱਡਾ ਵਾ। ਹੁਣ ਫੋਰ ਐਗਜ਼ਾਮਪਲ ਤੁਸੀਂ ਇਸ ਟਾਈਮ ਲਾ ਲਓ, ਰੂਲ ਮੇਨ ਮੇਨ ਬੰਦੇ ਜਿਹੜੇ ਆਪਾਂ ਨੂੰ ਸਭ ਤੋਂ ਜ਼ਿਆਦਾ ਦਿਖ ਰਹੇ ਨੇ, ਠੀਕ ਹੈ, ਪਿਛਲੇ 4 ਮਹੀਨਿਆਂ ਤੋਂ ਆਪਾਂ ਨੂੰ ਰਣਬੀਰ ਕਪੂਰ ਦਿਖਿਆ ਜਸਟ ਬਿਕੋਜ਼ ਆਫ ਐਨੀਮਲ, ਅਤੇ ਸਿੱਧੂ, ਸਿੱਧੂ ਇੱਕ ਤਰੀਕੇ ਨਾਲ ਕਰਾ ਤਾਂ ਇੰਟਰਟੇਨਮੈਂਟ ਹੀ ਰਿਹਾ ਨਾ, ਜਿਹੜਾ ਸਾਰੇ ਕਿਤੇ ਦਿਖ ਰਿਹਾ। ਕਰਨ ਔਜਲਾ, ਉਹ ਵੀ ਇੰਟਰਟੇਨਮੈਂਟ ਕਰਵਾ ਰਿਹਾ। ਹਾਂ, ਵਿੱਚ ਵਿੱਚ ਉਹ ਜ਼ਰੂਰ ਸਿਆਣੀਆਂ ਗੱਲਾਂ ਕਰਦੇ ਨੇ, ਵਿੱਚ ਵਿੱਚ ਮੈਂ ਨਥਿੰਗ ਲਾਸਟ ਕਰਨ ਔਜਲਾ ਨੇ ਗਾਣਾ ਕੱਢਿਆ ਸੀਗਾ, ਅਤੇ ਸਿੱਧੂ ਨੇ ਸੈਟਿਸਫਾਈ ਗਾਣਾ ਕੱਢਿਆ ਸੀਗਾ। ਮੇਰਾ ਕਹਿਣ ਦਾ ਭਾਵ ਆ ਕਿ ਜਿਹੜੇ ਅਲੱਗ ਅਲੱਗ ਗਰੁੱਪਸ ਨੇ ਨਾ, ਉਹਨਾਂ ਦਾ ਅਲੱਗ ਅਲੱਗ ਚੋਇਸਿਸ ਨੇ। ਹੁਣ ਧਰੂਵ ਰਾਠੀ, ਉਹ ਪਹਿਲਾਂ ਐਜੂਕੇਸ਼ਨ ਵਾਲੀ ਵੀਡੀਓ ਪਾਉਂਦਾ ਹੁੰਦਾ ਸੀਗਾ, ਹੈ ਨਾ, ਉਹਨਾਂ ਦੇ ਉੱਪਰ ਜਿਹੜੀ ਵੀਡੀਓ ਦੇ ਵਿੱਚ ਉਹਨੇ ਜ਼ਿਆਦਾ ਕਿਸੇ ਵੱਲ ਅਗਰੈਸਿਵ ਹੋ ਕੇ ਵੀਡੀਓ ਪਾਈਆਂ ਨੇ, ਉਹੀ ਵੀਡੀਓ ਸਭ ਤੋਂ ਜ਼ਿਆਦਾ ਚੱਲੀਆਂ ਨੇ। ਚਾਹੇ ਮਸਾਲਾ ਵੀ ਚਾਹੀਦਾ, ਮਸਾਲਾ ਵੀ ਚਾਹੀਦਾ, ਚਾਹੇ ਉਹ ਲਾ ਲਓ ਵੀ ਉਹ ਬਾਬਾ ਜਿਹੜਾ ਉਹ ਜਿਹੜਾ ਪ੍ਰੋਡਿਕਟ ਕਰਦਾ ਫਿਊਚਰ, ਮੈਂ ਨਾ ਭੁੱਲ ਗਿਆ, ਜਿਹੜਾ ਬਹੁਤ ਘੱਟ ਉਮਰ ਦਾ, 24-25 ਸਾਲ, ਉਹ ਜਿਹੜਾ ਟਿੱਕਾ ਟੁੱਕਾ ਲਾਇਆ ਹੁੰਦਾ ਜਿੰਨੇ ਬਹੁਤ, ਹਾਂ, ਨਾਮ ਨਹੀਂ ਮੈਨੂੰ ਯਾਦ ਆਉਂਦਾ, ਉਹ ਮਤਲਬ ਵੀ ਹਾਂ, ਮਤਲਬ ਸਾਨੂੰ ਫੋਟੋ ਵੀ ਲਾ ਦਾਂਗੇ, ਅਤੇ ਉਹਨੂੰ ਜਦੋਂ ਉਹਨਾਂ ਨੇ ਕੀਤਾ, ਐਕਸਪੋਜ਼ ਕੀਤਾ, ਉਹ ਵੀਡੀਓ ਚੱਲੀ। ਹੁਣ ਬੀਜੇਪੀ ਨੂੰ ਐਕਸਪੋਜ਼ ਕਰ ਰਿਹਾ ਵਾ, ਆਲਮੋਸਟ ਇਹਦਾ ਜਿੱਥੇ ਇਹਦਾ ਲੈਵਲ ਇਹ ਸੀ, ਉਹ ਇੱਥੇ ਪਹੁੰਚ ਚੁੱਕਿਆ ਵਾ। ਲੇਕਿਨ ਜਿਹੜੀਆਂ ਵੀਡੀਓ ਉਹਨੇ ਇੱਦਾਂ ਦੀ ਪਾਈਆਂ ਨੇ ਕਿ DB ਕੂਪਰ ਵਗੈਰਾ ਵਰਗੀਆਂ 'ਤੇ,
ਮੁਰਗੀ ਪਹਿਲਾਂ ਆਈ ਜਾਂ ਅੰਡਾ ਕਿਵੇਂ ਬਾਅਦ 'ਚ ਆਇਆ, ਇੱਦਾਂ ਦੀ ਵੀਡੀਓ ਉਹ ਸਟਿਲ 3-4 ਮਿਲੀਅਨ 'ਤੇ ਖੜੀਆਂ ਨੇ। ਅਤੇ ਜਿਹੜੀਆਂ ਆਹ ਅਗਰੈਸਿਵ ਟ੍ਰੋਲਿੰਗ ਵਾਲੀ ਵੀਡੀਓ ਐਲਵੀ ਜਦਨ ਨੂੰ ਉਹਨੇ ਰੋਸਟ ਕੀਤਾ, ਉਹ ਵੀਡੀਓ 24-25 ਮਿਲੀਅਨ। ਕੈਰੀ ਮਨਾਟੀ ਦੀ ਹਰ ਵੀਡੀਓ 70 ਮਿਲੀਅਨ 'ਤੇ ਜਾ ਰਹੀ ਹੈ, 60 ਮਿਲੀਅਨ 'ਤੇ ਜਾ ਰਹੀ ਹੈ ਮਸਾਲੇ ਕਰਕੇ। ਯਾ ਅਤੇ ਨਾ ਪੰਜਾਬੀ ਇੰਡਸਟਰੀ ਦਾ ਅਗੇਨ ਥੋੜ੍ਹਾ ਹੁਣ ਮੈਂ ਕੌਨਸਪਰੇਸੀਆਂ ਵੱਲ ਜਾਵਾਂਗਾ ਕਿ ਪੰਜਾਬੀ ਇੰਡਸਟਰੀ ਇੱਕ ਤਾਂ ਨਾ ਰੂਲ ਕਰਦੀ ਪਈ ਹੈ ਐਂਟਰਟੇਨਮੈਂਟ ਦੀ ਇੰਡਸਟਰੀ ਨੂੰ, ਅਤੇ ਬੜੀ ਵਾਰੀ ਮੈਂ ਸੋਚਦਾ ਵਾਂ ਕਿ ਮੇ ਬੀ ਇਹ ਬਾਈ ਡਿਜ਼ਾਇਨ ਹੈ ਕਿ ਜਿੱਦਾਂ ਹੁਣ ਦਲਜੀਤ ਦੋਸਾਂਝ ਦੀ ਮੈਂ ਗੱਲ ਕਰਨ ਦਿਆ ਸੀ, ਅਸੀਂ ਪੋਡਕਾਸਟ ਕੀਤਾ ਨਵਾਂ ਪੰਜਾਬੀ ਪੋਡ ਫਾਦਰਸ, ਅਤੇ ਗਰੇਵਾਲ ਸਾਹਿਬ ਨਾਲ ਨਾ ਇਹ ਮੈਂ ਚੀਜ਼ ਮੈਂਸ਼ਨ ਕੀਤੀ ਕਿ ਨਾ ਇੱਕਦਮ ਦਲਜੀਤ ਬੜਾ ਫੇਮਸ ਹੋ ਗਿਆ, ਕਿ ਅਗਰ ਕੁਛ ਸਾਲ ਪਹਿਲਾਂ ਤੁਸੀਂ ਦੇਖੋ ਨਾ ਇੱਕਦਮ ਮੂਵੀਆਂ 'ਚ ਆਉਣ ਲੱਗ ਪਿਆ, ਇੱਕਦਮ ਕੋਚੇਲਾ 'ਚ ਉਹਨੂੰ ਮਿਲ ਗਿਆ ਪੁਆਇੰਟ, ਵਾਈਟ ਹਾਊਸ ਦੇ ਵਿੱਚ ਉਹਦਾ ਨਾਮ ਬੋਲਿਆ ਗਿਆ, ਠੀਕ ਹੈ ਹੁਣ ਬੋਲੀਵੁੱਡ 'ਚ ਆ ਗਿਆ। ਅਤੇ ਪਹਿਲੀ ਗੱਲ ਜਿਸ ਹਿਸਾਬ ਨਾਲ ਉਹ ਡਰੈਸਅਪ ਕਰਦਾ, ਮੈਂ ਉਹਨੂੰ ਨਹੀਂ ਪਸੰਦ ਕਰਦਾ ਕਿ ਜਿੱਦਾਂ ਸਰਦਾਰਾਂ ਦੀ ਲੁੱਕ ਆਪਾਂ ਕਹਿ ਲਈਏ, ਕਿ ਕਦੀ ਕਦੀ ਨਾ ਬੜਾ ਫਨ ਸ਼ਨ ਵਾਲੀ ਲੁੱਕ ਆਪਣੀ ਦਿਖਾਉਂਦਾ ਜੋ ਰਿਐਲਿਟੀ ਦੇ ਵਿੱਚ ਨਹੀਂ। ਅਤੇ ਐਲੂਮਿਨਾਟੀ ਦਾ ਸਾਈਨ ਵੀ ਹੋਇਆ, ਅਤੇ ਮੈਂ ਇਹ ਜ਼ਰੂਰ ਫੀਲ ਕਰਦਾ ਵਾਂ ਕਿ ਸੁਸਾਇਟੀ ਇੱਕ ਹੈ ਜੋ ਪੂਰੀ ਦੁਨੀਆ ਨੂੰ ਚਲਾਉਂਦੀ ਹੈ, ਅਤੇ ਇੰਡੀਆ ਦੇ ਵਿੱਚ ਵੀ ਮੇ ਬੀ ਇੱਕ ਸੁਸਾਇਟੀ ਹੋ ਸਕਦੀ ਹੈ ਜੋ ਇੰਡੀਆ ਨੂੰ ਇੱਕ ਤਰੀਕੇ ਨਾਲ ਲੈ ਕੇ ਜਾ ਰਹੀ ਹੈ। ਅਤੇ ਹੁਣ ਇਲਾਹਾਬਾਦੀ ਰਣਵੀਰ ਇਲਾਹਾਬਾਦੀ ਉਹਦੇ ਸ਼ੋਅ 'ਚ ਵੀ ਗਿਆ ਦਲਜੀਤ, ਅਤੇ ਉੱਥੇ ਵੀ ਉਹਨੇ ਯੋਗਾ ਦੀਆਂ ਗੱਲਾਂ ਕੀਤੀਆਂ ਕਿ ਯੋਗਾ ਮੈਨੂੰ ਪਹਿਲਾਂ ਕਿਉਂ ਨਹੀਂ ਮਿਲਿਆ ਐਂਡ ਆਲ ਦੈਟ ਸ਼ਿਟ, ਬੀਜੇਪੀ ਦੀ ਭਾਸ਼ਾ ਬੇਸਿਕਲੀ। ਅਤੇ ਤੁਸੀਂ ਫੀਲ ਕਰਦੇ ਹੋ ਕਿਉਂਕਿ ਪੰਜਾਬੀਆਂ ਦਾ ਇਨਫਲੂਐਂਸ ਇੰਨਾ ਜ਼ਿਆਦਾ ਹੈ ਐਂਟਰਟੇਨਮੈਂਟ ਦੇ ਵਿੱਚ ਕਿ ਇਹ ਬਾਈ ਡਿਜ਼ਾਇਨ ਹੈ ਕਿ ਇਹਨਾਂ ਨੂੰ ਗਾਣੇ ਸੁਣਾਓ ਤੁਸੀਂ, ਕਿ ਇਹਨਾਂ ਨੂੰ ਇਸੇ ਪਾਸੇ ਹੀ ਲਾਓ ਤੁਸੀਂ, ਕਿ ਪੰਜਾਬੀਆਂ ਦਾ ਖੂਨ ਇੰਨਾ ਗਰਮ ਹੈ ਕਿ ਨਚਾ ਨਚਾ ਕਈ ਇਹਨਾਂ ਦਾ ਜਿਹੜਾ ਜੋਸ਼ ਹੈ ਨਾ ਉਹ ਕੱਢੋ। ਇਹ ਮੈਂ ਸੋਚਦਾ ਵਾਂ ਕਿ ਮੇ ਬੀ ਇਹ ਬਾਈ ਡਿਜ਼ਾਇਨ ਹੈ। ਕਦੀ ਤੁਹਾਨੂੰ ਇਹ ਸੈਂਸ ਆਈ ਹੈ ਕਿ ਜਿਸ ਹਿਸਾਬ ਨਾਲ ਗਾਣੇ ਆਉਂਦੇ ਨੇ, ਇੱਕ ਹੀ ਟੋਪਿਕ ਵਾਲੇ ਗਨ ਵਾਲੇ ਹੋ ਗਏ, ਠੀਕ ਹੈ ਪਹਿਲਾਂ ਗੇੜੀਆਂ ਗੂੜੀਆਂ ਮਾਰਨ ਵਾਲੇ ਹੁੰਦੇ ਸੀ, ਅਗਰ ਤੁਸੀਂ ਟ੍ਰੈਂਡ ਜਿਹਾ ਦੇਖੋ ਨਾ ਕਿ 10 ਸਾਲ ਪਹਿਲਾਂ ਗੇੜੀਆਂ ਗੂੜੀਆਂ ਬੜੀਆਂ ਹੁੰਦੀਆਂ ਸੀਗੀਆਂ, ਕਾਲਜ ਦੇ ਗਾਣੇ ਬੜੇ ਹੁੰਦੇ ਸੀਗੇ, ਉਸ ਤੋਂ ਬਾਅਦ ਫਿਰ ਗਨ ਵਾਲੇ ਇੱਕਦਮ ਜੇ ਗਾਣੇ ਆ ਗਏ। ਅਤੇ ਤੁਸੀਂ ਐਜ਼ ਏ ਰਿਵਿਊਅਰ ਜੋ ਬਹੁਤ ਇਨਵੋਲਵਡ ਹੋ ਇੰਡਸਟਰੀ ਦੇ ਵਿੱਚ, ਤੁਸੀਂ ਕੀ ਫੀਲ ਕਰਦੇ ਹੋ? ਅਸਲ 'ਚ ਤੁਹਾਡੀ ਇਹ ਸਾਰੀਆਂ ਗੱਲਾਂ 'ਚ ਸਵਾਲ ਬਹੁਤ ਸਾਰੇ ਨਿਕਲੇ ਨੇ, ਸੋ ਆਪਾਂ ਵਨ ਬਾਈ ਵਨ ਸਾਰਿਆਂ ਜਵਾਬ ਦਿੰਦੇ ਹਾਂ। ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਗੇੜੀਆਂ ਵਾਲੇ ਸੀਗੇ, ਉਸ ਤੋਂ ਬਾਅਦ ਗਾਣੇ ਗੰਨਾ ਵਾਲੇ ਆ ਗਏ। ਗਾਣੇ ਗੰਨਾ ਵਾਲੇ ਪਹਿਲਾਂ ਵੀ ਸੀ, ਪਰ ਉਹ ਮੰਨ ਲਓ ਵੀ ਵਾਈਬ ਨਹੀਂ ਦਿੰਦੇ ਸੀ ਲੋਕਾਂ ਨੂੰ, ਜਾਂ ਕੁਝ ਵਾਈਬ ਦੇ ਦਿੰਦੇ, ਜਿਵੇਂ ਹੁਣ ਬੱਬੂ ਮਾਨ ਦਾ ਗਾਣਾ ਸੀਗਾ ਮਿੱਤਰਾਂ ਨੂੰ ਸ਼ੌਂਕ ਹਥਿਆਰਾ ਦਾ, ਉਹ ਤਾਂ ਆਲਮੋਸਟ 20-25 ਸਾਲ ਪੁਰਾਣਾ ਗਾਣਾ ਹੈ ਨਾ, ਅਤੇ ਜਿਹੜਾ ਵਾਈਬ ਦੇ ਰਿਹਾ ਸੀਗਾ ਉਹ ਚੱਲ ਗਿਆ। ਅਤੇ ਇੱਕ ਪ੍ਰੀਤਰਪਾਲ ਦਾ ਮਾਪੇ ਕਹਿੰਦੇ ਜੱਜ ਬਣਨਾ, ਮੁੰਡਾ ਹਵਾਲਾਤ ਗਿਆ ਕਈ ਵਾਰੀ। ਸੇਮ ਜੇ ਆਪਾਂ ਐਗਜ਼ਾਮਪਲ ਕਰੀਏ, ਸਿੱਧੂ ਮੂਸੇਵਾਲੇ ਨੇ ਵੀ ਗਾਣਾ ਕੱਢਿਆ ਵੀ ਪਹਿਲਾ ਪਰਚਾ ਉਦੋਂ ਹੋ ਗਿਆ ਜਦੋਂ ਹੁੰਦਾ ਸੀ 18 ਦਾ। ਅਤੇ ਉਦੋਂ ਮੰਨ ਲਓ ਵੀ ਸਿਰਫ ਕੁਝ ਕੁਝ ਗਾਣੇ ਜਿਹੜੇ ਵੈਪਨ ਦੇ ਸੀਗੇ ਉਹ ਚੱਲਦੇ ਸੀ, ਅਤੇ ਹੋਰ ਵੀ ਜੈਲੀ ਵਰਗਿਆਂ ਦੇ ਗਾਣੇ ਵੀ ਨਿਕਲ ਰਹੇ ਸੀ। ਅਤੇ ਜਦੋਂ ਰੁਝਾਨ ਚੇਂਜ ਹੋਇਆ, ਇਹ ਰੁਝਾਨ ਸਿੱਧੂ ਮੂਸੇਵਾਲ ਨੇ ਹੀ ਕੀਤਾ, ਕਿਉਂਕਿ ਲੋਕ ਉਹ ਪੁਰਾਣੀਆਂ ਚੀਜ਼ਾਂ ਰਾਂਝੇ ਮੱਝੀਆਂ ਚਰਾਈਆਂ 12 ਸਾਲ ਸੈਡ ਚੀਜ਼ਾਂ ਸੁਣ ਸੁਣ ਕੇ ਅੱਕ ਗਏ ਸੀਗੇ। ਇਹ ਹਮੇਸ਼ਾ ਚੇਂਜ ਹੁੰਦਾ ਰਹਿਣਾ ਵਾ, ਜਦੋਂ ਸੈਡ ਤੋਂ ਜ਼ਿਆਦਾ ਅਗਰੈਸਿਵ ਗਾਣੇ ਆਉਣ ਲੱਗ ਗਏ, ਅਗਰੈਸਿਵ ਤੋਂ ਫਿਰ ਥੋੜ੍ਹੇ ਹੋਰ ਤਰੀਕੇ ਵੱਲ ਜਾਣਗੇ। ਅੱਜ ਹੁਣ ਸ਼ੁੱਭ ਵਾਈਬ ਕਰ ਰਿਹਾ ਸਾਰੇ ਕਿਤੇ, ਹੈ ਨਾ। ਜੇ ਸ਼ੁੱਭ ਦੇ ਗਾਣੇ 10 ਸਾਲ ਪਹਿਲਾਂ 15 ਸਾਲ ਪਹਿਲਾਂ ਦਾ, ਆਈ ਥਿੰਕ ਨਹੀਂ ਉਹ ਗੱਲ ਬਣਨੀ ਸੀ, ਕਿਉਂਕਿ ਉਸ ਟਾਈਮ ਹਰ ਕਿਸੇ ਕੋਲ ਗੱਡੀ ਦਾ ਐਕਸੈਸ ਨਹੀਂ ਸੀ, ਕਿਉਂਕਿ ਸਭ ਤੋਂ ਜ਼ਿਆਦਾ ਗਾਣੇ ਸੀ ਗੱਡੀ ਦੇ ਵਿੱਚ ਵੱਜ ਰਹੇ ਆ। ਜਿਹੜਾ ਮੇਰਾ ਆਂਸਰ ਇਹੀ ਸੀਗਾ ਕਿ ਰੁਝਾਨ ਚੇਂਜ ਹੁੰਦਾ ਰਹਿਣਾ ਹੀ ਰਹਿਣਾ ਵਾ। ਹੁਣ ਵੈਪਨ ਵਾਲੇ ਵੀ ਇੱਕ ਟਾਈਮ 'ਤੇ ਆ ਕੇ ਗਾਣੇ ਨਹੀਂ ਪਸੰਦ ਕਰਨਗੇ ਲੋਕ। ਤੁਹਾਨੂੰ ਕੀ ਲੱਗਦਾ ਕਿ ਅੱਗੇ ਕੀ ਚੀਜ਼ ਹੋਣ ਵਾਲੀ ਹੈ ਜਿਹੜੇ ਇਸ ਟਾਈਮ ਰੂਲ ਕਰ ਰਹੇ ਨੇ? ਠੀਕ ਹੈ, ਹੁਣ ਰੂਲ ਕਰਨਗੇ ਇੱਕ ਗਾਣੇ ਦਾ
ਬੜਾ ਟ੍ਰੈਂਡ ਕੀਤਾ ਸੀਗਾ, ਹਰਸ਼ ਲੂਸੀ ਆਰਟਿਸਟ ਹੈ, ਲੱਟ ਮੱਥੇ ਤੋਂ ਸਵਾਰਦੀ ਸਾਡੀ ਰੂਹ ਜਾਂਦੀ ਹਾਰਦੀ, ਉਹ ਗਾਣਾ ਬਹੁਤ ਟ੍ਰੈਂਡ ਕੀਤਾ ਇਸ ਵਕਤ। ਨੋ ਵੈਪਨ ਅਤੇ ਬੜਾ ਡਿਫਰੈਂਟ ਫਲੋ, ਸਾਰਿਆਂ ਨਾਲੋਂ ਵੱਖਰਾ ਗਾਣਾ, ਅਤੇ ਆਈ ਥਿੰਕ ਲੋਕਾਂ ਨੇ ਪਸੰਦ ਕੀਤਾ। ਹੋ ਸਕਦਾ ਕਿ ਮਿਊਜ਼ਿਕ ਜ਼ਿਆਦਾ ਤਵੱਜੋ ਜਨਤਾ ਦਿੰਦੀ ਹੈ ਦੈਨ ਲਿਰਿਕਸ। ਜਿੱਦਾਂ ਨਾ ਪਹਿਲਾ ਗਾਣਾ ਜਦੋਂ ਸਿੱਧੂ ਮੂਸੇ ਦਾ ਜਿਹੜਾ ਬਹੁਤ ਜ਼ਿਆਦਾ ਪਾਪੂਲਰ ਸੀ, ਉਹ ਸੀ ਸੋ ਹਾਏ। ਅਤੇ ਮੈਨੂੰ ਯਾਦ ਹੈ ਕਿ ਮੈਂ ਉਦੋਂ ਆਸਟ੍ਰੇਲੀਆ ਸੀ ਆਪਣੀ ਫੈਮਿਲੀ ਦੇ ਨਾਲ, ਅਤੇ ਮੇਰੇ ਨਾ ਜੀਜੇ ਨੇ ਗਾਣਾ ਪਲੇ ਕੀਤਾ ਨਵਾਂ ਨਵਾਂ ਆਇਆ। ਮੈਂ ਕਿਹਾ ਯਾਰ ਗਾਣਾ ਕਿੰਨਾ ਵਧੀਆ। ਹੁਣ ਰੁਝਾਨ ਤਾਂ ਚਲੋ ਪੰਜਾਬੀ ਗਾਣਿਆਂ 'ਚ ਨਹੀਂ ਇੰਨਾ, ਪਰ ਜਦੋਂ ਮਿਊਜ਼ਿਕ ਸੁਣਿਆ ਨਾ, ਮੈਂ ਕਿਹਾ ਡੈਮ ਮੈਨ, ਉਹ ਗਾਣੇ ਨੇ ਆਈ ਥਿੰਕ ਪੂਰੀ ਇੰਡਸਟਰੀ ਚੇਂਜ ਕਰਤੀ। ਅਤੇ ਇੱਦਾਂ ਕਦੀ ਕਦੀ ਲੱਗਦਾ ਕਿ ਮੇ ਬੀ ਲੋਕ ਮਿਊਜ਼ਿਕ 'ਤੇ ਉਹ ਇੰਨਾ ਜ਼ਿਆਦਾ ਇੰਪ੍ਰਿੰਟ ਕਰ ਜਾਂਦਾ ਤੁਹਾਡੇ ਦਿਮਾਗ ਦੇ ਵਿੱਚ ਕਿ ਲਿਰਿਕਸ ਨੂੰ ਤੁਸੀਂ ਫਿਰ ਜ਼ਿਆਦਾ ਤਵੱਜੋ ਨਹੀਂ ਦਿੰਦੇ। ਠੀਕ ਹੈ, ਪਰ ਲੋਕ ਵਿੱਚ ਕਹਿੰਦਾ ਹੁੰਦਾ ਕਿ ਲਿਰਿਕਸ ਅਤੇ ਵੋਕਲਸ ਡਜ਼ਨਟ ਮੈਟਰ, ਗਾਣੇ 'ਚ ਵਾਈਬ ਆ ਰਹੀ ਹੈ, ਲਿਰਿਕਸ ਤੁਸੀਂ ਚਾਹੇ ਬੋਲੀ ਚੱਲੋ ਬੇਬੀ ਯੋ ਮਾਹੌਰ ਯੋ ਮਾਹੌਰ ਹਨੀ ਸਿੰਘ ਵਾਂਗੂ। ਯਾ ਆਈ ਥਿੰਕ ਹਨੀ ਸਿੰਘ ਵੀ, ਅਗਰ ਤੁਸੀਂ ਦੇਖੋ ਨਾ, ਹਨੀ ਸਿੰਘ ਵੀ ਜਦੋਂ ਬੜਾ ਪਾਪੂਲਰ ਹੋਇਆ ਉਹਦਾ ਵੀ ਮਿਊਜ਼ਿਕ ਥੋੜ੍ਹਾ ਜਿਹਾ ਅਲੱਗ ਸੀ ਮੇ ਬੀ, ਅਤੇ ਲਿਰਿਕਸ 'ਚ ਮੇ ਬੀ ਇਹਨਾਂ ਦਾ ਦਮ ਨਹੀਂ ਸੀ ਪਹਿਲਾਂ। ਚਲੋ ਜਿੱਦਾਂ ਦੇ ਉਹਨੇ ਗਾਣੇ ਗਾਏ ਨੇ, ਗੰਦ ਮੰਦ ਉਹਨੇ ਪਾਇਆ, ਬਟ ਜਦੋਂ ਇਹ ਇੰਡਸਟਰੀ ਦੇ ਵਿੱਚ ਜਦੋਂ ਆਇਆ ਨਾ, ਤਾਂ ਉਹਨੇ ਮਿਊਜ਼ਿਕ 'ਤੇ ਮੇ ਬੀ ਜ਼ਿਆਦਾ ਤਵੱਜੋ ਦਿੱਤੀ, ਅਤੇ ਲੋਕਾਂ ਨੂੰ ਲੱਗਾ ਕਿ ਹੁਣ ਚਲੋ ਭੰਗੜੇ ਭੁੰਗੜੇ ਵਾਲੇ ਗਾਣੇ ਹੈਗੇ ਨੇ, ਅਤੇ ਤਾਂ ਲੋਕਾਂ ਨੇ ਜ਼ਿਆਦਾ ਇਹ ਕੀਤਾ। ਅਤੇ ਅਗੇਨ ਮੈਂ ਉਹੀ ਪੁਆਇੰਟ 'ਤੇ ਫਿਰ ਵਾਪਸ ਆਵਾਂ ਕਿ ਕਦੀ ਕਦੀ ਫੀਲ ਹੁੰਦਾ ਕਿ ਮੇ ਬੀ ਇੱਕ ਕੌਨਸਪਰੇਸੀ ਹੈ ਕਿਸੇ ਤਰੀਕੇ ਦੀ, ਕਿ ਤੁਹਾਨੂੰ ਐਜ਼ ਏ ਰਿਵਿਊਅਰ ਲੱਗਦਾ ਕਿ ਮੇ ਬੀ ਇਹ ਹੈ, ਜਾਂ ਕਿਤੇ ਨਾ ਕਿਤੇ ਸਰਕਾਰ ਦਾ ਹੱਥ ਹੋ ਸਕਦਾ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨੂੰ ਵਧਾਉਣ ਵਾਸਤੇ। ਹੁਣ ਕਦੀ ਨਾ ਕਦੀ ਮੈਂ ਮੰਨਦਾ ਵਾਂ ਕਿ ਦੋ ਤਗੜੇ ਸਿੰਗਰ ਨੇ ਪੰਜਾਬੀ ਇੰਡਸਟਰੀ ਦੇ, ਇੱਕ ਹੋ ਗਿਆ ਜੀ ਸਿੱਧੂ ਮੂਸੇਵਾਲਾ ਜੋ ਬਹੁਤ ਜ਼ਿਆਦਾ ਪਾਪੂਲਰ ਹੈ, ਹੁਣ ਦਲਜੀਤ ਬਹੁਤ ਜ਼ਿਆਦਾ ਪਾਪੂਲਰ ਹੈ, ਬਟ ਇਹਨਾਂ ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਕੰਟਰਾਸਟ ਹੈ। ਠੀਕ ਹੈ, ਜਿੱਥੇ ਸਿੱਧੂ ਨੂੰ ਬਹੁਤ ਸੀਰੀਅਸਲੀ ਦੇਖਿਆ ਜਾਂਦਾ, ਅਤੇ ਦਲਜੀਤ ਨੂੰ ਕਿ ਹਾਂ ਬੜਾ ਕੂਲ ਜਿਹਾ, ਬੜੀ ਕੂਲ ਜਿਹੀ ਵਾਈਬ ਹੈ। ਅਤੇ ਸਿੱਧੂ ਅਤੇ ਉਹਦਾ ਇਨਫਲੂਐਂਸ ਇੰਨਾ ਜ਼ਿਆਦਾ ਸੀ ਕਿ ਸਿੱਧੂ ਸਰਕਾਰ ਦੇ ਅੱਗੇ ਨਹੀਂ ਬੇਸਿਕਲੀ ਝੁਕਿਆ, ਕਿ ਉਹਨੇ ਪੋਲੀਟੀਕਲ ਇੱਕ ਸਾਈਡ ਲਈ, ਆਪਣਾ ਉਹ ਬੜਾ ਸਟੈਂਡ ਰੱਖਦਾ ਸੀ, ਅਤੇ ਉਹ ਹੁਣ ਅੱਜ ਨਹੀਂ ਹੈ। ਠੀਕ ਹੈ, ਅਤੇ ਦਲਜੀਤ ਉਹ ਥਰਾਈਵ ਕਰਦਾ ਪਿਆ। ਸਿੱਧੂ ਦੀ ਬੋਲੀ ਹਰ ਚੀਜ਼ ਇੱਕ ਤਰੀਕੇ ਨਾਲ ਬਹੁਤ ਵੱਡੇ ਪੱਧਰ 'ਤੇ ਜਾਂਦੀ ਸੀ। ਸੋ ਜੇ ਉਹਦਾ, ਜੇ ਆਪਾਂ ਸਿੱਧੂ ਦੇ ਮਰਡਰ ਦੀ ਗੱਲ ਕਰੀਏ, ਤਾਂ ਉਹ ਇੱਕ ਬੰਦੇ ਦਾ ਹੱਥ ਨਹੀਂ ਹੈ। ਜਿਵੇਂ ਕਹਾਂ ਕਿ ਇੰਡਸਟਰੀ 'ਚ ਇੱਕ ਬੰਦੇ ਦਾ ਹੱਥ ਨਹੀਂ ਹੈ, ਜਾਂ ਸਰਕਾਰਾਂ 'ਚ ਉਹ ਕਿਸੇ ਇੱਕ ਪਾਰਟੀ ਦਾ ਹੱਥ ਨਹੀਂ ਹੈ, ਕਿਉਂਕਿ ਇੰਨਾ ਅਗਰੈਸਿਵ ਮਰਡਰ ਕਿਸੇ ਦਾ ਕਰਨਾ, ਮੰਨ ਲਓ ਵੀ ਤੁਸੀਂ ਵੀਡੀਓਜ਼ ਦੇਖੀ ਹੋਣੀ ਆ ਕਿ ਜਿਹੜੇ ਮਾਰਨ ਆਏ ਸੀ ਉਹਨੂੰ, ਉਹਨਾਂ ਦੇ ਕੋਲ ਬੰਬ ਤੱਕ ਸੀਗਾ ਵੀ ਅਸੀਂ ਗੱਡੀ ਦੇ ਥੱਲੇ ਬੰਬ ਛੱਡ ਦਾਂਗੇ ਜੇ ਭੱਜਣ ਦੀ ਕੋਸ਼ਿਸ਼ ਕਰੂਗਾ, ਅਤੇ ਪਤਾ ਨਹੀਂ ਇੰਨਾ ਇਹ ਤਾਂ ਕੀ ਡਰ ਸੀ। ਹਾਂ, ਹੋ ਸਕਦਾ ਕਿ ਮੇ ਬੀ ਗੈਂਗਸਟਰਾਂ ਨਾਲ ਕੋਈ ਰੌਲਾ ਪੱਤਾ ਹੋਵੇ, ਕਿ ਜਦੋਂ ਉਹਨਾਂ ਨੂੰ ਮਿਸਕਨਸੈਪਸ਼ਨ ਹੋਣ ਉਹਨਾਂ ਦੇ ਮਨ ਦੇ ਵਿੱਚ ਕਿ ਹਾਂ ਵੀ ਇਹਦੀ ਕਿਸੇ ਦੇ ਮਰਡਰ 'ਚ ਹੱਥ ਹੈ ਸਿੱਧੂ ਦਾ, ਪਰ ਉਹ ਹਜੇ ਤੱਕ ਪ੍ਰੂਵ ਹੀ ਨਹੀਂ ਹੋ ਪਾਇਆ। ਘਰਦੇ ਕਹਿੰਦੇ ਆ ਨਾ ਸਿੱਧੂ ਮੂਸੇਵਾਲੇ ਦੇ ਕਿ ਤੁਸੀਂ ਜਿੰਨੀ ਮਰਜ਼ੀ ਚੈਕਿੰਗ ਕਰ ਲਓ, ਤੁਹਾਨੂੰ ਕਦੇ ਨਹੀਂ ਕੁਛ ਮਿਲਣਾ। ਸੋ ਮੇਰਾ ਸਮਾਂ ਇੱਕ ਹੀ ਗੱਲ 'ਚ ਇਹ ਆ ਕਿ ਬਹੁਤ ਅਲੱਗ ਅਲੱਗ ਗਰੁੱਪਾਂ ਨੇ, ਇਕੱਠਿਆਂ ਨੇ ਰਲ ਕੇ ਇਹ ਚੀਜ਼ ਕਰਵਾਈ ਹੈ, ਨੋਟ ਓਨਲੀ ਵਨ। ਅਤੇ ਸਰਕਾਰ ਨਹੀਂ ਹੈ ਸਿਰਫ, ਇਹ ਉੱਤੇ ਖੁੰਦਕਬਾਜ਼ੀਆਂ ਵੀ ਹੋ ਸਕਦੀਆਂ ਨੇ। ਉਹਦੇ ਆਪ ਵੀ ਦੱਸ ਗਿਆ ਨਾ, ਹਰ ਇੱਕ ਜਿਹੜਾ ਸਿਚੁਏਸ਼ਨ 'ਚ ਬੰਦਾ ਹੁੰਦਾ ਨਾ, ਮੰਨ ਲਓ ਤੁਹਾਡੇ ਬਾਰੇ ਤੁਸੀਂ ਆਪਣੇ ਬਾਰੇ ਸਭ ਤੋਂ ਵੱਧ ਜਾਣਦੇ ਹੋਵੋਗੇ, ਰੈਦਰ ਦੈਨ ਕੋਈ ਸੰਬੰਧ ਐਲਸ ਤੁਹਾਡੇ ਬਾਰੇ ਕੁਛ ਕਵੇ, ਹੈ ਨਾ। ਤੁਹਾਨੂੰ ਪਤਾ ਕਿ ਤੁਸੀਂ ਪਾਸਟ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 25-30 ਈਅਰਸ ਗੁਜ਼ਾਰੇ ਨੇ,
ਅਤੇ ਇਕੱਲੇ ਨਹੀਂ ਗੁਜ਼ਾਰੇ, ਤੁਹਾਨੂੰ ਪਤਾ ਕਿ ਤੁਹਾਡੇ ਨਾਲ ਕੀ ਕੀ ਚੀਜ਼ਾਂ ਹੋਈਆਂ, ਉਸ ਬੇਸਿਸ 'ਤੇ ਵੀ ਆਪਦਾ ਤੁਹਾਡਾ ਨੇਚਰ ਕਿਹਾ ਜਾਵਾ। ਸੋ ਸਿੱਧੂ ਨੂੰ ਵੀ ਆਪਦੇ ਬਾਰੇ ਪਤਾ ਲੱਗ ਗਿਆ ਸੀਗਾ ਕਿ ਮੈਂ ਕੀ ਕੀਤਾ ਵਾ ਕੀ ਨਹੀਂ, ਅਤੇ ਮੇਰੇ ਨਾਲ ਕਿਹੜੇ ਲੋਕ ਲੱਗਦੇ ਨੇ। ਇਸ ਕਰਕੇ ਉਹ ਗਾਣੇ 'ਚ ਵੀ ਗੱਲ ਬੋਲ ਕੇ ਗਿਆ ਸੀ ਕਿ ਗੋਲੀ ਕਿਸੇ ਹੋਰ ਦੀ ਅਤੇ ਨਾਮ ਕਿਸੇ ਹੋਰ ਦਾ ਲੱਗ ਜਾਣਾ, ਇੱਦਾਂ ਦਾ ਕੁਛ ਹੀ ਲਾਈਨ। ਅਤੇ ਹੁਣ ਜਿਹੜੇ ਨਵੇਂ ਸਿੰਗਰ ਆਉਂਦੇ ਨੇ ਉਹਨਾਂ ਦਾ ਕੀ ਤੁਹਾਨੂੰ ਸੁਜੈਸ਼ਨ ਹੋਏਗੀ ਕਿ ਦਲਜੀਤ ਵਰਗੀ ਇੱਕ ਔਰਾ ਲੈ ਕੇ ਚੱਲੋ, ਐਨਰਜੀ ਲੈ ਕੇ ਚੱਲੋ, ਜਾਂ ਸਿੱਧੂ ਮੂਸੇਵਾਲੇ ਦੀ ਐਨਰਜੀ ਤੋਂ ਥੋੜ੍ਹੀ ਦੂਰ ਰਹੋ? ਇੱਦਾਂ ਲੱਗਦਾ ਕਿ ਯਾਰ ਸਿੱਧੂ ਵਰਗੀ ਐਨਰਜੀ ਹੁਣ ਨਹੀਂ ਹੋਣੀ ਚਾਹੀਦੀ। ਹੁਣ ਸ਼ੁਭ ਦੀ ਜਿੱਦਾਂ ਗੱਲ ਕਰ ਲਈਏ ਕਿ ਉਹ ਵੀ ਕਦੀ ਕਦੀ ਸ਼ਬਦਾਂ ਦੇ ਵਿੱਚ ਕੁਛ ਨਾ ਕੁਛ ਬੋਲ ਦਿੰਦਾ, ਅਤੇ ਉੱਤੇ ਵੀ ਬੜੀਆਂ ਕੰਟਰੋਵਰਸ਼ਲ ਚੀਜ਼ਾਂ ਹੁੰਦੀਆਂ ਨੇ। ਅਤੇ ਇਸ ਲਈ ਕਹਿ ਲਈਏ ਕਿ ਸਰਕਾਰ ਦੀ ਇੱਕ ਪ੍ਰੋਗਰਾਮਿੰਗ ਹੋ ਗਈ ਕਿ ਹੁਣ ਜਿਹੜੇ ਨਵੇਂ ਉੱਠਣ ਦੇ ਨੇ ਉਹਨਾਂ ਨੂੰ ਪਹਿਲਾਂ ਹੀ ਸੰਕੇਤ ਦੇ ਦਈਏ ਕਿ ਇੱਧਰ ਨਹੀਂ ਜਾਣਾ, ਕਿ ਦਲਜੀਤ ਵਰਗਾ ਜੋ ਇੱਕ ਮੈਪ ਆ ਨਾ ਉਹਨੂੰ ਫੋਲੋ ਕਰੋ। ਇੱਦਾਂ ਤੁਸੀਂ ਫੀਲ ਕਰਦੇ ਹੋ ਕਿ ਜਿਹੜੇ ਨਵੇਂ ਸਿੰਗਰ ਆਉਂਦੇ ਨੇ ਉਹਨਾਂ ਦੀ ਹੁਣ ਜਿਹੜੀ ਵਾਈਬ ਹੈ ਉਹ ਦਲਜੀਤ ਵਰਗੀ ਜ਼ਿਆਦਾ ਹੈ ਰਾਦਰ ਦੈਨ ਸਿੱਧੂ ਮੂਸੇਵਾਲੇ ਵਰਗੀ? ਤੁਸੀਂ ਕਿਹਾ ਨਾ ਵੀ ਤੁਸੀਂ ਆਰਟਿਸਟ ਨੂੰ ਕੀ ਸੁਜੈਸਟ, ਅਸਲ 'ਚ ਮੈਂ ਸੁਜੈਸਟ ਕਰਨ ਵਾਲਾ ਕੋਈ ਨਹੀਂ ਹੁੰਦਾ, ਇਹ ਆਰਟਿਸਟ ਦੀ ਉਹਨਾਂ ਦੀ ਆਪਦੀ ਲਾਈਫ ਹੈ। ਸਿੱਧੂ ਮੂਸੇਵਾਲਾ ਨਾ ਤਾਂ ਮੇਰੇ ਕਹੇ ਅਤੇ ਨਾ ਲੋਕਾਂ ਦੇ ਕਹੇ ਅਤੇ ਉੱਦਾਂ ਦਾ ਬਣਿਆ। ਉਹ ਜਿੱਦਾਂ ਦਾ ਖੁਦ ਫੀਲ ਕਰਦਾ ਸੀਗਾ ਕਿ ਮੈਨੂੰ ਲੋਕ ਇਹ ਕਹਿ ਰਹੇ ਨੇ, ਮੇਰਾ ਇਹ ਅੱਗੇ ਰਿਪਲਾਈ ਹੈ ਜਿਵੇਂ ਉਹ ਗਾਣਾ ਕੱਢਿਆ ਸੀਗਾ ਜਸਟ ਲਿਸਨ, ਸਿੱਧੂ ਆਪਣੇ ਆਪ ਬਣਿਆ ਸੀਗਾ, ਕਿਸੇ ਨੇ ਉਹਨੂੰ ਸਲਾਹਾਂ ਦੇ ਕੇ ਜਾਂ ਉੱਦਾਂ ਨਹੀਂ ਬਣਾਇਆ। ਦਲਜੀਤ ਦੋਸਾਂਝ ਆਪਣੇ ਬਣਿਆ ਵਾ ਉੱਦਾਂ ਦਾ, ਕਿਉਂਕਿ ਉਹਦੇ ਨਾਲ ਅੱਜ ਤੋਂ 5-10 ਸਾਲ ਪਹਿਲਾਂ ਬਹੁਤ ਕੰਟਰੋਵਰਸੀ ਹੋਈ, ਚਾਹੇ ਉਹ ਖਾੜਕੂ ਸਿੰਘ ਵਾਲੇ ਗੀਤ 'ਤੇ ਹੋਈ ਹੋਵੇ ਅਤੇ ਚਾਹੇ ਇੱਕ ਹੋਰ ਹੋਈ ਸੀ ਆਈ ਥਿੰਕ ਕੰਟਰੋਵਰਸੀ, ਚਾਹੇ ਉਹਦੇ 'ਤੇ ਹੋਈ ਹੋਵੇ, ਜਿਸ ਤੋਂ ਬਾਅਦ ਉਹਨੇ ਆਪਦਾ ਥੋੜ੍ਹੇ ਜਿਹੇ ਪੈਰ ਇੰਡੀਆ ਤੋਂ ਪਿੱਛੇ ਪੱਟ ਕੇ ਆਪਦਾ ਬਾਹਰ ਅਲੱਗ ਹੀ ਹੈ ਨਾ ਦੁਨੀਆ ਵਸਾ ਲਈ ਕਿ ਇਹ ਚੀਜ਼ਾਂ 'ਚ ਮੈਂ ਪੈਣਾ ਹੀ ਨਹੀਂ ਗਾ। ਉਵੇਂ ਸ਼ੁਭ ਹੈ, ਸ਼ੁਭ ਨੂੰ ਜੇ ਲੱਗਦਾ ਵੀ ਹਾਂ ਵੀ ਮੇਰੇ ਵੀ ਮੈਂ ਝੱਲ ਸਕਦਾ ਇਹ ਚੀਜ਼ਾਂ, ਉਹਦੀ ਮਰਜ਼ੀ ਹੈ, ਉਹ ਕਰ ਲਊਗਾ, ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕੰਗਨਾ ਰਨੌਤ ਨੂੰ ਰਿਪਲਾਈ ਕਰਕੇ ਮੈਂ ਝੱਲ ਲੂੰਗਾ ਚੀਜ਼ਾਂ, ਚਾਹੇ ਉਹ ਮੇਰੇ 'ਤੇ ਡੈਫਾਮੇਸ਼ਨ ਦਾ ਕੇਸ ਪਾ ਦੇਵੇ। ਸੋ ਉਹਨੇ ਕਰਤਾ। ਨਹੀਂ ਇਹ ਪੁਆਇੰਟ ਨਾ ਤੁਸੀਂ ਬੜਾ ਵੈਲਿਡ ਕਿਹਾ ਕਿ ਮੇ ਬੀ ਕਦੀ ਕਦੀ ਸ਼ਾਇਦ ਕਿਸੇ ਨੂੰ ਮੋਟੀਵੇਸ਼ਨ ਤਾਂ ਨਹੀਂ ਮਿਲਦੀ, ਬਟ ਬੰਦਾ ਆਪਣੀ ਪਰਿਵਾਰ ਕਰਕੇ ਡਰ ਜਾਂਦਾ, ਜਿੱਦਾਂ ਦਲਜੀਤ ਦੋਸਾਂਝ ਹੋ ਗਿਆ ਕਿ ਮੇ ਬੀ ਉਹਨਾਂ ਇੱਕ ਦੋ ਚੀਜ਼ਾਂ ਇੱਦਾਂ ਦੀਆਂ ਹੋਈਆਂ ਹੋਣਗੀਆਂ ਕਿ ਮੈਂ ਪੰਗਾ ਹੀ ਨਹੀਂ ਲੈਣਾ ਯਾਰ, ਮੇਰਾ ਪੂਰਾ ਟੱਬਰ ਆ ਅਤੇ ਕਿਉਂ ਇਹ ਝੰਝਟਾਂ ਦੇ ਵਿੱਚ ਪੈਣਾ। ਚਲੋ ਇਹ ਤਾਂ ਚਲੋ ਸਿੰਗਿੰਗ ਦੀ ਗੱਲ ਹੋਈ ਕਿ ਪੰਜਾਬੀ ਇੰਡਸਟਰੀ ਨਾ ਸਿੰਗਿੰਗ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵੇ ਪੂਰੇ ਇੰਡੀਆ ਦੇ ਵਿੱਚ, ਅਤੇ ਤੁਹਾਨੂੰ ਲੱਗਦਾ ਕਦੀ ਨਾ ਕਦੀ ਮੂਵੀਜ਼ ਵੀ ਆਪਣੀਆਂ ਇੰਨੀਆਂ ਚੱਲਣਗੀਆਂ, ਅਤੇ ਮੂਵੀਜ਼ ਦੇ ਵਿੱਚ ਆਪਾਂ ਇੰਨਾ ਜ਼ਿਆਦਾ ਕਿਉਂ ਲੈਕ ਕਰਦੇ ਹਾਂ? ਮੂਵੀਜ਼ ਦੇ ਵਿੱਚ ਨਾ ਜਿਹੜੀ ਸਿੰਗਿੰਗ ਦਾ ਐਕਸੈਸ ਹੈ, ਸਿੰਗਿੰਗ ਦੇ ਜਿਹੜੇ ਗਾਣੇ ਆਪਾਂ ਮੰਨ ਲਓ ਗਾਣੇ ਈਜ਼ਲੀ ਬੜੇ ਵੱਡੇ ਪੱਧਰ 'ਤੇ ਅਵੇਲੇਬਲ ਹੋ ਜਾਂਦੇ ਨੇ ਪੰਜਾਬੀ ਗਾਣੇ ਜਾਂ ਹੈ ਨਾ। ਹੁਣ ਮੰਨ ਲਓ ਫੋਰ ਐਗਜ਼ਾਮਪਲ ਪੰਜਾਬ 'ਚੋਂ ਕੋਈ ਗਾਣਾ ਰਿਲੀਜ਼ ਹੋ ਰਿਹਾ ਵਾ, ਕਿਸੇ ਨੇ ਉਸਨੂੰ ਤਮਿਲਨਾਡੂ ਜਾਂ ਕੇਰਲਾ ਦੇ ਵਿੱਚ ਸੁਣਨਾ ਵਾ, ਉਹ ਫੋਨ 'ਤੇ ਡਾਊਨਲੋਡ ਕਰਕੇ ਸਪੋਟੀਫਾਈ ਜਾਂ ਯੂਟਿਊਬ ਤੋਂ ਸੁਣ ਸਕਦਾ। ਲੇਕਿਨ ਜਿਹੜੇ ਪੰਜਾਬੀ ਮੂਵੀਜ਼ ਹੈ ਬਣਦੀਆਂ ਨੇ, ਹੁਣ ਮੰਨ ਲਓ ਇਹ ਇੱਕ ਤਰੀਕੇ ਨਾਲ ਬਜਟ ਇਨਕਰੀਜ਼ ਕਰਕੇ ਕੋਈ ਵੱਡੇ ਪੱਧਰ 'ਤੇ ਬਣਾਉਣਗੇ ਮੂਵੀ, ਉਹਨੂੰ ਸਾਰੇ ਕਿਤੇ ਡਿਸਟ੍ਰੀਬਿਊਟ ਕਰਨ ਦੇ ਲਈ ਉਹਦੇ ਵਿੱਚ ਵੀ ਖਰਚ ਆਊਗਾ, ਅਤੇ ਜੇਕਰ ਐਕਸੈਸ ਫੋਨ 'ਤੇ ਵੀ ਹੋ ਸਕਦਾ ਨੈੱਟਫਲਿਕਸ ਵਗੈਰਾ ਜਾਂ ਉਹਦੇ ਤੋਂ, ਪਰ ਉਹਦੇ 'ਚ ਪਾਇਰੇਸੀ ਆ ਜਾਂਦੀ ਹੈ, ਲੋਕ ਡਾਊਨਲੋਡ ਕਰ ਲੈਂਦੇ ਆਲਮੋਸਟ, ਮੈਂ ਕਹੂੰਗਾ 30-40% ਲੋਕ ਨਹੀਂ ਸਬਸਕ੍ਰਿਪਸ਼ਨ ਲੈਂਦੇ, ਉਹ ਇੱਦਾਂ ਹੀ ਇੱਧਰ ਉੱਧਰ ਡਾਊਨਲੋਡ ਕਰ ਲੈਂਦੇ ਨੇ, ਅਤੇ ਇਹਨਾਂ ਦਾ ਜਿੰਨੇ ਇਹ ਪੈਸੇ ਲਾਉਂਦੇ ਨੇ ਓਨੇ ਇਹਨਾਂ ਨੂੰ ਰਿਕਵਰੀ ਨਹੀਂ ਕਰ ਪਾਉਂਦੇ ਹੈਗੇ। ਅਤੇ ਜਦੋਂ ਰਿਕਵਰੀ ਨਹੀਂ ਕਰ ਪਾਉਂਦੇ ਤਾਂ ਫਿਰ ਇਹ ਸੋਚਦੇ ਨਹੀਂ ਕਿ ਹਾਂ ਵੀ ਮੈਂ KGF ਲੈਵਲ ਦੀ ਇੱਕ ਮੂਵੀ ਬਣਾਵਾਂ, ਮੈਂ ਸਲਾਰ ਲੈਵਲ ਦੀ ਇੱਕ ਮੂਵੀ ਬਣਾਵਾਂ, ਮੈਂ ਐਨੀਵਲ ਮੂਵੀ ਲੈਵਲ ਦੀ ਇੱਕ ਮੂਵੀ ਬਣਾਵਾਂ, ਫਿਰ ਉਹ ਉੱਥੇ ਕਮੇਡੀ ਦੇ ਵਿੱਚ ਤੁਰੇ ਫਿਰਦੇ ਨੇ, 6 ਕਰੋੜ ਰੁਪਇਆ ਲਾਓ, 12 ਕਰੋੜ ਰੁਪਇਆ ਕਮਾਇਆ, ਚੱਕੋ ਡਬਲ ਹੋ ਗਏ, ਕਰੋ ਗੱਲ ਖਤਮ। ਇਸੇ ਕਰਕੇ ਪੈਸੇ ਤੇ, ਹਾਂਜੀ ਪੈਸੇ ਤੇ ਮਤਲਬ ਜ਼ਿਆਦਾ ਤਵੱਜੋ, ਕ੍ਰੀਏਟੀਵਿਟੀ ਤੇ ਉਨੀ ਜ਼ਿਆਦਾ ਤਵੱਜੋ ਨਹੀਂ ਹੈ। ਕ੍ਰੀਏਟੀਵਿਟੀ ਵੀ ਦੇਖੋ, ਇਹ ਚੀਜ਼ਾਂ ਰਲ ਦੋਨੇ ਨਾਲ ਨਾਲ ਚੱਲਦੀਆਂ ਨੇ,
ਕੱਲੀ ਕ੍ਰੀਏਟੀਵਿਟੀ ਦਿਖਾਈ ਜਾਣਗੇ ਤਾਂ ਨੰਗ ਹੋ ਜਾਣਗੇ ਸਾਰੇ, ਪ੍ਰੋਡਕਸ਼ਨ ਹਾਊਸ ਨੰਗ ਹੋ ਜਾਊਗਾ। ਸੋ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਪੈਸੇ ਵੱਲੋਂ ਸੋਚਣਾ ਚਾਹੀਦਾ ਕਿ ਅਸੀਂ ਇੱਕ ਵਾਰੀ ਕ੍ਰੀਏਟੀਵਿਟੀ 'ਤੇ ਪੈਸੇ ਤਾਂ ਲਾ ਕੇ ਆਪਾਂ ਦਿਖਾ ਦਾ ਦੇਵੇਂ ਮੂਵੀ, ਅੱਗੇ ਵੀ ਆਪਾਂ ਦਿਖਾਉਣੀ ਹੈ, ਉਹਦੇ ਲਈ ਤਾਂ ਫਿਰ ਪੈਸੇ ਚਾਹੀਦੇ ਆ। ਸੋ ਇਸ ਕਰਕੇ ਮੂਵੀ, ਪੰਜਾਬੀ ਮੂਵੀ ਦਾ ਤਾਂ ਕਰਕੇ ਨਹੀਂ ਉੱਚਾ ਹੋ ਪਾ ਰਿਹਾ, ਲੈਂਗੁਏਜ ਬੈਰੀਅਰ, ਕਿਉਂਕਿ ਪੰਜਾਬੀ ਮੂਵੀ ਦੇਖਣ ਲਈ ਉਹਨੂੰ ਪਹਿਲਾਂ ਉਹਨੂੰ ਸਮਝਣਾ ਵੀ ਤਾਂ ਪਊਗਾ ਕਿ ਹਾਂ ਵੀ ਬੰਦਾ ਕੀ ਬੋਲ ਰਿਹਾ, ਅਤੇ ਜਿਹੜੇ ਹਿੰਦੀ ਬੋਲ ਰਹੇ ਕੋਈ ਹੋਰ ਲੈਂਗੁਏਜ ਬੋਲਦੇ ਨੇ ਉਹ ਨਹੀਂ ਸਮਝ ਪਾਉਂਦੇ ਪੰਜਾਬੀ ਦੀ ਮੂਵੀ ਸਟੋਰੀ ਕੀ ਹੈ, ਡਾਇਲੋਗ ਕੀ ਚੱਲ ਰਿਹਾ, ਡਬਿੰਗ 'ਚ ਮਜ਼ਾ ਨਹੀਂ ਆਉਂਦਾ। ਜਿਹੜੇ ਗਾਣੇ ਹੁੰਦੇ ਨੇ ਗਾਣੇ ਇਟਸ ਆਲ ਅਬਾਊਟ, ਮੈਂ ਪਹਿਲਾਂ ਕਿਹਾ ਕਿ ਅਟੈਕ ਹੀ ਵਾਈਬ, ਨਾ ਲਿਰਿਕਸ ਸੁਣਨਾ ਨਾ ਵੋਕਲ ਸੁਣਨੇ ਆ, ਕਿਉਂਕਿ ਹੁਣ ਵੀ ਜਿਹੜੇ ਆਰਟਿਸਟ ਬਹੁਤ ਸਾਰੇ ਚੱਲ ਰਹੇ ਵੋਕਲ ਕੁਛ ਵੀ ਨਹੀਂ ਹੈ ਨਹੀਂ, ਠੀਕ ਹੈ, ਲਿਰਿਕਸ ਵੀ ਇੱਧਰੋਂ ਉੱਧਰੋਂ ਤੋੜ ਮੋੜ ਕੇ ਕਰੀ ਜਾਂਦੇ ਨੇ, ਪਰ ਗਾਣੇ 'ਚ ਵਾਈਬ ਹੈ। ਸੋ ਕਰਕੇ ਇਸ ਕਰਕੇ ਗਾਣੇ ਚੱਲਦੇ ਨੇ। ਹੁਣ ਉਹ ਇੱਕ ਵੀਡੀਓ ਜਦੋਂ ਵਾਇਰਲ ਹੋਈ ਨਹੀਂ ਸੀ, ਕਹਿੰਦੇ ਵੀ ਚਲ ਛੱਡੋ ਆਪਾਂ ਅੱਗੇ ਗੱਲ ਕਰਦੇ ਹਾਂ। ਹਾਂ ਬੋਲੋ ਬੋਲੋ, ਕਿਹੜੀ ਵੀਡੀਓ ਵਾਇਰਲ? ਜ਼ਿਆਦਾ ਕੰਟਰੋਵਰਸੀ? ਨਹੀਂ, ਕੋਈ ਨਹੀਂ ਕੋਈ ਨਹੀਂ। ਅਤੇ ਕੰਟਰੋਵਰਸੀ ਤਾਂ ਇੰਨਾ ਕਾਹਤੋਂ ਆਪਣੀ ਜਨਤਾ ਭਾਈਦੀ ਹੈ ਕਿ ਇਸੇ ਚੱਕਰ ਵਜੋਂ ਹੀ ਕਿ ਯਾਰ ਕਿ ਟੱਬਰ 'ਤੇ ਕੋਈ ਚੀਜ਼ ਨਾ ਆਵੇ ਜਾਂ ਨੈਗੇਟਿਵਿਟੀ ਤੋਂ ਹੀ ਬੰਦਾ ਦੂਰ ਹੀ ਰਹਿਣਾ ਚਾਹੁੰਦਾ, ਇੱਦਾਂ ਫੀਲ ਹੁੰਦਾ ਟੱਬਰ 'ਤੇ ਨਾ ਚੀਜ਼ ਆਵੇ, ਓਬਵੀਅਸ ਗੱਲ ਆ, ਇਹ ਮੇਨ ਪੁਆਇੰਟ ਹੈ। ਅਤੇ ਜਿਹੜੀ ਦੂਜੀ ਗੱਲ ਆ, ਕੰਟਰੋਵਰਸੀ ਤਾਂ ਲੋਕ ਇਸ ਕਰਕੇ ਭੱਜਦੇ ਨੇ ਕਿਉਂਕਿ ਜਦੋਂ ਆਪਾਂ ਕੋਈ ਬਿਆਨ ਦੇ ਦਿੰਦੇ ਹਾਂ ਨਾ, ਤਾਂ ਇੱਕ ਬੰਦੇ ਦੇ ਜਿਸ ਬੰਦੇ ਦੇ ਉਲਟ ਆਪਾਂ ਬਿਆਨ ਦਿੰਦੇ ਹਾਂ, ਉਹਦੇ ਫੈਨਸ ਉਹ ਨਹੀਂ ਸੋਚਦੇ ਕਿ ਹਾਂ ਵੀ ਸਾਡਾ ਬਿਆਨ ਸਹੀ ਹੈ ਜਾਂ ਸਾਡਾ ਬਿਆਨ ਗਲਤ ਹੈ। ਟੋਟਲੀ ਬਸ ਅਟੈਕ, ਚਾਹੇ ਇਹ ਸਿੰਗਰਾਂ ਦੇ ਵਿੱਚ ਲੜਾਈਆਂ ਦੇ ਲਾ ਲਓ, ਚਾਹੇ ਇੱਕ ਆਮ ਬੰਦੇ ਮਾਈਕਰੋ ਜਿਹੜੇ ਫੇਮਸ ਹੁੰਦੇ ਨੇ ਉਹਨਾਂ 'ਚ ਲਾ ਲਓ, ਅਤੇ ਉਹ ਬਿਆਨ ਸਹੀ ਹੈ ਗਲਤ ਆ ਡਜ਼ਨਟ ਮੈਟਰ, ਜਿਹਦਾ ਫੈਨ ਬੇਸ ਵੱਡਾ ਉਹ ਜਿੱਤ ਗਿਆ ਸਮਝ ਲਓ। ਅਤੇ ਆਪਾਂ ਕਹਿ ਨਹੀਂ ਸਕਦੇ ਕਿ ਇੱਕ ਵਧੀਆ ਇੱਕ ਮਾਰਕੀਟਿੰਗ ਟੂਲ ਹੈ, ਕਿਉਂਕਿ ਪਬਲਿਸਿਟੀ ਇਜ਼ ਪਬਲਿਸਿਟੀ, ਕਿ ਇਫ ਯੂ ਹੈਵ ਟੂ ਪਿਸ ਸੰਬਡੀ ਆਫ, ਅਗਰ ਕਿਸੇ ਨੂੰ ਗੁੱਸਾ ਚੜਾਉਣਾ ਵੀ ਹੈ ਤਾਂ ਹੂ ਕੇਅਰਸ। ਹੈ ਮਾਰਕੀਟਿੰਗ ਹੈ ਇਹਦੇ ਵਿੱਚ, ਲੇਕਿਨ ਮਾਰਕੀਟਿੰਗ ਤੋਂ ਬਾਅਦ ਤੁਹਾਡਾ ਅਸਲ ਜਿਹੜੀ ਤੁਹਾਡੀ ਚੀਜ਼ ਚੱਲੂਗੀ ਉਹ ਤੁਹਾਡਾ ਕੰਟੈਂਟ ਹੀ ਚੱਲੂਗਾ। ਮਾਰਕੀਟਿੰਗ ਦੇ ਇਸ ਤਰ੍ਹਾਂ ਦੀ ਮਾਰਕੀਟਿੰਗ ਕਰਕੇ ਇੱਕ ਤਰੀਕੇ ਨਾਲ ਤੁਸੀਂ ਨਿਗਾਹ 'ਚ ਜ਼ਰੂਰ ਆ ਜਾਓਗੇ ਲੋਕਾਂ ਦੇ। ਹੁਣ ਮੰਨ ਲਓ ਤੁਹਾਡੀ ਅੱਜ ਕੰਟਰੋਵਰਸੀ ਹੋਈ ਹੈ, ਤੁਸੀਂ ਗਾਣਾ ਰਿਲੀਜ਼ ਕੀਤਾ, ਤੁਹਾਡੀ ਕੰਟਰੋਵਰਸੀ ਸਾਰੇ ਕਿਤੇ ਤੁਸੀਂ ਫੈਲ ਚੁੱਕੇ ਹੋ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਤੁਸੀਂ ਨੈਕਸਟ ਗਾਣਾ ਰਿਲੀਜ਼ ਕਰਨਾ ਵਾ, ਜੇਕਰ ਉਹ ਵਧੀਆ ਨਾ ਹੋਇਆ, ਔਡੀਅੰਸ ਸੁਣ ਲੂਗੀ ਕਿ ਹਾਂ ਵੀ ਚੱਲ ਇਹਨੇ ਗਾਣਾ ਕੱਢਿਆ ਦੇਖੀਏ ਕੀ ਆ, ਅਤੇ ਉਸ ਤੋਂ ਅਗਲਾ ਗਾਣਾ ਨਾ ਵਧੀਆ ਹੋਇਆ, ਲੋਕ ਪੀਪਲ ਵਿਲ ਇਗਨੋਰ ਯੂ ਜਸਟ ਲਾਈਕ ਨਸੀਬ। ਲਾਈਵ ਆਇਆ ਸੀ ਉਹ, ਸਿਰਫ 150-200 ਬੰਦਾ ਲਾਈਵ ਦੇਖ ਰਿਹਾ ਸੀ ਉਹਨੂੰ। ਮਤਲਬ ਕਿ ਹਾਂ, ਕੰਟਰੋਵਰਸੀ ਕਰਕੇ ਤੁਸੀਂ ਇੱਕ ਜਾਂ ਦੋ ਗਾਣਾ ਚੜਾ ਲਓਗੇ, ਬਟ ਜ਼ਿਆਦਾ ਟਾਈਮ ਉਹ ਤੁਸੀਂ ਸਟ੍ਰੈਚ ਨਹੀਂ ਕਰ ਸਕਦੇ, ਠੀਕ ਹੈ। ਅਤੇ ਤੁਸੀਂ ਇੱਕ ਗੱਲ ਕਹੀ ਕਿ ਕਿਸੇ ਦੇ ਫੈਨ ਅਟੈਕ ਕਰਦੇ ਨੇ, ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਤੁਸੀਂ ਰਿਵਿਊ ਪਾਇਆ ਹੋਵੇ ਅਤੇ ਕਿਸੇ ਨੂੰ ਪਸੰਦ ਨਾ ਆਇਆ ਹੋਵੇ, ਅਤੇ ਫਿਰ ਉਹਦਾ ਇਹ ਫੈਨ ਸਾਰੇ ਤੁਹਾਡੇ ਦੁਆਲੇ ਹੋ ਗਏ ਹੋਣ ਜਾਂ ਅਟੈਕ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਅਟੈਕ ਕੀਤਾ ਹੋਵੇ, ਇੱਦਾਂ ਕਦੀ ਹੋਇਆ? ਹੁਣੀ ਹੋਇਆ, 2-3 ਮਹੀਨੇ ਪਹਿਲਾਂ ਹੋਇਆ। ਅਤੇ ਜਿਸ ਆਰਟਿਸਟ ਦੀ ਕਰਨ ਔਜਲਾ ਨਾਲ ਸੀਗੀ ਕੰਟਰੋਵਰਸੀ, ਉਸ ਦੇ ਫੈਨਸ ਹੋ ਗਏ ਸੀ ਮੇਰੇ ਦੁਆਲੇ, ਬਟ ਉਹਨਾਂ ਕੋਲ ਮੇਰੀ ਜਿਹੜੇ ਪੁਆਇੰਟ ਮੈਂ ਚੱਕਿਆ ਵੀਡੀਓ ਦੇ ਵਿੱਚ ਉਹਦਾ ਜਵਾਬ ਨਹੀਂ ਸੀਗਾ, ਜਸਟ ਉਹ ਆਪਣੇ ਆਰਟਿਸਟ, ਫੇਵਰੇਟ ਆਰਟਿਸਟ ਦਾ ਨਾਂ ਲਿਖ ਰਹੇ ਸੀ ਕਮੈਂਟ ਦੇ ਵਿੱਚ ਵੀ ਆਈ ਸਪੋਰਟ ਦਿਸ ਵਨ, ਆਈ ਸਪੋਰਟ ਦਿਸ ਵਨ, ਪਰ ਜਿਹੜੇ ਪੁਆਇੰਟ ਮੈਂ ਚੱਕਿਆ ਉਹ ਬੜੇ ਵੈਲਿਡ ਪੁਆਇੰਟ ਚੱਕੇ ਸੀਗੇ, ਅਤੇ ਉਹਦੇ ਬਾਰੇ ਜਵਾਬ ਨਹੀਂ ਦਿੱਤਾ ਉਹਨਾਂ ਨੇ। ਅਤੇ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਇਹ ਜਿਹੜੇ ਦੁਆਲੇ ਮੇਰੇ ਹੋਏ ਸੀ, ਇਹਨਾਂ ਦੀ ਏਜ ਇੱਥੋਂ ਮੈਂ ਅਸੰਪਸ਼ਨ ਲਾਵਾਂ ਉਹੀ 17-22 ਦੇ ਵਿੱਚ ਵਾਲੇ, ਕਿਉਂਕਿ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਦੇ ਇੱਦਾਂ ਜਾ ਕੇ ਗਾਲ ਨਹੀਂ ਕੱਢੂਗਾ ਜਾਂ ਇੱਦਾਂ ਨਹੀਂ ਲੱਗਦਾ ਕਿ ਹਾਂ ਇਸ ਫੋਟੋ ਇੱਦਾਂ, ਉਹ ਵੈਲਿਡ ਪੁਆਇੰਟ ਦਊਗਾ। ਨਹੀਂ, ਜਦੋਂ ਸਪੋਰਟਰਾਂ ਦੀ ਗੱਲ ਆਉਂਦੀ ਨਾ ਇੰਟਰਨੈਟ 'ਤੇ, ਮੈਜੋਰਿਟੀ ਆਫ ਦ ਸਪੋਰਟਰਸ ਦੇ ਡੋਂਟ ਬੇਸਿਕਲੀ ਹੈਵ ਐਨੀਥਿੰਗ ਟੂ ਸੇ, ਕਿ ਕਿਸੇ ਪ੍ਰੂਵ ਕਿਸੇ ਪੁਆਇੰਟ ਨੂੰ ਪ੍ਰੂਵ ਕਰਨ ਦੀ ਬਜਾਏ ਉਹਨਾਂ ਨੂੰ ਇਹ ਹੁੰਦਾ ਕਿ ਚੜ੍ਹ ਜਾਓ ਬੰਦੇ ਦੇ ਉੱਤੇ,
ਕਿ ਮੈਟਰ ਨਹੀਂ ਕਰਦਾ ਉਹ ਕੀ ਬੋਲਣ ਦਿਆ ਕੀ ਨਹੀਂ ਬੋਲਣ ਦਿਆ, ਉਹ ਨਹੀਂ, ਕਿਉਂਕਿ ਇਹਨੇ ਮੂਸੇਵਾਲੇ ਦੇ ਖਿਲਾਫ ਗੱਲ ਕੀਤੀ ਇਹਦੇ, ਜਾਂ ਉਹਨੇ ਕਰਨ ਔਜਲੇ ਦੇ ਖਿਲਾਫ ਗੱਲ ਕੀਤੀ ਹੈ ਕਿ ਉਹਦੇ ਖਿਲਾਫ ਕਿੱਦਾਂ ਕੋਈ ਬੋਲਦਾ, ਠੀਕ ਹੈ। ਅਤੇ ਕੰਟਰੋਵਰਸੀ ਗੱਲ ਵਾਲੀ ਗੱਲ 'ਤੇ ਮੈਂ ਰਵਾਂ, ਕਦੀ ਕਦੀ ਜਦੋਂ ਤੁਸੀਂ ਆਪਣਾ ਪੋਡਕਾਸਟ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਪੋਡਕਾਸਟ ਦਾ ਦਾ ਹੋਲ ਪੁਆਇੰਟ ਇਜ਼ ਕਿ ਆਪਣੀ ਤੁਸੀਂ ਓਪੀਨੀਅਨ ਸ਼ੇਅਰ ਕਰਦੇ ਹੋ ਕਿਸੇ ਵੀ ਚੀਜ਼ ਬਾਰੇ, ਅਤੇ ਉਹਦੇ ਵਿੱਚ ਕਦੀ ਕਦੀ ਇਹ ਚੀਜ਼ ਆਉਂਦੀ ਹੈ ਤੁਹਾਡੀ ਕਿ ਯਾਰ ਆਹ ਥੋੜ੍ਹਾ ਜਿਹਾ ਕੰਟਰੋਵਰਸ਼ਲ ਮੁੱਦਾ, ਕਿਉਂਕਿ ਮੈਨੂੰ ਜਦੋਂ ਮੈਂ ਇੱਕ ਦੋ ਐਪੀਸੋਡ ਕਰਦਾ ਵਾਂ ਕੋਈ ਪੋਲੀਟੀਕਲ ਮੁੱਦੇ ਦੇ ਉੱਤੇ, ਹਾਂ ਠੀਕ ਹੈ ਮੈਨੂੰ ਪਤਾ ਕਿ ਇਹਦੇ ਵਿੱਚ ਥੋੜ੍ਹੀ ਜਿਹੀ ਨੈਗੇਟਿਵਿਟੀ ਜਾਂ ਥੋੜ੍ਹਾ ਜਿਹਾ ਮੈਨੂੰ ਪੁਸ਼ਬੈਕ ਜ਼ਰੂਰ ਆਏਗਾ, ਬਟ ਆਈ ਹੈਵ ਟੂ ਸੇ ਇਟ, ਕਿਉਂਕਿ ਵਟ ਇਜ਼ ਦਾ ਪੁਆਇੰਟ ਆਫ ਪੋਡਕਾਸਟ, ਕਿ ਮੈਂ ਅਗਰ ਮੈਂ ਬਣਾਇਆ ਹੈ ਕਿ ਮੈਂ ਇਹ ਚੀਜ਼ ਉੱਤੇ ਬੋਲਣਾ ਚਾਹੁੰਦਾ ਵਾਂ, ਬਟ ਤੁਹਾਡੇ ਜਦੋਂ ਤੁਸੀਂ ਪੋਡਕਾਸਟ ਨੂੰ ਤਿਆਰ ਕਰਦੇ ਹੋ ਕਿ ਯਾਰ ਆਹ ਟੋਪਿਕ ਥੋੜ੍ਹਾ ਜਿਹਾ ਕੰਟਰੋਵਰਸ਼ਲ, ਇਹਨੂੰ ਦੂਰ ਰਹਿਣਾ ਚਾਹੀਦਾ, ਤੁਹਾਡੇ ਦੇ ਵਿੱਚ ਜਾਂ ਦਮਨ ਦੇ ਵਿੱਚ ਇਹ ਡਿਸਕਸ਼ਨ ਹੁੰਦੀ ਹੈ ਕਦੀ? ਜੇ ਅਸੀਂ ਰਿਐਲਿਟੀ ਦੀ ਗੱਲ ਕਰੀਏ ਤਾਂ ਜਦੋਂ ਆਪਾਂ ਫੇਮਸ ਨਹੀਂ ਨਾ ਹੁੰਦੇ ਤਾਂ ਉਦੋਂ ਆਪਣੇ ਕੋਲ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ, ਆਪਾਂ ਖੁੱਲ੍ਹ ਕੇ ਬਿਆਨ ਦੇ ਸਕਦੇ ਹੁੰਦੇ ਹਾਂ, ਆਪਾਂ ਨੂੰ ਸੋਚਣਾ ਨਹੀਂ ਪੈਂਦਾ ਕਿ ਸਾਡੀ ਗੱਲ ਦਾ ਕੀ ਇੰਪੈਕਟ ਪੈਣਾ ਕਿਸੇ 'ਤੇ। ਜਦੋਂ ਆਪਾਂ ਇੱਕ ਵੱਡੇ ਲੈਵਲ 'ਤੇ ਚਲੇ ਜਾਂਦੇ ਹਾਂ, ਹੁਣ ਸਾਡੇ ਇਸ ਵਕਤ 8 to 9 thousand ਸਬਸਕ੍ਰਾਈਬਰ ਹੈ, ਰਾਈਟ ਨਾਓ ਵੀ ਆਰ ਨੋਟ ਮੱਚ ਫੇਮਸ ਇਨ ਪੋਡਕਾਸਟ, ਅਸੀਂ ਆਪਦੀ ਆਪਦੀ ਜ਼ਿੰਦਗੀ ਦੇ ਵਿੱਚ ਅਬੀਰਾ ਫਿਟਨੈਸ ਚੈਨਲ ਚਲਾ ਰਿਹਾ, ਮੈਂ ਆਪਦਾ ਚੈਨਲ ਇੰਟਰਟੇਨਮੈਂਟ ਇਹਦੇ ਵਿੱਚ ਅਸੀਂ ਹੈ, ਠੀਕ ਹੈ, ਲੋਕ ਜਾਣਦੇ ਆ, ਬਟ ਪੋਡਕਾਸਟ ਤੱਕ ਹਜੇ ਲੋਕ ਪਹੁੰਚੇ ਨਹੀਂ ਆ, ਅਤੇ ਉਦੋਂ ਤੱਕ ਹੁਣ ਅਸੀਂ ਨਹੀਂ ਸੋਚ ਰਹੇ ਕਿ ਹਾਂ ਵੀ ਸਾਡੀ ਗੱਲ ਕੰਟਰੋਵਰਸ਼ੀਅਲ ਬਣੂਗੀ ਜਾਂ ਨਹੀਂ, ਹੁਣ ਸਾਡਾ ਰੋ ਚੱਲਦਾ ਕੰਮ ਵੀ ਜੇ ਉਹ ਕੁਛ ਬੋਲਣਾ ਬੋਲ ਦਈਏ ਕੰਟਰੋਵਰਸੀ ਹੁੰਦੀ ਦੇਖੀ ਜਾਊਗੀ, ਇੱਕ ਵਾਰੀ ਫੇਮਸ ਤਾਂ ਹੋਈਏ ਫਿਰ ਦੇਖਾਂਗੇ ਨਾ ਕਿ ਹਾਂ ਵੀ ਯਾਰ ਸਾਡੇ ਕਿਤੇ ਬਿਆਨਾਂ ਦੇ ਉੱਪਰ ਸਾਨੂੰ ਪਰਚੇ ਨਾ ਹੋਣ ਲੱਗ ਜਾਣ, ਹੈ ਨਾ, ਕਿਉਂਕਿ ਲੋਕ ਵੀ ਸੀਰੀਅਸ ਹੈ, ਗਵਰਨਮੈਂਟ ਸੀਰੀਅਸ ਉਹਨੂੰ ਲਊਗੇ ਨਾ ਕਿ ਹਾਂ ਵੀ ਜਿਹੜਾ ਇੱਕ ਬੰਦਾ ਲੈਵਲ 'ਤੇ ਪਹੁੰਚਿਆ ਉਹ ਗੱਲ ਕਹੂਗੀ ਕਰ ਰਿਹਾ ਇਸ ਬਾਰੇ। ਮਤਲਬ ਤੁਸੀਂ ਕਹਿੰਦੇ ਪਏ ਹੋ ਕਿ ਲੈਟਸ ਸੇ ਕਿ ਤੁਹਾਡੇ ਮਿਲੀਅਨ ਦੇ ਵਿੱਚ ਵਿਊ ਹੋ ਜਾਂਦੇ ਨੇ, ਅਤੇ ਉਦੋਂ ਤੁਸੀਂ ਥੋੜ੍ਹੇ ਜਿਹੇ ਕੇਅਰਫੁਲ ਹੋਵੋਗੇ ਜਾਂ ਕੁਛ ਮੁੱਦਿਆਂ ਤੋਂ ਅਵੋਇਡ ਕਰੋਗੇ ਯਾਰ ਇਹ 'ਤੇ ਗੱਲ ਨਹੀਂ ਕਰਨੀ ਆਪਾਂ। ਹਾਂ ਉਦੋਂ ਥੋੜ੍ਹਾ ਜਿਹਾ ਕੇਅਰਫੁਲ ਹੋਵਾਂਗੇ, ਪਰ ਗੱਲ ਰੱਖਣੋਂ ਨਹੀਂ ਹਟਾਂਗੇ, ਗੱਲ ਨੂੰ ਰੱਖਣ ਦਾ ਤਰੀਕਾ ਹੁੰਦਾ, ਗੱਲ ਨੂੰ ਬੋਲਡ ਕਰਕੇ ਰੱਖਣਾ, ਗੱਲ ਨੂੰ ਸਮਝਾਉਣ ਦਾ ਤਰੀਕਾ। ਹੁਣ ਮੰਨ ਲਓ 1 million ਸਬਸਕ੍ਰਾਈਬਰ ਹੋ ਗਏ, ਉਸ ਲੈਵਲ 'ਤੇ ਇੱਕ ਸਾਡੇ ਜਿਵੇਂ ਜਿਵੇਂ ਆਪਣੀ ਫੋਲੋਇੰਗ ਵੱਧਦੀ ਆ ਆਪਣੀ ਜ਼ਿੰਮੇਵਾਰੀਆਂ ਵੀ ਵੱਧਦੀਆਂ ਨੇ, ਹੈ ਨਾ, ਕਿਉਂਕਿ 1 million ਸਬਸਕ੍ਰਾਈਬਰ ਹੋਣਾ ਮਤਲਬ ਵੀ ਆਲਮੋਸਟ 40 to 50 thousand ਕੱਟੜ ਫੈਨਸ ਹੋਣਾ, ਤਾਂ ਸਾਡੇ ਬਿਆਨਾਂ ਦੇ ਨਾਲ ਉਹ ਕਿਸੇ ਨੂੰ ਜਾ ਕੇ ਹੇਟ ਦੇ ਸਕਦੇ ਨੇ, ਕੀ ਕਰ ਦੇਣਗੇ ਕੁਛ ਪਤਾ ਨਹੀਂ, ਹੈ ਨਾ। ਜਿਵੇਂ ਫੋਰ ਐਗਜ਼ਾਮਪਲ ਸੁਲਤਾਨ ਜਿਹੜਾ ਪੰਜਾਬੀ ਸਿੰਗਰ ਹੈ, ਉਹ ਪਹਿਲਾਂ ਸਿੱਧੀਆਂ ਗਾਲਾਂ ਕੱਢਦਾ ਸੀ ਗਾਣਿਆਂ ਦੇ ਵਿੱਚ ਜਾਂ ਉੱਦਾਂ ਲਾਈਵ ਆ ਕੇ, ਜਿਵੇਂ ਜਿਵੇਂ ਉਹਦੀ ਪਾਪੂਲੈਰਿਟੀ ਵਧੀ ਉਹਨੇ ਜਦੋਂ ਗੁਰਚਾਹਲ ਨੇ ਪ੍ਰੇਮ ਢਿੱਲੋਂ 'ਤੇ ਹਮਲਾ ਕੀਤਾ, ਉਹਨੇ ਗੁਰਚਾਹਲ ਨੂੰ ਗਾਲਾਂ ਕੱਢੀਆਂ ਲਾਈਵ ਆ ਕੇ, ਸੋਰੀ ਲਾਈਵ ਆ ਕੇ ਨਹੀਂ, ਮਤਲਬ ਉੱਦਾਂ ਉਹਨੂੰ ਉੱਥੇ ਹੀ ਕੁੱਟਿਆ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਹਾਂ ਵੀ ਹੁਣ ਮੈਂ ਇੱਕ ਫੇਮਸ ਬਣ ਚੁੱਕਿਆ, ਮੈਂ ਇਹੋ ਜਿਹੀ ਚੀਜ਼ਾਂ ਕਰਦਾ ਚੰਗਾ ਨਹੀਂ ਲੱਗਦਾ, ਡੈਟਸ ਬਾਏ ਉਹਦਾ ਦਲਜੀਤ ਨਾਲ ਮੁੜ ਕੇ ਗਾਣਾ ਆਇਆ, ਡੈਟਸ ਬਾਏ ਉਹਦੇ ਹੁਣ ਇੰਟਰਵਿਊ ਹੋ ਰਿਹਾ, ਅਤੇ ਇਸ ਕਰਕੇ ਉਹ ਇੰਨਾ ਫੇਮਸ ਹੈ, ਕਿਉਂਕਿ ਚੇਂਜ ਹੋਣਾ ਪੈਂਦਾ ਟਾਈਮ ਬਾਏ ਟਾਈਮ। ਹਾਂ ਕਹਿੰਦੇ ਨੇ ਕਿ ਵਿਦ ਗ੍ਰੇਟ ਪਾਵਰ ਕਮਸ ਗ੍ਰੇਟ ਰਿਸਪੋਂਸੀਬਿਲਿਟੀ, ਅਤੇ ਉਹ ਪੁਆਇੰਟ ਬੜਾ ਤੁਸੀਂ ਵੈਲਿਡ ਕਿਹਾ ਕਿ ਜਿੱਦਾਂ ਜਿੱਦਾਂ ਬੰਦਾ ਉੱਪਰ ਵੱਧਦਾ ਹੈ ਨਾ, ਉਹਨੂੰ ਆਪਣੇ ਐਕਸ਼ਨ ਬੜੇ ਕੇਅਰਫੁਲੀ ਦੇਖਣੇ ਪੈਂਦੇ ਨੇ, ਅਤੇ ਵਧੀਆ। ਅਤੇ ਹੁਣ ਕਦੀ ਇਹ ਨਹੀਂ ਲੱਗਾ ਕਿ ਯਾਰ ਪੋਡਕਾਸਟ 'ਤੇ ਜ਼ਿਆਦਾ ਹੁਣ ਸਾਨੂੰ ਜ਼ੋਰ ਪਾਉਣਾ ਪੈਣਾ, ਕਿਉਂਕਿ ਇਹ ਬੜੇ ਟ੍ਰੈਂਡਿੰਗ ਦੇ ਵਿੱਚ ਹੈ, ਇੱਦਾਂ ਕਦੀ ਫੀਲ ਹੋਇਆ ਕਿ ਯਾਰ ਲੈਟ ਸੇ ਕਿ ਹੁਣ ਇੰਨਾ ਸਾਡੇ ਕੋਲ ਟਾਈਮ ਹੈ, ਚਾਚਾ ਸਿੰਦਰੀ 'ਤੇ ਇੰਨਾ ਜ਼ਿਆਦਾ ਫੋਕਸ ਨਾ ਕਰੀਏ, ਜਾਂ ਦਮਨ ਕਵੇ ਗਿਆ 6-pack 'ਤੇ ਕੈਨੇਡਾ ਟੂ ਪੰਜਾਬ ਇੰਨਾ ਫੋਕਸ ਨਹੀਂ ਕਰਨਾ, ਹੁਣ ਦੋ ਜਾਣੇ ਆਪਾਂ, ਕਿਉਂ ਨਾ ਆਪਣਾ ਪੋਡਕਾਸਟ 'ਤੇ ਹਫ਼ਤੇ ਦੇ 2 or 3 ਐਪੀਸੋਡ ਬਣਾਈਏ, ਉਹ ਇੱਕ ਕੁਸ਼ਚਨ, ਅਤੇ ਫਿਰ ਦੂਜਾ ਕੁਸ਼ਚਨ ਇਹ ਫੀਲ ਹੁੰਦਾ ਕਿ ਯਾਰ ਸਿਰਫ ਆਪਾਂ ਬੋਲੀਵੁੱਡ ਇੰਡਸਟਰੀ ਜਾਂ ਸਿਰਫ ਆਪਾਂ ਪੰਜਾਬੀ ਇੰਡਸਟਰੀ ਉਹੀ ਚੀਜ਼ਾਂ 'ਤੇ ਫੋਕਸ ਕਰਨਾ, ਜਾਂ ਆਪਾਂ ਥੋੜ੍ਹਾ ਜਿਹਾ ਪੋਲੀਟੀਕਲ ਮੁੱਦੇ ਜਾਂ ਵਰਲਡ ਅਫੇਅਰ ਉੱਤੇ ਵੀ ਆਪਾਂ ਥੋੜ੍ਹੀ ਗੱਲ ਕਰੀਏ, ਇੱਦਾਂ ਵੀ ਕਦੀ ਹੁੰਦਾ, ਜਾਂ
ਕਿ ਜੋ ਹਫ਼ਤੇ ਦੀ ਹਾਈਲਾਈਟਸ ਆਪਾਂ ਉਹੀ ਡਿਸਕਸ ਕਰਨੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ, ਉਹ ਕਿੱਦਾਂ ਡਿਸਾਈਡ ਕਰਦੇ ਹੋ? ਮੰਨ ਲਓ ਪੋਲੀਟੀਕਲ ਮੁੱਦੇ 'ਤੇ ਜੇ ਆਪਾਂ ਗੱਲ ਕਰਨੀ ਹੈ, ਜੇ ਉੱਥੇ ਜ਼ਰੂਰਤ ਹੈ ਉਹ ਦੇਖਾਂਗੇ ਪਹਿਲਾਂ। ਰਾਈਟ ਨਾਓ ਫੋਰ ਐਗਜ਼ਾਮਪਲ ਦਰੂ ਰਾਠੀ ਨੂੰ ਕਿਤੇ ਨਾ ਕਿਤੇ ਜ਼ਰੂਰਤ ਲੱਗੀ ਕਿ ਡਿਕਟੇਟਰਸ਼ਿਪ ਵੱਲ ਦੇਸ਼ ਵੱਧ ਰਿਹਾ, ਉਹਨੂੰ ਲੱਗਿਆ ਹੈ ਨਾ, ਅਤੇ ਇਸ ਕਰਕੇ ਉਹ ਆਪਦੀ ਐਜੂਕੇਸ਼ਨ ਵੀਡੀਓ ਤੋਂ ਅਗੇਂਸਟ ਉਹਦੇ ਹੋ ਗਿਆ, ਪੋਲੀਟੀਕਲ 'ਚ ਵੜ ਕੇ ਇੱਕ ਤਰੀਕੇ ਨਾਲ ਪੂਰਾ। ਅਤੇ ਜਿੱਥੇ ਸਾਨੂੰ ਲੱਗੂਗਾ ਕਿ ਜਿਸ ਜਗ੍ਹਾ 'ਤੇ ਜਾ ਕੇ ਇਹ ਚੀਜ਼ ਇੰਪੈਕਟ ਕਰ ਰਹੀ ਹੈ ਸਾਡੀ ਔਡੀਅੰਸ ਦੇ ਉੱਪਰ, ਪੰਜਾਬ ਦੇ ਲੋਕਾਂ ਦੇ ਉੱਪਰ, ਕਿਉਂਕਿ ਮੈਂ ਪੰਜਾਬ ਦੇ ਲੋਕ ਇਸ ਕਰਕੇ ਕਹਿ ਰਹੇ ਕਿਉਂਕਿ ਅਸੀਂ ਪੰਜਾਬੀ ਬੋਲਦੇ ਹਾਂ, ਜੇ ਮੈਂ ਹਿੰਦੀ ਬੋਲ ਰਿਹਾ ਹੁੰਦਾ ਮੈਂ ਫਿਰ ਓਵਰਆਲ ਇੰਡੀਆ ਕਹਿ ਦਿੰਦਾ। ਸੋ ਇਸ ਚੀਜ਼ 'ਤੇ ਵੀ ਕੁਛ ਕਰਨਾ, ਇਸ ਕਰਕੇ ਪੰਜਾਬ ਨੂੰ ਜੇ ਮੈਨੂੰ ਲੱਗ ਰਿਹਾ ਜਾਂ ਵੀਰੇ ਨੂੰ ਲੱਗ ਰਿਹਾ ਕਿ ਹਾਂ ਵੀ ਇਹ ਮੁੱਦੇ ਦਾ ਪੰਜਾਬ ਦੇ ਲੋਕਾਂ 'ਤੇ ਅਸਰ ਪੈ ਹੋ ਸਕਦਾ ਵਾ, ਤਾਂ ਫਿਰ ਓਬਵੀਅਸ ਗੱਲ ਅਸੀਂ ਉਸ ਚੀਜ਼ 'ਤੇ ਬੋਲਾਂਗੇ, ਅਤੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਆ। ਹੁਣ ਪਿੱਛੇ ਜੇ ਜਦੋਂ ਇੱਥੇ ਪੈਟਰੋਲ, ਤੁਹਾਨੂੰ ਸ਼ਾਇਦ ਪਤਾ ਹੋਵੇ, ਪੈਟਰੋਲ ਜਾਂ ਡੀਜ਼ਲ ਦੀ ਨਾ ਸਟ੍ਰਾਈਕ ਲਾਤੀ ਸੀ ਟਰੱਕ ਡਰਾਈਵਰਸ ਨੇ, ਅਤੇ ਉਹ ਕਹਿੰਦੇ ਸੀ ਅਸੀਂ ਜਦੋਂ ਇਹਨਾਂ ਨੇ ਰੂਲ ਕੱਢਿਆ ਨਾ ਕਿ ਹਾਂ ਵੀ ਜੇ ਟਰੱਕ ਡਰਾਈਵਰ ਨਾਲ ਕੋਈ ਬੰਦਾ ਐਕਸੀਡੈਂਟ ਹੋ ਕੇ ਮਰ ਰਿਹਾ ਵਾ, ਤਾਂ ਟਰੱਕ ਡਰਾਈਵਰ ਨੂੰ 10 ਲੱਖ ਦਾ ਖਰਚਾ ਦੇਣਾ ਪਊਗਾ ਅਤੇ ਨਾਲੇ 5-7 ਸਾਲ ਦੀ ਜੇਲ੍ਹ, ਇੱਦਾਂ ਦਾ ਰੂਲ ਆਇਆ ਸੀਗਾ। ਹਾਂਜੀ, ਅਤੇ ਫਿਰ ਟਰੱਕ ਡਰਾਈਵਰ ਨੇ ਸਟ੍ਰਾਈਕ ਕਰਤੀ, ਉਹ ਕਹਿੰਦੇ ਅਸੀਂ ਨਹੀਂ ਤੇਲ ਪਹੁੰਚਾਉਣਾ, ਜਿਸ ਦੇ ਕਾਰਨ ਇੱਥੇ ਪੰਜਾਬ ਦੇ ਵਿੱਚ ਸਾਰੀ ਭਜਨਾਠ ਮੱਚ ਗਈ। ਲੋਕ 1000-1000 ਲੀਟਰ ਟੈਂਕੀਆਂ ਦੇ ਵਿੱਚ ਤੇਲ ਭਰਵਾ ਕੇ ਪੈਟਰੋਲ ਪੰਪ ਤੋਂ ਲਿਜਾ ਰਹੇ ਸੀ, ਕਿਲੋ ਕਿਲੋਮੀਟਰ ਤੱਕ ਲਾਈਨਸ ਲੱਗ ਰਹੀਆਂ ਸਨ ਪੈਟਰੋਲ ਪੰਪਾਂ 'ਤੇ। ਅਤੇ ਉਸ ਟਾਈਮ ਮੈਂ ਪਵਾਉਣ ਗਿਆ, ਮੈਨੂੰ ਮਿਲਿਆ ਨਹੀਂ ਤੇਲ, ਮੈਂ ਸਿਰਫ 500 ਦਾ ਪਵਾਉਣ ਗਿਆ ਸੀਗਾ ਜਸਟ ਬਿਕੋਜ਼ ਮੈਨੂੰ ਜ਼ਰੂਰਤ ਸੀ। ਲੇਕਿਨ ਜਿਹੜੇ ਲੋਕ 5-5 ਹਜ਼ਾਰ ਜਾਂ 10-10 ਹਜ਼ਾਰ ਦੇ ਇੱਕਦਮ ਪੈਨਿਕ ਕਰ ਜਾਂਦੇ ਨੇ ਕਿ ਹਾਂ ਵੀ ਹੁਣ ਦੁਨੀਆਂ 'ਚ ਤੇਲ ਹੀ ਮੁੱਕ ਜਾਣਾ, ਹੁਣ ਤੇਲ ਨਹੀਂ ਮਿਲਣਾ, ਤਾਂ ਉਹਨਾਂ ਵਾਸਤੇ ਮੈਂ ਉਹ ਵੀਡੀਓ ਪਾਈ ਸੀ ਕਿ ਯਾਰ ਪੈਨਿਕ ਨਾ ਕਰੋ, ਅੱਜ ਨਹੀਂ ਮਿਲ ਰਿਹਾ, ਕੱਲ੍ਹ ਨਹੀਂ ਮਿਲੂਗਾ, 3-4-5 ਦਿਨ ਦੇ ਅੰਦਰ ਅੰਦਰ ਹੱਲ ਹੋ ਜਾਣਾ, ਤੁਸੀਂ ਪੈਨਿਕ ਨਾ ਕਰੋ, ਕਿਉਂ ਐਡਾ ਪੈਟਰੋਲ ਦੇ ਬਿਨਾਂ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੋ ਜਾਂਦੀ ਜੀ। ਅਤੇ ਤੁਸੀਂ ਮੰਨੋਗੇ ਨਹੀਂ, ਉਸ ਤੋਂ ਸਿਰਫ ਅਗਲੇ ਦਿਨ ਹੀ ਬਿਆਨ ਆ ਗਿਆ ਕਿ ਜਿਹੜੀ ਹੜਤਾਲ ਆ ਉਹ ਪੋਸਟਪੋਨ ਕਰ ਦਿੱਤੀ ਗਈ ਆ ਮਹੀਨੇ ਵਾਸਤੇ, ਅਤੇ ਤੇਲ ਦੀ ਸਪਲਾਈ ਚਾਲੂ ਚਾਲੂ ਆ। ਹੁਣ ਜਿਹੜੇ ਮੇਰੇ ਲੋਕ ਮੈਨੂੰ ਦੇਖ ਰਹੇ ਸੀ ਉਹ ਤਾਂ ਪੈਨਿਕ ਕੀਤੇ ਨੇ, ਉਹ ਤਾਂ ਵਧੀਆ ਸਮਝ ਗਏ। ਸੋ ਇਸ ਤਰੀਕੇ ਨਾਲ ਤੇ ਉਹ ਕਾਹਦੇ ਹੋਈ ਸੀਗੀ, ਉਹੀ ਮੈਂ ਦੱਸ ਰਿਹਾ, ਸਰਕਾਰ ਨੇ ਇੱਕ ਰੂਲ ਲਿਆਂਦਾ, ਗਵਰਨਮੈਂਟ ਨੇ, ਸੈਂਟਰ ਗਵਰਨਮੈਂਟ ਨੇ, ਕਿ ਜੇਕਰ ਟਰੱਕ ਡਰਾਈਵਰ ਨਾਲ ਕਿਸੇ ਵੀ ਬੰਦੇ ਦੀ ਮੋਟਰਸਾਈਕਲ 'ਤੇ ਜਾ ਰਿਹਾ ਜਾਂ ਗੱਡੀ 'ਤੇ ਜਾ ਰਿਹਾ, ਉਹਦੀ ਐਕਸੀਡੈਂਟ 'ਚ ਉਹਦੀ ਮੌਤ ਹੋ ਜਾਂਦੀ ਆ, ਤਾਂ ਟਰੱਕ ਡਰਾਈਵਰ ਨੂੰ ਕੁਐਸਚਨ, ਹਾਂ ਟਰੱਕ ਡਰਾਈਵਰ ਕਿ ਉਹ ਰੂਲ ਕਾਹਤੋਂ ਆਇਆ ਸੀ, ਕਿ ਐਕਸੀਡੈਂਟ ਉਸ ਟਾਈਮ ਬੜੇ ਹੋਏ ਟਰੱਕ ਦੇ ਦੁਆਰਾ, ਜਾਂ ਰੈਂਡਮਲੀ ਉਹਨਾਂ ਨੇ ਡਿਸਾਈਡ ਕੀਤਾ ਕਿ ਚਲੋ ਆਪਾਂ ਰੂਲ ਕੱਢਣਾ? ਇਹ ਇਹਦੀ ਕੋਈ ਨਿਊਜ਼ ਨਹੀਂ ਇਹਨਾਂ ਨੇ ਪਬਲਿਸ਼ ਕਰਨੀ, ਬਿਕੋਜ਼ ਬਹੁਤ ਸਾਰੇ ਚੈਨਲ ਬਕਾਊ ਆ ਕਿ ਕਿੰਨੇ ਐਕਸੀਡੈਂਟ ਟਰੱਕ ਦੇ ਨਾਲ ਹੁੰਦੇ ਆ, ਅਤੇ ਇੱਕ ਤਰੀਕੇ ਨਾਲ ਡਰ ਦਾ ਮਾਹੌਲ ਹੀ ਬਣੂਗਾ ਲੋਕਾਂ ਦੇ ਵਿੱਚ, ਕਿਉਂਕਿ ਜੇ ਹਰ ਵਾਰੀ ਉਹ ਨਿਊਜ਼ ਪਲੇ ਕਰਨਗੇ ਕਿ ਯਾਰ ਇੱਥੇ ਟਰੱਕ ਨਾਲ ਲੱਗ ਕੇ ਮੌਤ ਹੋ ਗਈ, ਇੱਥੇ ਟਰੱਕ ਨਾਲ ਲੱਗ ਕੇ ਮੌਤ ਹੋ ਗਈ, ਲੋਕਾਂ ਨੇ ਤਾਂ ਘਰੋਂ ਬਾਹਰ ਨਿਕਲੋਂ ਹਟ ਜਾਣਾ। ਸੋ ਇਹ ਚੀਜ਼ ਪਬਲਿਸ਼ ਨਹੀਂ ਕਰਦੇ ਹੈਗੇ, ਲੇਕਿਨ ਇੱਕ ਨੰਬਰ ਹੈ ਜਿਹਦੇ ਕਰਕੇ ਵੀ ਸਰਕਾਰ ਨੂੰ ਲੱਗਿਆ ਕਿ ਐਕਸੀਡੈਂਟ ਹੋ ਰਹੇ ਨੇ, ਅਤੇ ਕਿਤੇ ਨਾ ਕਿਤੇ ਡਰਾਈਵਰਸ ਨੂੰ ਥੋੜ੍ਹਾ ਜਿਹਾ ਇੱਕ ਤਰੀਕੇ ਨਾਲ ਵਾਰਨਿੰਗ ਮਿਲ ਜੂਗੀ, ਥੋੜ੍ਹਾ ਜਿਹਾ ਉਹ ਕੇਅਰਫੁਲ ਹੋ ਕੇ ਡਰਾਈਵ ਕਰਨਗੇ, ਕਿਉਂਕਿ ਹੈ ਬਹੁਤ ਸਾਰੇ ਡਰਾਈਵਰ ਨਸ਼ੀਲੀ ਪਦਾਰਥ ਕੰਜ਼ਿਊਮ ਕਰਕੇ ਬੜੀ ਰੈਕਲੈਸ ਡਰਾਈਵਿੰਗ ਕਰਦੇ ਨੇ, ਜਿਹਦੇ ਕਰਕੇ ਬਿਕੋਜ਼ ਦੇ ਇੱਕ ਵੱਡੀ ਟੈਂਕ ਕਰਕੇ ਟਰੱਕ ਲੈ ਕੇ ਚੱਲੇ ਨੇ, ਤਾਂ ਉਹਦੇ ਮੂਹਰੇ ਨਾ ਤਾਂ ਕਿਸੇ ਗੱਡੀ ਨੇ ਟਿਕਣਾ, ਨਾ ਮੋਟਰਸਾਈਕਲ ਨੇ, ਨਾ ਸਾਈਕਲ ਵਾਲੇ ਨੇ। ਸੋ ਉਹਨੂੰ ਥੋੜ੍ਹਾ ਜਿਹਾ ਜ਼ਿੰਮੇਦਾਰ ਬਣਾਉਣ ਦੇ ਲਈ ਸਰਕਾਰ ਨੇ ਕਿਹਾ ਕਿ ਚੱਲ ਤੂੰ ਹੁਣ ਐਕਸੀਡੈਂਟ ਕਰਦਾ ਫਿਰਦਾ, ਹੁਣ ਤੂੰ ਆਪ ਹੀ ਨਿਪਟ। 10 ਲੱਖ ਰੁਪਏ ਪੈਸੇ ਮੂਹਰੇ ਤਾਂ ਵੱਡੇ ਵੱਡੇ ਬੋਲ ਜਾਂਦੇ ਨੇ, ਜਦ ਮੱਥਾ ਟੇਕ ਜਾਂਦੇ ਨੇ, ਤੇ ਇਹਦਾ ਫਿਰ ਇਹ ਰੂਲ ਹਜੇ ਵੀ ਹੈਗਾ ਜਾਂ ਇਹ ਹੋ ਗਿਆ ਸੀ ਰਿਵਰਟ? ਡਿਲੇ ਕਰ ਰਹੇ ਨੇ, ਗੋਲੀ ਦੇ ਦਿੱਤੀ ਹੈ ਡਰਾਈਵਰਸ ਨੂੰ ਇੱਕ ਤਰੀਕੇ ਨਾਲ।
ਤੇ ਹੁਣ ਜਦੋਂ ਤੁਸੀਂ ਇੰਡੀਆ ਦੇ ਵਿੱਚ ਹੋ, ਜਦੋਂ ਤੁਸੀਂ ਇਹ ਸਾਰੀਆਂ ਪ੍ਰੋਬਲਮਸ ਦੇਖਦੇ ਹੋ, ਜਦੋਂ ਤੁਸੀਂ ਕਿਹਾ ਕਿ ਤੁਹਾਡਾ ਕੈਨੇਡਾ ਦਾ ਸੀਗਾ, ਤੇ ਹੁਣ ਕਦੀ ਕਦੀ ਇਹ ਚੀਜ਼ ਨਹੀਂ ਆਉਂਦੀ ਕਿ ਹੁਣ ਯਾਰ ਯੂਟਿਊਬ ਹੈਗਾ ਸਭ ਕੁਛ ਵਧੀਆ ਚੱਲਦਾ ਪਿਆ, ਤੇ ਇਹੀ ਚੀਜ਼ ਮੈਂ ਅਗਰ ਅਬਰੋਡ ਜਾ ਕੇ ਕਰਾਂ ਤੇ ਉਹਦੇ ਵਿੱਚ ਜ਼ਿਆਦਾ ਬੈਨੀਫਿਟ ਹੈ, ਤੇ ਅਬਰੋਡ ਜਾ ਕੇ ਇੱਕ ਜ਼ਿਆਦਾ ਪੋਲੀਟੀਕਲ ਮੁੱਦਿਆਂ ਨੂੰ ਮੈਂ ਕਵਰ ਕਰ ਸਕਦਾ ਵਾਂ, ਇੰਨਾ ਦਾ ਥਰੈਟ ਨਹੀਂ ਹੁੰਦਾ। ਕਿਉਂਕਿ NRIs ਦਾ ਨਾ ਇੱਕ ਮੈਂ ਚੀਜ਼ ਕਹਿੰਦਾ ਵਾਂ ਕਿ ਵਧੀਆ ਮੰਨਦਾ ਵਾਂ ਕਿ ਕਦੀ ਕਦੀ ਸਾਨੂੰ ਥੋੜ੍ਹੀ ਜਿਹੀ ਲਿਬਰਟੀ ਹੋ ਜਾਂਦੀ ਬੋਲਣ ਦੀ, ਕਿ ਅਗਰ ਇੰਡੀਆ 'ਚ ਹੀ ਉਹ ਚੀਜ਼ ਬੋਲਦੇ ਹਾਂ ਤੇ ਮੇ ਬੀ ਉਹਦੇ ਵਿੱਚ ਖਤਰਾ ਜ਼ਿਆਦਾ ਹੈ, ਬਟ ਕਿਉਂਕਿ ਬੰਦਾ ਬਾਹਰ ਬੈਠਾ, ਬੰਦੇ ਨੂੰ ਥੋੜ੍ਹੀ ਸਿਕਿਉਰਿਟੀ ਹੁੰਦੀ ਕਿ ਐਟਲੀਸਟ ਮੈਂ ਬਾਹਰ ਦੇ ਬੈਠਾ, ਪਰਚੇ ਹੋਣਗੇ ਉੱਥੇ ਹੋਣਗੇ, ਇੱਦਾਂ ਫੀਲ ਨਹੀਂ ਹੁੰਦਾ ਕਿ ਯਾਰ ਹੁਣ ਮੈਂ ਇਹ ਸੋਸ਼ਲ ਮੀਡੀਆ 'ਤੇ। ਹਾਂ, ਮੇਰੇ ਬਹੁਤ ਜ਼ਿਆਦਾ ਫੋਲੋਅਰਸ ਨੇ, ਮੈਨੂੰ ਬਹੁਤ ਜ਼ਿਆਦਾ ਜਨਤਾ ਸੁਣਦੀ ਹੈ, ਹੁਣ ਪੋਡਕਾਸਟ ਵੀ ਆਉਂਦਾ ਪਿਆ ਹੌਲੀ ਹੌਲੀ, ਉਹ ਵੀ ਚੜ੍ਹਨ ਦਿਆ ਹੈ, ਅਤੇ ਅਗਰ ਮੈਂ ਬਾਹਰ ਹੋਵਾਂਗਾ ਇੱਕ ਜ਼ਿਆਦਾ ਪਾਵਰ ਮੇਰੇ ਕੋਲ ਹੋਏਗੀ ਤਾਂ ਮੈਨੂੰ ਬਾਹਰ ਜਾਣਾ ਚਾਹੀਦਾ। ਮੈਂ ਐਗਰੀ ਕਰਦਾ ਇਸ ਚੀਜ਼ ਦੇ ਵਿੱਚ ਕਿ ਥੋੜ੍ਹੀ ਜਿਹੀ ਸੇਫਟੀ ਆਪਾਂ ਨੂੰ ਮਿਲ ਜਾਂਦੀ ਹੈ ਬਾਹਰ ਮੂਵ ਹੋਣ ਦੇ ਨਾਲ, ਕਿਉਂਕਿ ਇੱਧਰ ਕੇਸਿਸ ਜਾਂ ਮਰਡਰ ਥੋੜ੍ਹੇ ਜਿਹੇ ਹੈ ਨਾ, ਕਿਉਂਕਿ ਕੇਸਿਸ ਲੰਬੇ ਚਲੇ ਜਾਂਦੇ ਨੇ ਮਰਡਰ ਕਾਰਨ ਨੂੰ ਮਿੰਟੋ ਮਿੰਟ, ਕਿਉਂਕਿ ਬਹੁਤ ਸਾਰੀ ਨਿਊਜ਼ ਪਬਲਿਸ਼ ਨਹੀਂ ਹੁੰਦੀ, ਮੈਂ ਵੀ ਕਹਿ ਕੇ ਹਟਿਆ, ਲੇਕਿਨ ਹੁੰਦੇ ਨੇ, ਅਤੇ ਕਿਤੇ ਨਾ ਕਿਤੇ ਇੱਕ ਫਿਲਟਰ ਵੀ ਹੋ ਜਾਂਦਾ ਵਾ ਅਸਲ 'ਚ। ਹੁਣ ਤੁਸੀਂ ਵੀ ਪਹਿਲਾਂ ਆਪਾਂ ਸਟਾਰਟਿੰਗ 'ਚ ਕਹਿ ਕੇ ਹਟਿਆ ਕਿ ਹਰ ਕੋਈ ਪੋਡਕਾਸਟਰ ਬਣ ਰਿਹਾ ਵਾ, ਹਰ ਕੋਈ ਬੋਲ ਰਿਹਾ ਮੁੱਦਿਆਂ ਦੇ ਉੱਪਰ, ਅਤੇ ਉਹ ਬੋਲਣ ਲੱਗੇ ਕਈ ਵਾਰ ਇਹ ਨਹੀਂ ਦੇਖਦਾ ਕਿ ਜਿਸ ਬੰਦੇ ਦੇ ਉਲਟ ਆਪਾਂ ਬੋਲ ਰਹੇ ਹਾਂ ਕੀ ਉਹ ਬੰਦਾ ਸੱਚੀ ਗਲਤ ਆ। ਇੱਕ ਫਿਲਟਰ ਹੋ ਜਾਂਦਾ ਵਾ ਇੰਡੀਆ ਦੇ ਵਿੱਚ ਰਹਿੰਦੇ ਰਹਿੰਦੇ, ਹੁਣ ਮੈਂ ਵੀ ਇੰਡੀਆ ਦੇ ਵਿੱਚ ਹਾਂ ਜਾਂ ਉਹ ਬੰਦਾ ਵੀ ਇੰਡੀਆ ਦੇ ਵਿੱਚ ਆ, ਜਦੋਂ ਮੈਨੂੰ ਲੱਗੂਗਾ ਕਿ ਹਾਂ ਵੀ ਮੇਰਾ ਹੁਣ ਕਨਫਰਮ ਹੋ ਗਿਆ ਵਾ ਕਿ ਹਾਂ ਇਹ ਬੰਦਾ ਗਲਤ ਆ, ਇਹ ਬੰਦਾ ਬਹੁਤ ਪਾਵਰਫੁੱਲ ਆ, ਦੈਨ ਮੈਂ ਇਹ ਵੀ ਨਹੀਂ ਦੱਸੂਗਾ ਕਿ ਹਾਂ ਵੀ ਮੈਂ ਕਿਸ ਦੇਸ਼ ਦੇ ਵਿੱਚ ਮੂਵ ਹੋਇਆ ਵਾਂ, ਜੇ ਮੈਂ ਉਸ ਬੰਦੇ ਦੇ ਉਲਟ ਬੋਲਣਾ ਵਾਂ ਕਿ ਉਹ ਬੰਦਾ ਸਾਨੂੰ ਨੁਕਸਾਨ ਕਰ ਸਕਦਾ, ਸਾਡੀ ਔਡੀਅੰਸ ਨੂੰ, ਸਾਡੇ ਪੰਜਾਬ ਦੇ ਬੰਦੇ ਨੂੰ। ਸੋ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਵਾ, ਆਪਾਂ ਨੂੰ ਆਪਦੇ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਹਦੇ ਬਾਰੇ ਬੋਲਣਾ। ਉਹ ਕਹਿੰਦੇ ਨੇ ਕਿ ਹਾਂ ਵੀ ਜਦੋਂ ਤੁਸੀਂ ਆਪਣੇ ਦੁਸ਼ਮਣ ਨੂੰ ਹਰਾਉਣਾ ਨਾ ਤਾਂ ਦੁਸ਼ਮਣ ਦੀ ਪਹਿਲਾਂ ਪਾਵਰ ਚੈੱਕ ਕਰ ਲਓ ਵੀ ਉਹ ਕਿੰਨਾ ਕੁ ਜੋਕਾ ਵਾ। ਸੋ ਮੈਂ ਪਾਵਰ ਦੇਖ ਕੇ ਮੈਂ ਬੋਲਦਾ ਹੁੰਦਾ, ਇੱਦਾਂ ਹੀ ਬਿਆਨ ਨਹੀਂ ਦਿੰਦੇ ਹੈਗੇ। ਅਤੇ ਜੇ ਬਾਹਰ ਆ ਜਾਓ ਤੁਸੀਂ ਤਾਂ ਫਿਰ, ਹਾਂ ਫਿਰ ਜੇ ਜ਼ਰੂਰੀ ਆ ਉਸ ਬੰਦੇ ਦੇ ਉਲਟ ਬੋਲਣਾ ਕਿ ਹਾਂ ਵੀ ਇਹ ਨੁਕਸਾਨ ਕਰ ਰਿਹਾ ਵਾ ਜਾਂ ਓਵਰ ਕਰ ਰਿਹਾ ਵਾ, ਫਿਰ ਮੈਂ ਬੋਲੂੰਗਾ ਆਫਕੋਰਸ। ਫਿਰ ਤਾਂ ਜੇ ਇੰਡੀਆ ਵੀ ਆਉਣਾ ਪਵੇ ਵਾਪਸ, ਕਿਉਂਕਿ ਹੁਣ ਬਾਰ ਬਾਰ ਨਾਂ ਤਾਂ ਕੀ ਲੈਣਾ, ਪਰ ਧਰੂਵ ਵੀ ਆਈ ਆ, ਉਹਨੂੰ ਵੀ ਤਾਂ ਲੋਕ ਕਹਿੰਦੇ ਤੂੰ ਬਾਹਰ ਬੈਠਾ ਬੋਲੀ ਜਾਣਾ ਇੱਥੇ ਆ ਕੇ ਬੋਲ, ਉਹ ਵੀ ਆਈ ਹੈ। ਹਾਂ ਬਟ ਆਈ ਥਿੰਕ ਧਰੂਵ ਦਾ ਕਦੇ ਕਦੇ ਮੈਂ ਫੀਲ ਕਰਦਾ ਕਿ ਹੀ ਇਜ਼ ਟੂ ਬਿਗ, ਕਿ ਇੱਕ ਹੁੰਦਾ ਨਾ ਕਿ ਇੱਕ ਤਾਂ ਬਿਲਕੁਲ ਹੀ ਮੇਰੇ ਵਰਗੇ ਬਿਲਕੁਲ ਥੱਲੇ ਨੇ, ਇੱਕ ਇਹ ਥੋੜ੍ਹੇ ਜਿਹੇ ਮੀਡੀਓਕਰ ਜਿਹਾ, ਜਿੱਦਾਂ 1 million 2 million ਜਿਨ੍ਹਾਂ ਨੂੰ ਸੁਣਦੇ ਨੇ ਲੋਕ, ਠੀਕ ਹੈ, ਉਹਨਾਂ 'ਤੇ ਜਨਤਾ ਲੈਟਸ ਏ ਸਰਕਾਰ ਉਹਨਾਂ 'ਤੇ ਕੇਸ ਪਾ ਸਕਦੀ ਹੈ ਜਾਂ ਜੋ ਵੀ ਹੈ, ਬਟ ਕਦੀ ਕਦੀ ਨਾ ਚੈਨਲ ਹੁੰਦਾ ਟੂ ਬਿਗ ਕਿ ਉਹਤੇ ਜੇ ਕੋਈ ਚੀਜ਼ ਹੁੰਦੀ ਆ ਤਾਂ ਜ਼ਿਆਦਾ ਲੋਕਾਂ ਨੂੰ ਪਤਾ ਹੋਏਗਾ ਅਤੇ ਫਿਰ ਸਗੋਂ ਜ਼ਿਆਦਾ ਲੋਕ ਸਰਕਾਰ ਦੇ ਅਗੇਂਸਟ ਜਾਣਗੇ। ਅਤੇ ਇਸ ਲਈ ਕੁਛ ਕਹਿ ਲਈਏ ਕਿ ਜਿੱਦਾਂ ਆਪਣੇ ਇੰਦੂ ਜਸਵਾਲ ਨੇ, ਠੀਕ ਹੈ, ਉਹਨਾਂ ਦੀ ਮੈਂ ਵੀਡੀਓ ਦੇਖਣ ਦਿਆ ਸੀ ਅਤੇ ਉਹ ਵੀ ਬਾਹਰ ਨੇ ਅਤੇ ਉਹਨਾਂ ਦੇ ਜਿੱਦਾਂ ਖਾਤੇ ਖੁਤੇ ਫਰੀਜ਼ ਕਰਾ ਦਿੱਤੇ ਸਾਰੇ ਇੰਡੀਅਨ ਸਰਕਾਰ ਨੇ, ਕਿਉਂਕਿ ਉਹ ਥੋੜ੍ਹਾ ਮੀਡੀਓਕਰ ਚੈਨਲ ਉਹਨਾਂ ਦੇ ਆਉਂਦੇ ਨੇ। ਅਤੇ ਉਹ ਇੰਦੂ ਜਸਵਾਲ ਨਾ ਕੁਸ਼ਚਨ ਕਰਨ ਦਿਆ ਸੀ ਯਾਰ ਧਰੁਵ ਰਾਠੀ ਨੂੰ ਤਾਂ ਕੁਛ ਨਹੀਂ ਕਿਹਾ, ਉਹ ਤਾਂ ਇੰਡੀਆ ਵੀ ਪਹੁੰਚ ਗਿਆ, ਅਤੇ ਉਦੋਂ ਮੈਂ ਸੋਚਦਾ ਸੀ ਕਿ ਮੇ ਬੀ ਹੀ ਇਜ਼ ਟੂ ਬਿਗ ਟੂ ਫੇਲ, ਠੀਕ ਹੈ। ਅਤੇ ਉਹ ਬੰਦੇ ਜਦੋਂ ਪੁਜ਼ੀਸ਼ਨ ਆ ਜਾਂਦੀ ਹੈ ਨਾ ਅਤੇ ਉਦੋਂ ਬੰਦੇ ਨੂੰ ਥੱਲੇ ਲਾਉਣਾ ਬੜਾ ਔਖਾ ਹੈ। ਅਤੇ ਹੁਣ ਅੱਗੇ ਮੈਂ, ਕਿਉਂਕਿ ਤੁਸੀਂ ਰਿਵਿਊਅਰ ਹੋ, ਮੈਂ ਨਾ ਪੁੱਛਣਾ ਸੀ ਤੁਹਾਨੂੰ ਕਿ ਪੋਡਕਾਸਟਾਂ ਦੇ ਉੱਤੇ ਤੁਹਾਡਾ ਕੀ ਰਿਵਿਊ ਹੈ ਕਿ ਇੰਨੀ ਜਨਤਾ ਹੁਣ ਅੱਜ ਕੱਲ੍ਹ ਪੋਡਕਾਸਟ ਕਰਨ ਦੀ ਹੈ, ਅਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ,
ਕਿ ਕੀ ਕੁਛ ਲੋਕ ਹੁਣ ਸ਼ੌਂਕ ਵਜੋਂ ਕਰਨਗੇ ਕਿਉਂਕਿ ਇਹ ਸੌਖੀ ਚੀਜ਼ ਲੱਗਦੀ ਹੈ, ਫਿਰ ਬਾਅਦ 'ਚੋਂ ਹਟ ਜਾਣਗੇ, ਜਾਂ ਇਹ ਚੀਜ਼ ਉੱਦਾਂ ਹੀ ਹੁਣ ਚੱਲਣ ਵਾਲੀ ਕਿ ਜਿੱਦਾਂ ਜਿੱਦਾਂ ਲੋਕ ਇੰਟਰਨੈਟ ਦੇ ਨਾਲ ਕਨੈਕਟਡ ਹੋਣਗੇ ਉਹਨਾਂ ਨੂੰ ਲੱਗੇਗਾ ਕਿ ਯਾਰ ਮੈਨੂੰ ਵੀ ਪੋਡਕਾਸਟ ਕਰਨਾ ਚਾਹੀਦਾ, ਅਤੇ ਹੁਣ ਗਿਣਤੀ ਵਧੇਗੀ ਜਾਂ ਗਿਣਤੀ ਹੁਣ ਜਿਹੜੀ ਵਧੀ ਹੈ ਹੌਲੀ ਹੌਲੀ ਥੱਲੇ ਜਾਏਗੀ, ਇਹਨੂੰ ਕਿੱਦਾਂ ਦੇਖਦੇ ਹੋ? ਇਹਦਾ ਵੀ ਮੈਂ ਜਵਾਬ ਦਿੰਦਾ, ਪਹਿਲਾਂ ਤੁਸੀਂ ਗੱਲ ਬੜੀ ਵਧੀਆ ਦਿੱਤੀ ਆ ਵੀ ਵੱਡੇ ਜਦੋਂ ਲੈਵਲ 'ਤੇ ਇੱਕ ਬੰਦਾ ਚਲੇ ਜਾਂਦਾ, ਓਬਵੀਅਸ ਗੱਲ ਆ ਜਿਹੜਾ ਬੰਦਾ ਇੰਨੇ ਲੈਵਲ 'ਤੇ ਆ ਜਿਹਨੂੰ ਲੋਕ ਦੇਖ ਰਿਹਾ, ਜਿਹਦੀ ਪ੍ਰੈਜੈਂਸ ਦੇ ਵਿੱਚ ਲੋਕ ਅਟੈਨਸ਼ਨ ਹੈ ਨਾ ਪੂਰਾ ਧਿਆਨ ਦਿੱਤਾ ਹੋਇਆ ਵਾ, ਉਹਦੇ ਗੈਬ ਹੋਣ 'ਤੇ ਓਬਵੀਅਸ ਗੱਲ ਆ ਜਿਹੜੀ ਲੋਕ ਆ ਉਹਨਾਂ ਦੇ ਵਿੱਚ ਅਗਰੈਸ਼ਨ ਵਧੂਗਾ ਅਤੇ ਉਹ ਸਰਕਾਰ ਦੇ ਅਗੇਂਸਟ ਹੋਣਗੇ। ਪਰ ਜਦੋਂ ਕਿਸੇ ਨੂੰ ਵੀ ਲੱਗਣਾ ਵਾ ਨਾ ਕਿ ਹਾਂ ਵੀ ਇਹ ਬੰਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ, ਤਾਂ ਫਿਰ ਉਹ ਨਹੀਂ ਦੇਖਣਗੇ। ਰਾਜੀਵ ਦੀਕਸ਼ਿਤ ਬਾਰੇ ਤੁਸੀਂ ਕਦੇ ਸੁਣਿਆ ਹੋਊਗਾ, ਜੋ ਰਾਮਦੇਵ ਦੇ ਨਾਲ ਕਰਦੇ ਹੁੰਦੇ ਸੀਗੇ ਇਕੱਠਿਆਂ ਨੇ ਪਾਰਟਨਰਸ਼ਿਪ, ਮਤਲਬ ਇਕੱਠੇ ਪਾਰਟਨਰ ਸੀ ਦੋਨੇ, ਬਾਬਾ ਰਾਮਦੇਵ ਦੇ ਨਾਲ ਰਾਜੀਵ ਦੀਕਸ਼ਿਤ ਹੁੰਦਾ ਸੀ ਇੱਕ, ਉਹ ਜਿਹੜਾ ਨੇਪਾਲੀ ਸੀਗਾ ਆਈ ਥਿੰਕ, ਜੋ ਵਾਈਟ ਹਮੇਸ਼ਾ ਕੱਪੜ, ਨਹੀਂ 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 ਹਿੰਦੂ ਸੀ ਉਹ ਅਤੇ ਥੋੜ੍ਹੇ ਜਿਹੇ ਬਾਲਡ ਸੀ। ਚਲੋ ਫੋਟੋ ਭੇਜ ਦੂੰਗਾ ਮੈਂ, ਇਟਸ ਓਕੇ, ਕੋਈ ਗੱਲ ਨਹੀਂ। ਠੀਕ ਹੈ, ਹਾਂਜੀ। ਬਾਬਾ ਰਾਮਦੇਵ ਦਾ ਮੋਟੋ ਸੀਗਾ ਕਿ ਮੈਂ ਥੋੜ੍ਹੇ ਜਿਹੇ ਪ੍ਰੋਡਕਟਸ ਵੇਚਣ ਲੱਗ ਜਾਂ, ਥੋੜ੍ਹਾ ਜਿਹਾ ਬਿਜ਼ਨਸ ਮਾਈਂਡਡ ਹੋ ਜਾਵਾਂ, ਪਤੰਜਲੀ ਲੈ ਕੇ ਆਵਾਂ। ਰਾਜੀਵ ਦੀਕਸ਼ਿਤ ਕਹਿੰਦਾ ਸੀਗਾ ਵੀ ਤੁਸੀਂ ਪ੍ਰੋਡਕਟਸ ਨਹੀਂ ਵੇਚਣੇ ਹੈਗੇ, ਆਪਾਂ ਆਯੁਰਵੇਦਿਕ ਜਿਹੜੀ ਚੀਜ਼ਾਂ ਨੇ ਘਰ ਜਿਹੜੀ ਚੀਜ਼ਾਂ ਆਪਣੇ ਰਸੋਈ 'ਚ ਮੌਜੂਦ ਆ ਉਹਦੇ ਥਰੂ ਮੈਂ ਥੋੜ੍ਹਾ ਇਲਾਜ ਕਰਵਾ ਦਾਂ, ਲਾਈਕ ਜਸਟ ਹੁਣ ਹਲਦੀ ਓਬਵੀਅਸ ਗੱਲ ਆ ਹਲਦੀ ਹਰੇਕ ਘਰ 'ਚ ਹੋਊਗੀ, ਹਾਂ, ਅਤੇ ਉਹਦੇ ਨਾਲ ਅਸਰ ਵੀ ਹੁੰਦਾ ਵਾ ਜਦੋਂ ਹਲਦੀ ਵਾਲਾ ਦੁੱਧ ਪੀਂਦੇ ਹਾਂ, ਓਬਵੀਅਸ ਗੱਲ ਲੋਕ ਮੰਨਣਗੇ। ਇੱਦਾਂ ਦੀ ਚੀਜ਼ਾਂ ਭਾਗਵਤ ਜੀ ਦੀ ਕਿਤਾਬ ਆ ਉਹਨੂੰ ਫੋਲੋ ਕਰਕੇ ਉਹ ਲੋਕਾਂ ਤੱਕ ਇੱਦਾਂ ਪ੍ਰਚਾਰ ਵਗੈਰਾ ਕਰਦਾ ਸੀਗਾ, ਤੁਸੀਂ ਮੇਰੇ ਪੋਡਕਾਸਟ ਬਾਅਦ ਜਾ ਰਹੇ ਹੋ ਉਹਨਾਂ ਬਾਰੇ, ਉਹਨਾਂ 'ਤੇ ਬਹੁਤ ਸਾਰੇ ਰੈਮਡੀਜ਼ ਵਰਕ ਕਰਦੀਆਂ ਸੀ। ਲੇਕਿਨ ਜਿਹੜਾ ਬੰਦਾ 35-40 ਸਾਲ ਹੋਣ ਦੇ, ਸਿਰਫ 35-40 ਸਾਲ ਦਾ ਸੀ, 2010 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਅਤੇ ਉਹਨਾਂ ਦੀ ਬੋਡੀ, ਉਹਨਾਂ ਨੂੰ ਕਿਹਾ ਵੀ ਹਾਰਟ ਅਟੈਕ ਹੋਇਆ ਵਾ, ਬਟ ਉਹਨਾਂ ਦੀ ਬੋਡੀ ਨੀਲੀ ਪਈ ਹੋਈ ਸੀਗੀ। ਕੌਨਸਪਿਰੇਸੀ ਥਿਓਰੀ ਜਾਂ ਰਿਐਲਿਟੀ, ਬਾਬਾ ਰਾਮਦੇਵ ਨੇ ਉਹਨੂੰ ਜ਼ਹਿਰ ਦੇ ਦਿੱਤਾ, ਕਿਉਂਕਿ ਉਹ ਰਾਜੀਵ ਦੀਕਸ਼ਿਤ ਪਤਾ ਕਿੰਨਾ ਨਾਲ ਮੱਥਾ ਲਾ ਰਿਹਾ ਸੀ, ਕੋਕ ਨਾਲ, ਕੋਲਗੇਟ ਨਾਲ, ਫਾਰਮਾਸੂਟੀਕਲ ਹੋ ਗਿਆ, ਫਾਰਮਾਸੂਟੀਕਲ, ਹਾਂ, ਫਰਿੱਜ ਬਣਾਉਣ ਵਾਲਿਆਂ ਨਾਲ, ਗੋਦਰੇਜ ਨਾਲ, ਅਤੇ ਵੱਡੀਆਂ ਵੱਡੀਆਂ ਕੰਪਨੀਆਂ, ਅਤੇ ਉਹਦੀ ਗੱਲ ਜਿਹੜੀ ਬੋਲਦਾ ਸੀ ਲੋਕ ਮੰਨਦੇ ਸੀ, ਉਹਨੇ ਕਹਿੰਦਾ ਫਰਿੱਜ ਨਾ ਵਰਤੋ, ਫਰਿੱਜ ਦਵਾਈਆਂ ਵਾਸਤੇ ਰੱਖੀ ਵਰਤੀ ਜਾਂਦੀ ਸੀ ਬਾਹਰਲੇ ਦੇਸ਼ਾਂ, ਤੁਸੀਂ ਇਹਨੂੰ ਖਾਣਾ ਰੱਖਦੇ ਹੋ ਅਤੇ ਤਾਜ਼ਾ ਬਣਾਓ ਖਾਓ, ਲੋਕਾਂ ਨੇ ਫਰਿੱਜਾਂ ਸੁੱਟਣੀਆਂ ਬੰਦ ਕਰਤੀਆਂ, ਬਾਹਰ ਸੁੱਟਤੀਆਂ ਸਾਰਿਆਂ ਨੇ, ਲੋਕ ਕਹਿੰਦੇ ਵੀ ਤੁਸੀਂ ਪਿਓਰੀਫਾਈ ਨਾਲ ਲਵਾਓ, ਤੁਸੀਂ ਘੜੇ ਦੇ ਵਿੱਚ ਪਾਣੀ ਰੱਖ ਕੇ ਪੀਓ, ਲੋਕਾਂ ਨੇ ਘੜੇ ਲਿਆਂਦੇ, ਪਿਓਰੀਫਾਈ ਸਾਰੇ ਬੰਦ ਕਰਤੇ, ਉਹਦੇ ਬੋਲੇ ਐਕਸ਼ਨ ਲੋਕ ਮੰਨ ਰਹੇ ਸੀ, ਅਤੇ ਬਾਬਾ ਰਾਮਦੇਵ ਤਾਂ ਚੱਲ ਰਹੇ ਸੀ ਆਪਦਾ ਪ੍ਰੋਡਕਟ ਵੱਲ, ਹੁਣ ਵੀ ਤੁਸੀਂ ਕਹਿ ਤਾਂ ਨਹੀਂ ਸਕਦੇ ਹਾਂ ਵੀ ਪਤੰਜਲੀ ਦੇ ਸਾਰੇ ਪ੍ਰੋਡਕਟ ਸੁਪਰ ਹੈਲਦੀ ਨੇ, ਨੋ, ਅਤੇ ਰਾਜੀਵ ਦੀਕਸ਼ਿਤ ਦਾ ਇੰਪੈਕਟ ਸੀ, ਇੰਟਰਨੈਟ ਨਹੀਂ ਸੀ ਇਸ ਕਰਕੇ, ਲੇਕਿਨ ਪਬਲਿਕਲੀ ਜਿਹੜੀ ਜਿਹਨਾਂ ਦੀ ਫੇਮ ਉਸ ਵਕਤ ਹੁੰਦੀ ਸੀ, ਕੱਟੜ ਫੈਨ ਬੇਸ ਜਿਹੜਾ ਜਦੋਂ ਆਉਣਾ ਹੁੰਦਾ ਸੀ, ਉਹਨੇ ਤਾਂ 10 ਪਿੰਡਾਂ 'ਚ ਪਤਾ ਲੱਗਦਾ, 10 ਏਰੀਏ 'ਤੇ ਵੀ ਪਤਾ ਲੱਗਦਾ ਵੀ ਆ ਰਿਹਾ, ਸੋ ਉਹ ਖਤਮ ਛੇਤੀ ਛੇਤੀ ਕਰਾਂ, ਉਹ ਖਤਮ ਹੋ ਗਿਆ, ਠੀਕ ਹੈ, ਫਿਰ ਕਿਤੇ ਨਾ ਕਿਤੇ ਪਾਵਰਫੁੱਲ ਭਾਈ ਅੰਮ੍ਰਿਤਪਾਲ ਸਿੰਘ ਲੱਗਿਆ ਕਿਤੇ ਨਾ ਕਿਤੇ ਵੀ ਸੁਪਰ ਪਾਵਰਫੁੱਲ ਹੈ, ਇਹਨਾਂ ਦੇ ਬਿਆਨ ਲੋਕ ਸੀਰੀਅਸ ਲੈ ਰਹੇ ਨੇ, ਜਿੱਥੇ ਗੱਲ ਕਹਿਤੀ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ, ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ NSL ਲਵਾ ਕੇ, ਧਰੂਵ ਰਾਠੀ ਥੋੜ੍ਹਾ ਜਿਹਾ ਧਿਆਨ ਨਾਲ ਚੱਲ ਰਿਹਾ ਵੀਡੀਓ ਦੇ ਵਿੱਚ ਬੋਲਣਾ, ਅਤੇ ਵੀਡੀਓ ਦੇ ਵਿੱਚ ਇਹ ਬੋਲਣਾ ਕਿ ਹਾਂ ਵੀ ਸਾਰੇ ਲੋਕ ਇਕੱਠੇ ਹੋ ਜਾਓ ਇੱਕ ਥਾਂ 'ਤੇ, 1000 ਬੰਦਾ ਇਕੱਠਾ ਹੋ ਜਾਓ, ਆਪਾਂ ਇੱਥੇ ਧਰਨਾ ਲਾਉਣਾ, ਡੈਟਸ ਅ ਡਿਫਰੈਂਸ। ਧਰੂਵ ਰਾਠੀ ਕਹਿ ਰਿਹਾ ਕਿ ਵੋਟ ਸਿਲੈਕਟਿਵਲੀ ਕਰੋ, ਨਾ ਕਿ ਇਹ ਕਹਿ ਰਿਹਾ ਕਿ ਹਾਂ ਵੀ ਤੁਸੀਂ ਇਕੱਠੇ ਹੋ ਜਾਓ ਇੱਕ ਜਗ੍ਹਾ 'ਤੇ, ਦੋਨਾਂ ਦੇ ਵਿੱਚ ਡਿਫਰੈਂਸ ਹੈ, ਤੁਹਾਡੀ ਵਾਲੀ ਗੱਲ ਵੀ ਵੈਲਿਡ ਹੈ, ਅਤੇ ਇਹ ਵਾਲੀ ਗੱਲ ਵੀ ਮੈਂ ਇੱਕ ਤਰੀਕੇ ਨਾਲ ਕਹਿ ਰਿਹਾ।
ਹੁਣ ਆਈ ਥਿੰਕ ਤੁਹਾਡਾ ਕੋਈ ਕੁਐਸਚਨ ਹੈ ਇਹਦੇ ਉੱਪਰ ਤਾਂ, ਨਹੀਂ ਤਾਂ ਫਿਰ ਆਪ ਪੋਡਕਾਸਟ। ਹਾਂ ਨਹੀਂ ਇਹਦੇ 'ਤੇ, ਹਾਂ ਪੋਡ ਬਿਫੋਰ ਤੁਸੀਂ ਜਾਓ, ਬੜਾ ਵਧੀਆ ਪੁਆਇੰਟ ਤੁਸੀਂ ਕਿਹਾ ਕਿ ਧਰੁਵ ਰਾਠੀ ਬਹੁਤ ਜ਼ਿਆਦਾ ਕੇਅਰਫੁਲ ਹੋ ਕੇ, ਉਹ ਇਹ ਨਹੀਂ ਕਹਿੰਦਾ ਕਿ ਯਾਰ ਜਿੱਦਾਂ ਇਕੱਠੇ ਹੋ ਜਾਓ ਪ੍ਰੋਟੈਸਟ ਕਰ ਦਿਓ ਜਿਹਦੇ ਵਿੱਚ ਪਬਲਿਕ ਇੱਕ ਡਿਸਟਰਬੈਂਸ ਹੋ ਜਾਵੇ, ਠੀਕ ਹੈ, ਜਿੱਥੇ ਵੀ ਪੈਸਾ ਹੋਏਗਾ, ਜਿੱਦਾਂ ਤੁਸੀਂ ਬਾਬੇ ਰਾਮਦੇਵ ਦੇ ਫਰੈਂਡ ਦੀ ਗੱਲ, ਦੀਕਸ਼ਿਤ ਦੀ ਗੱਲ ਕੀਤੀ, ਕਿ ਜਿੱਥੇ ਵੀ ਪੈਸਾ ਹੋ ਗਿਆ ਤੁਸੀਂ ਕਾਰਪੋਰੇਸ਼ਨਾਂ ਦੇ ਨਾਲ ਪੰਗੇ ਲਓਗੇ, ਉੱਥੇ ਕਾਰਪੋਰੇਸ਼ਨਾਂ ਆ ਕੇ ਤੁਹਾਨੂੰ ਗਾਇਬ ਕਰਨਗੀਆਂ। ਫਿਰ ਜਿੱਥੇ ਵੀ ਤੁਸੀਂ ਰੌਲੇ ਰੱਪੇ ਵਾਲੀ ਗੱਲ ਕਰੋਗੇ, ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕਰੋਗੇ, ਉੱਥੇ ਸਰਕਾਰ ਆ ਕੇ ਤੁਹਾਨੂੰ ਸਟੋਪ ਕਰੇਗੀ, ਤੁਹਾਡੇ 'ਤੇ ਕੇਸ ਪਾਏਗੀ। ਪਰ ਹਾਂ, ਉਹ ਧਰੁਵ ਰਾਠੀ ਵਾਲਾ ਇੱਕ ਐਂਗਲ ਹੋ ਸਕਦਾ ਕਿ ਉਹ ਕਿਸੇ ਨੂੰ ਨਹੀਂ ਕਹਿੰਦਾ ਕਿ ਯਾਰ ਉੱਥੇ ਲਾਲ ਕਿਲੇ 'ਤੇ ਜਾ ਕੇ ਤੁਸੀਂ ਇਕੱਠੇ ਹੋ ਗਏ, ਧਰਨਾ ਦੇ ਕੇ ਝੰਡੇ ਇੱਦਾਂ ਕਰ ਦਿਉ, ਉੱਦਾਂ ਕਰ ਦਿਉ। ਉਹ ਕਹਿੰਦਾ ਕਿ ਯਾਰ ਬੀ ਰੀਲੀ ਕੇਅਰਫੁਲ ਕਿ ਆਹ ਚੀਜ਼ਾਂ ਹੁੰਦੀਆਂ ਪਈਆਂ ਨੇ, ਅਤੇ ਇੱਕ ਇਹ ਹੋ ਸਕਦੀ ਚੀਜ਼ ਕਿ ਇਸ ਲਈ ਉੱਤੇ ਹਜੇ ਤੱਕ ਅਟੈਕ ਨਹੀਂ ਹੋਇਆ। ਅਤੇ ਹਾਂ, ਇੱਕ ਉਹ ਵੀ ਹੋ ਸਕਦਾ ਕਿ ਹੀ ਇਜ਼ ਟੂ ਬਿਗ ਟੂ ਫੇਲ। ਚਲੋ ਹੁਣ ਆਉਂਦੇ ਆਪਾਂ ਪੋਡਕਾਸਟ ਦੇ ਉੱਤੇ ਕਿ ਹੁਣ ਜੋ ਟ੍ਰੈਂਡ ਚੱਲਦਾ ਪਿਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਪੋਡਕਾਸਟਿੰਗ? ਹਾਂਜੀ, ਉਹ ਮੈਨੂੰ ਸਵਾਲ ਥੋੜ੍ਹਾ ਯਾਦ ਆ ਵੀ ਤੁਸੀਂ ਕੀ ਪੁੱਛਿਆ। ਪੋਡਕਾਸਟ ਦੇਖੋ, ਨੋ ਡਾਊਟ ਪੋਡਕਾਸਟ ਕਰਨ ਵਾਲੇ ਬਹੁਤ ਆਉਣਗੇ। ਇਟਸ ਟੂ ਈਜ਼ੀ ਟੂ ਬਾਏ ਅ ਮਾਈਕ ਐਂਡ ਅ ਕੈਮਰਾ ਅਤੇ ਉਹਦੇ ਵਿੱਚ ਬੋਲਣਾ, ਹੈ ਨਾ, ਜਿਹੜੀਆਂ ਗੱਲਾਂ ਆਲਰੇਡੀ ਪੋਡਕਾਸਟ, ਮੈਂ ਕਹੂੰਗਾ ਕਿ ਅੱਜ ਤੋਂ 10 ਸਾਲ ਪਹਿਲਾਂ ਉਹ ਤਾਂ ਹੁੰਦੇ ਆ ਰਹੇ ਨੇ। ਕਿੱਦਾਂ ਆਪਸ ਦੇ ਵਿੱਚ ਗੱਲਾਂ ਕਰਦੇ ਹੁੰਦੇ ਸੀ ਦੋਸਤ, ਯਾਰ ਦੋਸਤ, ਬਸ ਕੈਮਰਾ ਨਹੀਂ ਲੱਗਿਆ ਹੁੰਦਾ ਸੀ। ਹੁਣ ਇਹਨਾਂ ਨੇ ਕੀ ਕਰਨਾ, ਮੈਂ ਕੈਮਰਾ ਲਾ ਕੇ ਸਾਈਡ 'ਤੇ ਰੱਖ ਦੇਣਾ, ਆਪਦੀਆਂ ਗੱਲਾਂ ਮਾਰੀ ਜਾਣੀਆਂ, ਅਤੇ ਪੋਡਕਾਸਟ ਚੱਲੂ ਉਹਨਾਂ ਦਾ ਹੀ ਜਿਹੜੇ ਜ਼ਿਆਦਾ ਪਿਓਰ ਐਂਟਰਟੇਨਮੈਂਟ ਪ੍ਰੋਵਾਈਡ ਕਰਵਾਉਣਗੇ, ਜਾਂ ਫਿਰ ਪੂਰੀਆਂ ਸੀਰੀਅਸ ਵਧੀਆ ਗੱਲਾਂ ਕਰਨਗੇ ਜਿਨ੍ਹਾਂ ਦੀ ਗੱਲਾਂ ਦੇ ਵਿੱਚ ਤੱਥ ਹੋਊਗਾ। ਅਤੇ ਜਿਹੜੇ ਲੋਕ ਇਸ ਵਕਤ ਮੈਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ ਵੀ ਨੋ ਕਿ ਹਾਂ ਵੀ ਕਿਹਨੇ ਇੱਥੇ ਖੜ੍ਹਨਾ ਵਾ ਕਿਹਨੇ ਨਹੀਂ, ਜੇ ਆਪਾਂ ਨੂੰ ਪਤਾ ਕਿ ਆਪਾਂ ਕਿਹੜੀਆਂ ਗੱਲਾਂ ਕਰਨੀਆਂ ਨੇ। ਸੋ ਉਹਨਾਂ ਲੋਕਾਂ ਕੋਲ ਐਂਡ ਅਤੇ ਐਟ ਦੀ ਐਂਡ ਸਿਰਫ ਮਾਈਕ ਅਤੇ ਕੈਮਰੇ ਹੀ ਰਹਿ ਜਾਣਾ, ਅਤੇ ਆਡੀਅੰਸ ਕਿਸੇ ਹੋਰ ਪਾਸੇ ਚਲੇ ਜਾਣੀ ਜਿਹੜੇ ਸਹੀ ਗੱਲਾਂ ਕਰਨਗੇ। ਠੀਕ ਹੈ, ਮਤਲਬ ਕਿ ਇਹ ਕਹਿ ਸਕਦੇ ਹਾਂ ਕਿ ਦੌਰ ਹੀ ਹੈ, ਕਿਉਂਕਿ ਇਹ ਚੀਜ਼ ਬੜੀ ਟ੍ਰੈਂਡਿੰਗ 'ਚ ਹੈ, ਇਸ ਲਈ ਹਰ ਬੰਦਾ ਆਉਂਦਾ ਪਿਆ। ਬਟ ਓਵਰ ਦਾ ਟਾਈਮ ਲੋਕਾਂ ਨੂੰ ਰੀਅਲਾਈਜ਼ ਹੋ ਗਿਆ ਯਾਰ ਕਿਹਨੂੰ ਸੁਣਨਾ ਜਾਂ ਕਿਹਨੂੰ ਨਹੀਂ ਸੁਣਨਾ। ਅਤੇ ਤੁਹਾਨੂੰ ਲੱਗਦਾ ਕਿ ਜਿੱਦਾਂ ਨਾ ਰਣਵੀਰ ਅਲਾਹਾਬਾਦੀ ਦਾ ਸ਼ੋਅ ਹੈ, ਇੰਨਾ ਤਗੜਾ ਪੋਡਕਾਸਟ ਹੈ, ਮੈਨੂੰ ਫੀਲ ਹੁੰਦਾ ਕਿ ਉਹ ਸਿਰਫ BJP ਦੀ ਪ੍ਰਮੋਸ਼ਨ ਹੈ ਉਹ ਪੋਡਕਾਸਟ ਦੇ ਉੱਤੇ। ਹੁਣ ਉਹ ਇੱਕ ਚੈਨਲ ਖਰੀਦਿਆ ਹੋਇਆ ਅਤੇ ਕੋਈ ਪੰਜਾਬ ਦਾ ਇੱਦਾਂ ਦਾ ਪੋਡਕਾਸਟ ਹੋ ਸਕਦਾ ਜੋ ਸਰਕਾਰ ਨੂੰ ਬਹੁਤ ਪ੍ਰਮੋਟ ਕਰਦਾ, ਜਾਂ ਸਰਕਾਰ ਚਾਹ ਸਕਦੀ ਹੈ, ਆਪਦੀ ਹੋ ਗਈ, ਉਹ ਚਾਹ ਸਕਦੀ ਕਿ ਯਾਰ ਆਹ ਪੋਡਕਾਸਟ ਦੇ ਥਰੂ ਵਧੀਆ ਪ੍ਰਮੋਸ਼ਨ ਹੋ ਸਕਦੀ। ਕਿਉਂਕਿ ਨਾ ਰੀਸੈਂਟਲੀ ਉਹਨਾਂ ਨੇ ਆਈ ਥਿੰਕ ਭਗਵੰਤ ਮਾਨ ਨੇ ਕੋਈ ਚੀਜ਼ ਦੱਸੀ ਸੀ, ਕੋਈ ਸਕੀਮ ਆਈ ਹੈ ਸੋਸ਼ਲ ਮੀਡੀਆ ਵਾਲਿਆਂ ਵਾਸਤੇ ਕਿ ਜਿਹਦੇ ਕੋਈ 1 ਮਿਲੀਅਨ ਸਬਸਕ੍ਰਾਈਬਰ ਨੇ ਉਹਨੂੰ ਸਬਸਿਡੀ ਮਿਲੇਗੀ ਇੰਨੀ, 5 ਲੱਖ ਸਮਥਿੰਗ ਸਮਥਿੰਗ। ਠੀਕ ਹੈ, ਇੱਦਾਂ ਦਾ ਕੋਈ ਚੀਜ਼ ਹੋਇਆ ਨਹੀਂ ਜਾਂ ਮੈਨੂੰ ਅਫਵਾਹ ਇਹਦੇ ਬਾਰੇ ਨਹੀਂ ਪਤਾ? ਅੱਛਾ, ਜੇ ਤੁਸੀਂ ਦੱਸੋ ਹੋਰ ਕੋਈ ਨਹੀਂ, ਮੈਂ ਧਿਆਨ ਨਾਲ ਸੁਣ ਰਿਹਾ। ਹਾਂ, ਕਿ ਉਹ ਪਤਾ ਨਹੀਂ, ਮੈਂ ਕਿਤੇ ਪੋਸਟ ਹੀ ਪੜ੍ਹਨ ਦਿਆ ਸੀ ਕਿ ਨਵੀਂ ਸਕੀਮ ਆਈ ਭਗਵੰਤ ਮਾਨ ਦੀ ਕਿ 1 ਮਿਲੀਅਨ ਵਾਲੇ ਨੂੰ ਇੰਨੇ ਲੱਖ ਮਿਲਣਗੇ, 10 ਮਿਲੀਅਨ ਵਾਲੇ ਨੂੰ ਇੰਨੇ ਲੱਖ ਮਿਲਣਗੇ, ਸਬਸਿਡੀਆਂ ਕੋਈ ਮਿਲਣਗੀਆਂ। ਇੱਕ ਚੀਜ਼ ਤੁਹਾਨੂੰ ਲੱਗਦਾ ਕਿ ਹੁਣ ਸਰਕਾਰ ਦੇਖੇਗੀ ਕਿ ਯਾਰ ਪੋਡਕਾਸਟ ਬੜੇ ਚੱਲਣ ਦੇ ਨੇ, ਅਤੇ ਕਿਉਂ ਨਾ ਜੋ ਸਰਕਾਰ ਦੀਆਂ ਮਸ਼ਹੂਰੀਆਂ ਨੇ ਪੋਡਕਾਸਟਾਂ ਦੇ ਥਰੂ ਕਰਾਈਆਂ ਜਾਣ, ਇੱਦਾਂ ਤੁਹਾਨੂੰ ਲੱਗਦਾ ਕਿ ਪੋਸੀਬਿਲਿਟੀ ਹੈ ਪੰਜਾਬ ਦੇ ਵਿੱਚ? ਹਾਂ, ਬਹੁਤ 100% ਪੋਸੀਬਿਲਿਟੀ ਇਹਦੇ ਵਿੱਚ। ਜਿਹੜਾ ਇਹਦੇ ਵਿੱਚ ਇਹ ਨਹੀਂ ਹੋਊਗਾ ਕਿ ਹਾਂ ਵੀ ਉਹ ਇੱਕ ਫੇਮਸ ਪੋਡਕਾਸਟਰ ਚੁਣਨਗੇ ਕਿ ਸੁਪਰ ਫੇਮਸ ਹੈ, ਉਹ ਕੋਈ ਵੀ ਚੁਣ ਸਕਦੇ ਆ, ਵਿਕ ਜਾਣਗੇ ਕੁਝ ਅਤੇ, ਲੇਕਿਨ ਜਿਹੜੇ ਵਿਕੇ ਹੋਣਗੇ ਉਹਨਾਂ ਦਾ ਪਤਾ ਵੀ ਲੱਗ ਜੂਗਾ। ਰਣਵੀਰ ਅਲਾਹਾਬਾਦੀ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਿਆ,
ਯਾ ਟਰੂ ਜਾਂ ਇੰਸਟਾ ਦੇ ਉੱਪਰ ਮੀਮ ਪੇਜਸ ਜਿਹੜੇ ਬੀਜੇਪੀ ਦੀ ਖੁੱਲ੍ਹ ਕੇ ਸਪੋਰਟ ਕਰ ਰਹੇ ਨੇ ਉਹਨਾਂ ਦਾ ਕਿਹੜਾ ਪਤਾ ਨਹੀਂ ਲੱਗਦਾ ਯਾ ਸੋ ਜਿਹੜੇ ਇਹ ਸਰਕਾਰ ਸਰਕਾਰ ਦਾ ਕੰਮ ਆ ਦੇ ਦੇ ਵਿਲ ਪਲੇ ਉਹਨਾਂ ਨੇ ਆਪਣੀ ਗੇਮ ਖੇਡਣੀ ਹੈ ਠੀਕ ਹੈ ਪੋਡਕਾਸਟਰਾਂ ਨੇ ਆਪਣੀ ਗੇਮ ਖੇਡਣੀ ਹੈ ਅਤੇ ਔਡੀਅੰਸ ਨੂੰ ਗੇਮ ਸਮਝਣੀ ਹੈ ਸਾਰੀ ਕਿ ਕੌਣ ਕੀ ਹੈ ਕੌਣ ਕਿਹਦੀ ਜ਼ਬਾਨ ਬੋਲ ਰਿਹਾ ਨਹੀਂ ਸਹੀ ਹੈ ਅਤੇ ਜੇ ਕੋਈ ਵੀ ਸਰਕਾਰ ਦਾ ਬੰਦਾ ਇਹ ਸੁਣਦਾ ਹੋਵੇ ਅਤੇ ਮੈਂ ਕਹਿਣਾ ਚਾਹਾਂਗਾ ਮੈਂ ਅਵੇਲੇਬਲ ਆ ਮੈਨੂੰ ਵਾਹਵਾ ਕਰੋੜ ਦੇ ਦਿਓ ਤੁਸੀਂ ਅਤੇ ਮੈਂ ਤੁਹਾਡੀ ਪ੍ਰਮੋਸ਼ਨ ਕਰੂੰ ਨਹੀਂ ਸਹੀ ਹੈ ਬਟ ਹਾਂ ਇੱਕ ਚੀਜ਼ ਮੈਂ ਨੋਟ ਕੀਤੀ ਕਿ ਮੇ ਬੀ ਹੁਣ ਪਹਿਲੋਂ ਗੌਰਮੈਂਟ ਪੈਸਾ ਲਾਉਂਦੀ ਹੁੰਦੀ ਸੀ ਮਸ਼ਹੂਰੀਆਂ ਦੇ ਉੱਤੇ ਪੋਸਟਰਾਂ ਦੇ ਉੱਤੇ ਅਤੇ ਹੁਣ ਬਹੁਤ ਈਜ਼ੀ ਹੋ ਗਿਆ ਸਰਕਾਰ ਵਾਸਤੇ ਕਿ ਅਗਰ ਕਿਸੇ ਨੂੰ ਚੱਕਣਾ ਵੀ ਹੋਵੇ ਜਾਂ ਆਪਣੀ ਪ੍ਰਮੋਸ਼ਨ ਕਰਾਉਣੀ ਵੀ ਹੋਵੇ ਲੋਕ ਇੰਨੇ ਜ਼ਿਆਦਾ ਅਵੇਲੇਬਲ ਨੇ ਕਿ ਆਪਣੇ ਗੈਸਟ ਸੈਂਡ ਕਰੋ ਉੱਥੇ ਬਸ ਆਪਣੇ ਆਪ ਪ੍ਰਮੋਸ਼ਨ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਕਿ ਲੋਕ ਵੀ ਇੰਨੇ ਜ਼ਿਆਦਾ ਗਰੀਡੀ ਹੋ ਗਏ ਨੇ ਮੇਰੇ ਵਰਗੇ ਕਿ ਐਜ਼ ਲੌਂਗ ਐਜ਼ ਮੈਨੂੰ ਕੋਈ ਤਗੜਾ ਗੈਸਟ ਮਿਲਦਾ ਹੈ ਐਜ਼ ਲੌਂਗ ਐਜ਼ ਮੈਨੂੰ ਉਹਨਾਂ ਦੀ ਪ੍ਰਮੋਸ਼ਨ ਕਰਨੀ ਪਏ ਆਈ ਡੋਂਟ ਹੈਵ ਐਨੀ ਡਾਊਟ ਅਤੇ ਇਹ ਕੰਮ ਸੌਖਾ ਹੋ ਗਿਆ ਅਤੇ ਬਾਕੀ ਗਾਣਿਆਂ ਦੇ ਥਰੂ ਮੈਂ ਇਹ ਦੇਖਦਾ ਵਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਕਨੈਕਟਡ ਦੇਖਦਾ ਵਾਂ ਕਿ ਗਾਣੇ ਵੀ ਹੁਣ ਇੱਦਾਂ ਦੇ ਹੋ ਗਏ ਨੇ ਜਿੱਦਾਂ ਮੈਂ ਗੱਲ ਕੀਤੀ ਨਾ ਕਿ ਦਲਜੀਤ ਵਾਲੀ ਫਿਰ ਸਾਗਰ ਦੀ ਵੋਟੀ ਠੀਕ ਹੈ ਹੁਣ ਚਮਕੀਲਾ ਆ ਗਿਆ ਕਿ ਉੱਦਾਂ ਦਾ ਇੱਕ ਟ੍ਰੈਂਡ ਹੁਣ ਸ਼ੁਰੂ ਹੋਣ ਲੱਗਾ ਪੁਰਾਣੇ ਗੀਤਾਂ ਵਰਗਾ ਠੀਕ ਹੈ ਫਿਰ ਬੰਦੂਕਾਂ ਦਾ ਵੀ ਇੱਕ ਟ੍ਰੈਂਡ ਰਿਹਾ ਅਤੇ ਉਹ ਸਾਰਿਆਂ ਨੂੰ ਡਿਸਟਰੈਕਟ ਕਰਦੇ ਹੋਏ ਠੀਕ ਹੈ ਨਾਲ ਦੇ ਨਾਲ ਪੋਡਕਾਸਟ ਵੀ ਆ ਗਏ ਨੇ ਹੁਣ ਪ੍ਰਮੋਸ਼ਨ ਵੀ ਬੜੀ ਈਜ਼ੀ ਹੁੰਦੀ ਪਈ ਸਰਕਾਰਾਂ ਦੀ ਅਤੇ ਸਰਕਾਰਾਂ ਵਾਸਤੇ ਨਾ ਹਰੇਕ ਚੀਜ਼ ਕੰਮ ਟੈਕਨੋਲੋਜੀ ਨੇ ਬੜਾ ਸੌਖਾ ਕਰਤਾ ਇੱਦਾਂ ਮੈਂ ਫੀਲ ਕਰਦਾ ਵਾਂ ਅਤੇ ਆਲਮੋਸਟ ਆਪਾਂ ਨੂੰ ਇੱਕ ਘੰਟਾ ਹੋ ਗਿਆ ਸਰ ਪੋਡਕਾਸਟ ਕਰਦੇ ਹਾਂ ਅਤੇ ਕੋਈ ਐਨੀਥਿੰਗ ਐਲਸ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਸਰਕਾਰ ਤੁਹਾਨੂੰ ਤੁਸੀਂ ਮੰਨੋਗੇ ਨਹੀਂ ਬਹੁਤ ਸਾਰੀ ਪਾਰਟੀਜ਼ ਇੱਦਾਂ ਦੀਆਂ ਨੇ ਉਹ 17-17, 18-18 ਸਾਲ ਵਾਲੇ ਬੱਚਿਆਂ ਨੂੰ ਜਿਹੜੇ ਮੀਮ ਬਣਾਉਂਦੇ ਆ ਉਹਨਾਂ ਨੂੰ ਹਾਇਰ ਕਰ ਰਹੇ ਨੇ ਤੁਸੀਂ ਦੇਖਿਆ ਹੋਣੀ ਵੀਡੀਓਜ਼ ਕਦੇ ਫਲਾਨੀ ਪੁਲਿਸ ਦਾ ਇੰਸਟਾਗ੍ਰਾਮ ਪੇਜ ਬਣਿਆ ਹੋਊਗਾ ਅਤੇ ਉਹਦੇ ਉੱਪਰ ਰੋਡ ਐਕਸੀਡੈਂਟ ਹੋ ਰਿਹਾ ਫਿਰ ਉਹਦਾ ਚਲਾਨ ਕੱਟਿਆ ਜਾ ਰਿਹਾ ਇੱਦਾਂ ਦੇ ਮੀਮਸ ਬਹੁਤ ਸਾਰੇ ਵਾਇਰਲ ਹੋ ਰਹੇ ਨੇ ਜਿਹੜੇ ਅਫੀਸ਼ੀਅਲ ਪੇਜ 'ਤੇ ਅਪਲੋਡ ਹੋ ਰਹੇ ਨੇ ਸਰਕਾਰ ਫੋਰ ਐਗਜ਼ਾਮਪਲ ਅੰਮ੍ਰਿਤਸਰ ਪੁਲਿਸ ਦਿੱਲੀ ਪੁਲਿਸ ਹੈ ਨਾ ਅਤੇ ਉਹਦੇ ਵਿੱਚ ਸਰਕਾਰ ਦੇ ਵਿੱਚ ਹੈ ਤਾਂ ਬੰਦੇ ਹੀ ਹੈ ਨਾ ਉਹਨਾਂ ਨੂੰ ਪਤਾ ਵੀ ਮਾਹੌਲ ਇੱਦਾਂ ਦਾ ਚੱਲ ਰਿਹਾ ਤਾਂ ਵਾਈ ਨੋਟ ਵੀ ਸ਼ੁੱਡ ਮੇਕ ਮੀਮਸ ਅਤੇ ਉਹ ਮੀਮਸ ਦੇ ਥਰੂ ਨਾਲੇ ਆਪਣੀ ਮਾਰਕੀਟਿੰਗ ਕਰ ਰਹੇ ਆ ਨਾਲੇ ਜਿਹੜੀ ਆਪਣੀ ਗੱਲ ਕਹਿਣੀ ਆ ਉਹ ਕਰ ਰਹੇ ਆ ਹਾਂ ਮੀਮ ਬੜਾ ਵਧੀਆ ਇੱਕ ਮੀਡੀਅਮ ਹੈ ਕਿ ਇਹ ਚੀਜ਼ ਕਦੀ ਸੋਚੀ ਨਹੀਂ ਸੀ ਆਪਾਂ ਕਿ ਕੋਮੇਡੀ ਇੱਕ ਇਸ ਤਰੀਕੇ ਨਾਲ ਵੀ ਹੋ ਸਕਦੀ ਹੈ ਅਤੇ ਮੀਮਸ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਨੇ ਬੜਾ ਵਧੀਆ ਪੁਆਇੰਟ ਤੁਸੀਂ ਦੱਸਿਆ ਕਿ ਕਮੇਡੀ ਦੇ ਨਾਲ ਨਾਲ ਇੱਕ ਤੁਸੀਂ ਮੈਸੇਜ ਵੀ ਦੇ ਸਕਦੇ ਹੋ ਕਿਉਂਕਿ ਪੇਜ ਹੈ ਕੋਮੇਡੀ ਤਾਂ ਹੈ ਹੀ ਨਾਲ ਇੱਕ ਮੈਸੇਜ ਵੀ ਹੈ ਅਤੇ ਇਹ ਜਿਹੜੀ ਤੁਸੀਂ ਗੱਲ ਕਹੀ ਕਿ 18-18, 19-19, 20-20 ਸਾਲਾਂ ਇਹ ਤਾਂ ਕੋਈ ਓਫਿਸ਼ੀਅਲ ਪੋਸਟ ਵੀ ਹੈ ਜਾਂ ਇਹ ਸਿਰਫ ਅਫਵਾਹ ਹੀ ਹੈ ਕਿ ਲੋਕਾਂ ਨੂੰ ਹਾਇਰ ਕਰਕੇ ਸਰਕਾਰ ਇੱਦਾਂ ਕਰਨ ਦੀ ਹੈ ਮੰਨ ਲਓ ਮੈਂ ਕਿਸੇ ਨੂੰ ਜਾਣ ਰਿਹਾ ਉਹ ਕਿਸੇ ਨੂੰ ਅੱਗੇ ਜਾਣ ਰਿਹਾ ਕਿਸੇ ਨੂੰ ਅੱਗੇ ਜਾਣ ਰਿਹਾ ਇਸ ਤਰੀਕੇ ਨਾਲ ਗੱਲ ਅੰਡਰਗਰਾਊਂਡ ਰਹਿ ਕੇ ਪਹੁੰਚ ਜਾਂਦੀ ਹੈ ਕਿਉਂਕਿ ਓਬਵੀਅਸ ਗੱਲ ਹੈ ਇਹਦੀ ਕੋਈ ਅਫੀਸ਼ੀਅਲ ਸਟੇਟਮੈਂਟ ਆਊਗੀ ਨਹੀਂ 18 ਤੋਂ ਘੱਟ ਉਮਰ ਵਾਲਾ ਓਬਵੀਅਸ ਗੱਲ ਆ ਮਾਇਨੋਰਟੀ ਦੇ ਵਿੱਚ ਆਉਂਦਾ ਵਾ ਯਾ ਲੇਕਿਨ ਸਭ ਤੋਂ ਵੱਧ ਦਿਮਾਗ ਹੈ ਹੀ 18 ਸਾਲ ਵਾਲਿਆਂ ਦਾ ਸਹੀ ਗੱਲ ਬਹੁਤ ਜ਼ਿਆਦਾ ਅੱਜ ਦੇ ਨਿਆਣੇ ਇੰਨੇ ਜ਼ਿਆਦਾ ਕ੍ਰੀਏਟਿਵ ਨੇ ਕਾਮੇਡੀ ਦੇ ਵਿੱਚ ਹੋ ਗਿਆ ਇੰਟਰਨੈਟ ਜਿੱਦਾਂ ਤੁਸੀਂ ਕਿਹਾ ਨਾ ਕਿ ਜਦੋਂ ਮੈਸੇਜ ਆਉਂਦੇ ਨੇ ਜ਼ਿਆਦਾਤਰ ਉੱਦਾਂ ਦੇ ਹੀ 17-18 ਸਾਲਾਂ ਵਾਲੇ ਬੱਚੇ ਹੋਣਗੇ ਸਪੋਰਟ ਵਾਲੇ
ਠੀਕ ਹੈ, ਉੱਥੇ ਜੋ ਜੋਸ਼ ਹੈ ਨਾ ਇੰਟਰਨੈਟ ਦੇ ਪ੍ਰਤੀ, ਆਈ ਥਿੰਕ ਜੋ ਇਹ ਜਿਹੜੀ ਏਜ ਹੈ ਨਾ 17, 18, 19, 20 ਇਹਨਾਂ ਵਿੱਚ ਜੋਸ਼ ਬੜਾ ਅਤੇ ਕ੍ਰੀਏਟਿਵ ਬੜੇ ਨੇ. ਜਦੋਂ ਨਵੀਂ ਨਵੀਂ ਫੇਸਬੁੱਕ ਆਈ ਸੀ ਨਾ, ਅਤੇ ਆਈ ਥਿੰਕ ਮੈਂ ਵੀ ਉਦੋਂ 17, 18 ਸਾਲਾਂ ਦਾ ਹੋਵਾਂਗਾ, ਉਦੋਂ ਸਟੇਟਸ ਪਾਉਣਾ ਬੜਾ ਹੁੰਦਾ ਸੀ ਸਾਨੂੰ ਕਿ ਸਟੇਟਸ ਕੋਈ ਪਾਈਏ ਫਨੀ ਜਿਹਾ, ਸਾਰੇ ਲਾਈਕ ਮਾਰਨਗੇ ਹੈ ਨਾ. ਅਤੇ ਆਈ ਥਿੰਕ ਉਹ ਟਰੈਂਡ ਹੁਣ ਚੇਂਜ ਹੋ ਗਿਆ, ਹੁਣ ਆ ਗਈ ਜਨਤਾ ਮੀਮਸ ਦੇ ਉੱਤੇ, ਟਵੀਟਸ ਦੇ ਉੱਤੇ ਜਾਂ ਕਮੈਂਟਾਂ ਦੇ ਉੱਤੇ. ਅਤੇ ਉਹ ਗੱਲ ਬੜੀ ਵਧੀਆ ਤੁਸੀਂ ਕਹੀ ਕਿ 18, 19, 20 ਸਾਲਾਂ ਦੇ ਬੱਚਿਆਂ ਨੂੰ ਹਾਇਰ ਕਰਕੇ ਅਗਰ ਸਰਕਾਰ ਚਾਹੇ ਤਾਂ ਬੜੇ ਵਧੀਆ ਜਾਂ ਬੜੇ ਘਟੀਆ ਤਰੀਕੇ ਨਾਲ ਪ੍ਰਮੋਸ਼ਨ ਹਰੇਕ ਕੰਟੈਂਟ ਦੀ, ਹਰੇਕ ਟੌਪਿਕ ਦੀ ਕਰਵਾ ਸਕਦੀ ਹੈ. ਨਹੀਂ, ਥੈਂਕ ਯੂ ਸਰ, ਅਤੇ ਥੈਂਕ ਯੂ ਆਉਣ ਵਾਸਤੇ, ਅਤੇ ਥੈਂਕ ਯੂ ਸ਼ੇਅਰ ਕਰਨ ਵਾਸਤੇ ਆਪਣੇ ਇੰਡਸਟਰੀ ਦੇ ਰਿਵਿਊ, ਐਂਡ ਥੈਂਕ ਯੂ ਸ਼ੇਅਰ ਕਰਨ ਵਾਸਤੇ ਤੁਹਾਡੀ ਨੌਲੇਜ ਗਾਣਿਆਂ ਦੀ, ਕਿਉਂਕਿ ਕੁਛ ਚੀਜ਼ਾਂ ਤੁਸੀਂ ਗਾਣਿਆਂ ਦੇ ਬੋਲਣ ਦੇ ਅਤੇ ਮੈਂ ਲਾਈਕ ਇਹ ਕਿੱਥੋਂ ਬੰਦਾ ਕੱਢਣ ਦਿਆ ਗੱਲਾਂ ਗਾਣਿਆਂ ਦੇ, ਮੈਨੂੰ ਤਾਂ ਕੋਈ ਆਈਡੀਆ ਵੀ ਨਹੀਂ ਹੈ ਕਿ ਕਿਹੜੇ ਸਿੰਗਰ ਨੇ ਕਿਹੜੇ ਗਾਣੇ ਗਾਏ, ਬਟ ਥੈਂਕ ਯੂ. ਅਤੇ ਇੱਕ ਹੋਰ ਗੱਲੋਂ ਥੈਂਕ ਯੂ ਕਿ ਜਿੰਨਾ ਕੁਇਕਲੀ ਆਪਾਂ ਇਹ ਪੋਡਕਾਸਟ ਕੀਤਾ. ਅਤੇ ਆਪਣਾ ਪੋਡਕਾਸਟ ਮੈਂ ਸਾਰਿਆਂ ਨੂੰ ਕਹਾਂਗਾ, ਅਗਰ ਤੁਹਾਡਾ ਇੰਡਸਟਰੀ ਦੇ ਪ੍ਰਤੀ ਬੜਾ ਜ਼ਿਆਦਾ ਇੰਟਰਸਟ ਹੈ, ਕਿਉਂਕਿ ਬਹੁਤ ਹੈਵੀਲੀ ਇੰਡਸਟਰੀ ਦੇ ਪ੍ਰਤੀ ਉੱਤੇ ਗੱਲਾਂ ਹੁੰਦੀਆਂ ਨੇ, ਆਪਣੀ ਪੰਜਾਬੀ ਇੰਡਸਟਰੀ ਹੋ ਗਈ, ਐਂਟਰਟੇਨਮੈਂਟ ਇੰਡਸਟਰੀ ਹੋ ਗਈ, ਅਤੇ ਬੋਲੀਵੁੱਡ ਇੰਡਸਟਰੀ ਵੀ ਬੇਸਿਕਲੀ ਹੋ ਗਈ, ਕਿਉਂਕਿ ਆਈ ਥਿੰਕ ਉਹ ਆਪਣਾ ਪੋਡਕਾਸਟ 'ਤੇ ਹੀ ਆਇਆ ਸੀ ਇੰਟਰਵਿਊ, ਜਿਹੜਾ ਉਹ ਐਨੀਮਲ ਵਾਲਾ ਐਕਟਰ ਸੀਗਾ ਹੈ ਨਾ, ਅਤੇ ਉਹ ਵੀ ਬੜਾ ਇੰਟਰਸਟਿੰਗ ਸੀਗਾ. ਅਤੇ ਦੱਸ ਦਿਓ ਸਾਰਿਆਂ ਨੂੰ ਇੱਕ ਵਾਰੀ ਆਪਣੇ ਚੈਨਲਾਂ ਦੇ ਨਾਮ ਅਤੇ ਆਪਣੇ ਹੈਂਡਲਸ, ਤੁਹਾਨੂੰ ਕਿੱਦਾਂ ਕੋਈ ਕਨੈਕਟ ਕਰ ਸਕਦਾ. ਸਾਰੇ ਹੈਂਡਲਸ ਤਾਂ ਨਹੀਂ ਜਿਹੜੇ ਉਹਨਾਂ 'ਤੇ, ਉਹਨਾਂ ਨੇ ਆਪਣੇ ਆਪ ਪਹੁੰਚਣਾ ਜਿੱਥੇ ਲੋਕਾਂ ਦਾ ਇੰਟਰਸਟ ਹੈ ਧੱਕੇ ਨਾਲ, ਹਰ ਜਗ੍ਹਾ ਦੇ, ਕਿਉਂਕਿ ਕਿਸੇ ਦੇ ਗਾਣੇ 'ਚ ਨਹੀਂ ਇੰਟਰਸਟ ਹੋਊਗਾ ਤਾਂ ਓਬੀਅਸ ਗੱਲ ਆ, ਮੈਂ ਉਹਨੂੰ ਉਸ ਚੈਨਲ ਦੀ ਰਿਕਮੈਂਡੇਸ਼ਨ ਨਹੀਂ ਕਰੂੰਗਾ. ਦਾ ਚੈਨਲ ਆਪਣਾ ਪੋਡਕਾਸਟ ਦੇ ਉੱਪਰ ਅਸੀਂ ਉਹ ਆਪਣੀਆਂ ਗੱਲਾਂ ਕਰਦੇ ਹਾਂ, ਲੋਕਾਂ ਦੀ ਗੱਲਾਂ ਕਰਦੇ ਹਾਂ, ਚਾਹੇ ਉਹ ਜਿੱਥੇ ਸਾਨੂੰ ਜ਼ਰੂਰਤ ਲੱਗਦੀ ਹੈ ਕਿ ਹਾਂ ਵੀ ਇਸ ਮੁੱਦੇ 'ਤੇ ਅਸੀਂ ਬੋਲੀਏ. ਸੋ ਆਪਣਾ ਪੋਡਕਾਸਟ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬਾਕੀ ਚੈਨਲਾਂ ਦਾ ਤਾਂ ਆਲਰੇਡੀ ਅਵੇਲੇਬਲ ਹੈ, ਉਹ ਤੁਹਾਨੂੰ ਮਿਲ ਜਾਣਗੇ. ਉਹ ਜ਼ਿਆਦਾ ਗੱਲਾਂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਹਾਂ ਵੀ ਤੁਸੀਂ ਇਹ ਵੀ ਕਰ ਦਿਓ, ਵੀ ਕਰ ਦਿਓ, ਜਸਟ ਆਪਣਾ ਪੋਡਕਾਸਟ. ਦੈਟਸ ਇਟ. ਓਕੇ, ਥੈਂਕ ਯੂ ਸਰ.